ਪਾਵਨ ਯਾਦ ਦੇ ਵਿੱਚ ਜੁੜੇ ਬੈਠੇ ਮੌਜ਼ਿਸ ਹਾਜ਼ਰੀਨ, ਕੋਈ ਰਸਨਾ ਵਾਂਝੀ ਨਾ ਰਹੇ। ਆਓ ਸਭ ਤੋਂ ਪਹਿਲਾਂ ਗੁਰੂ ਦੇਵ ਪਾਤਸ਼ਾਹ ਦੀ ਬਖਸ਼ਿਸ਼ ਪਵਿੱਤਰ ਫਤਿਹ ਬੁਲੰਦ ਕਰੀਏ, ਗੱਜ ਕੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਾਤਸ਼ਾਹ ਦੀ ਪੁਸਤਕ ਦੇ ਵਿੱਚ ਮੈਂ ਵਿਸ਼ਵ ਦੇ ਇੱਕ ਪ੍ਰਸਿੱਧ ਇਤਿਹਾਸਕਾਰ ਫਿਲਾਸਫਰ ਉਸ ਦੀ ਗੱਲ ਸਾਂਝੀ ਕਰਨ ਲੱਗਾ ਹਾਂ ਜਿਸ ਨੇ ਵਿਸ਼ਵ ਪ੍ਰਸਿੱਧ ਕਿਤਾਬ ਲਿਖੀ ਹੈ ਦ ਗੋਸਪਲ ਆਫ ਗੁਰੂ ਗ੍ਰੰਥ ਸਾਹਿਬ। ਲਿਖਾਰੀ ਦਾ ਨਾਮ ਹੈ ਡੰਕਨ ਗ੍ਰੀਨਲੀਸ। ਆਪਣੀ ਕਿਤਾਬ ਦੇ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਬਾਰੇ ਪਾਵਨ ਸ਼ਬਦ ਪੰਕਤ ਕਰਦਾ ਉਹ ਲਿਖਦਾ ਹੈ ਕਿ ਆਜ਼ੂ ਬਹੁਤ ਛੋਟੀ ਹੈ, ਆਤਮਿਕ ਦ੍ਰਿਸ਼ਟੀ ਬਹੁਤ ਉੱਚੀ ਹੈ, ਅਤੇ ਕਹਿੰਦਾ ਹੈ ਕਿ ਇਹ ਕਿਹਾ ਜਾ ਸਕਦਾ ਹੈ ਕਿ ਇਸ ਛੋਟੀ ਆਜ਼ੂ ਦੇ ਵਿੱਚ ਗੁਰੂ ਦੇਵ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਨਿਯਮ ਦੇ ਅਨੁਸਾਰ ਵੱਡੇ ਵੱਡੇ ਦੁੱਖੜੇ ਜਿਹੜੇ ਸੀ ਉਹਨਾਂ ਦਾ ਨਿਵਾਰਨ ਕਰ ਦਿੱਤਾ। ਇਹ ਸ਼ਬਦ ਕਿਸੇ ਸਿੱਖ ਇਤਿਹਾਸਕਾਰ ਦੇ ਨਹੀਂ ਬਲਕਿ ਅੰਗਰੇਜ਼ ਇਤਿਹਾਸਕਾਰ ਦੇ ਨੇ। ਗੁਰੂ ਸਾਹਿਬ ਦੀ ਸ਼ਖਸੀਅਤ ਦੇ ਬਾਰੇ ਇਹ ਵੀ ਗੱਲ ਕਹਿਣੀ ਬੜੀ ਜ਼ਰੂਰੀ ਹੈ ਕਿ ਸਾਡੇ ਭਾਰਤ ਦੇ ਇਤਿਹਾਸਕਾਰਾਂ ਨੇ ਬਹੁਤ ਨਾ ਇਨਸਾਫੀ ਕੀਤੀ ਹੈ। ਗੁਰੂ ਹਰ ਰਾਏ ਸਾਹਿਬ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਇਤਿਹਾਸ ਦੇ ਵਿੱਚ ਜਿਹੜਾ ਇਹਨਾਂ ਦਾ ਆਪਣਾ ਇੱਕ ਵਿਲੱਖਣ ਔਰ ਵਿਸ਼ੇਸ਼ ਅਸਥਾਨ ਹੈ, ਅਸੀਂ ਸਿੱਖ ਨਜ਼ਰੀਏ ਦੇ ਵਿੱਚ ਤਾਂ ਇਸ ਨੂੰ ਸਮਝਦੇ ਹਾਂ ਪਰ ਹਿੰਦੁਸਤਾਨ ਦੇ ਇਤਿਹਾਸਕਾਰਾਂ ਦੇ ਵਿੱਚ ਗੁਰੂ ਸਾਹਿਬ ਦੀ ਪ੍ਰਾਪਤੀ, ਆਤਮਿਕ ਉਸ ਆਤਮਿਕ ਦ੍ਰਿਸ਼ਟੀ ਔਰ ਇਤਿਹਾਸਕ ਪ੍ਰਤੀਪੇਕ ਦੇ ਵਿੱਚ ਇੰਨਾ ਜ਼ਿਆਦਾ ਨਫ਼ਰਤ ਭਰਿਆ ਅਹਿਸਾਸ ਹੈ ਕਿ ਹਿੰਦੁਸਤਾਨ ਦੇ ਕੁਝ ਇਤਿਹਾਸਕਾਰਾਂ ਨੇ ਇਸ ਨੂੰ ਅਨਈਵੈਂਟਫੁੱਲ ਪੀਰੀਅਡ ਆਫ ਸਿੱਖਸ ਕਿਹਾ ਹੈ ਕਿ ਉਹ ਸਮਾਂ ਜਿਹੜਾ ਘਟਨਾ ਤੋਂ ਰਹਿਤ ਹੈ। ਪਰ ਇੰਜ ਨਹੀਂ ਹੈ, ਇਹ ਗੱਲ ਵੱਖਰੀ ਹੈ ਕਿ ਸਾਡੇ ਸਰੋਤਾਂ ਦੇ ਵਿੱਚ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਜਾਣਕਾਰੀ ਦਾ ਅਭਾਵ ਹੈ, ਜਾਣਕਾਰੀ ਘੱਟ ਹੈ। ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਅਸੀਂ ਗੁਰੂ ਸਾਹਿਬ ਦੇ ਜੀਵਨ ਦੇ ਬਾਰੇ ਜਾਣਕਾਰੀ ਪ੍ਰਾਪਤ ਨਹੀਂ ਕਰ ਸਕਦੇ। ਇੱਕ ਸਰੋਤ ਦੇ ਵਿੱਚੋਂ ਸਾਰੀ ਜਾਣਕਾਰੀ ਵਾਕਿਆ ਹੀ ਪ੍ਰਾਪਤ ਨਹੀਂ ਕੀਤੀ ਜਾ ਸਕਦੀ, ਪਰ ਉਸ ਸਮੇਂ ਦੇ ਜਿੰਨੇ ਵੀ ਸਮਕਾਲੀ ਸਰੋਤ ਨੇ ਜੇਕਰ ਉਹਨਾਂ ਦਾ ਅਧਿਐਨ ਕੀਤਾ ਜਾਵੇ ਤੇ ਮੇਰੇ ਖਿਆਲ ਦੇ ਨਾਲ ਇੱਕ ਘੰਟਾ, ਇੱਕ ਦਿਨ ਨਹੀਂ ਕਈ ਦਿਨ ਗੁਰੂ ਸਾਹਿਬ ਦੇ ਜੀਵਨ, ਉਹਨਾਂ ਦੀ ਵਿਚਾਰਧਾਰਾ, ਇਤਿਹਾਸ ਦੇ ਵਿੱਚ ਜੋ ਉਹਨਾਂ ਦਾ ਅਸਥਾਨ ਹੈ ਅਤੇ ਗੁਰੂ ਨਾਨਕ ਸਾਹਿਬ ਦੀ ਜੋਤ ਦੇ ਮਾਰਗ ਦੇ ਉੱਪਰ ਚੱਲਦਿਆਂ ਜਿਸ ਤਰ੍ਹਾਂ ਉਹਨਾਂ ਨੇ ਆਪਣੇ ਕਾਰਜ ਨੂੰ ਸੰਪੂਰਨ ਕੀਤਾ ਹੈ, ਅਨੇਕਾਂ ਦਿਨ ਇਸ ਦੇ ਉੱਪਰ ਵਿਚਾਰ ਕੀਤੀ ਜਾ ਸਕਦੀ ਹੈ। ਗੁਰੂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ, ਅਸੀਂ ਉਹਨਾਂ ਦੇ ਬਾਰੇ ਇੱਕ ਸ਼ਬਦ ਵਰਤਦੇ ਹਾਂ ਬਾਲਾ ਪ੍ਰੀਤਮ। ਇਹ ਸ਼ਬਦ ਬੜਾ ਅਹਿਮ ਹੈ
ਕਿਉਂਕਿ ਸੁਭਾਵਿਕ ਤੌਰ 'ਤੇ ਜਦੋਂ ਅਸੀਂ ਜ਼ਬਾਨ ਤੋਂ ਸ਼ਬਦ ਕੱਢਦੇ ਹਾਂ ਤਾਂ ਅਕਸਰ ਇੰਝ ਲੱਗਦਾ ਹੈ ਕਿ ਇਹ ਸ਼ਬਦ ਗੁਰੂ ਸਾਹਿਬ ਦੀ ਵਡਿਆਈ ਦੇ ਵਿੱਚ ਹੈ, ਇੱਕ ਵਿਸ਼ੇਸ਼ਣ ਦੇ ਤੌਰ 'ਤੇ ਅਸੀਂ ਵਰਤ ਦਿੰਦੇ ਹਾਂ। ਪਰ ਇਸ ਸ਼ਬਦ ਦਾ ਪਿਛੋਕੜ ਵੇਖੀਏ ਤਾਂ ਬਹੁਤ ਉੱਚਾ ਹੈ। ਬਾਲਾ, ਬਾਲਾ ਸ਼ਬਦ ਬੱਚੇ ਦੇ ਵਾਸਤੇ ਵਰਤਿਆ ਜਾਂਦਾ ਹੈ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਸਿੱਧਾਂ ਦੇ ਨਾਲ ਚਰਚਾ ਕਰਨ ਗਏ ਨੇ ਤਾਂ ਉਦੋਂ ਗੁਰੂ ਨਾਨਕ ਸਾਹਿਬ ਬਾਲਾ ਨਹੀਂ ਸੀ, ਬੱਚੇ ਨਹੀਂ ਸੀ, ਪਰ ਸਿੱਧ ਸੋਚਦੇ ਸੀ ਕਿ ਅਸੀਂ ਆਤਮਕ ਗਿਆਨ ਕਰਕੇ ਬੜੇ ਵਡੇਰੇ ਹਾਂ ਅਤੇ ਗੁਰੂ ਨਾਨਕ ਸਾਹਿਬ ਦਾ ਗਿਆਨ ਸਾਡੇ ਬਰਾਬਰ ਨਹੀਂ ਹੋ ਸਕਦਾ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਵੀ ਬਾਲਾ ਕਿਹਾ। ਕਵਣ ਸ਼ਕਤ ਤੁਹੇ ਇਹਾਂ ਲੈ ਆਈ, ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਬਾਲਾ ਕਹਿ ਕੇ ਸਵਾਲ ਕੀਤਾ ਹੈ। ਸੋ ਬਾਲਾ ਦਾ ਸੰਬੰਧ ਆਯੂ ਦੇ ਨਾਲ ਜ਼ਰੂਰ ਹੈ, ਪਰ ਜਦੋਂ ਨਾਲ ਪ੍ਰੀਤਮ ਸ਼ਬਦ ਲੱਗ ਜਾਂਦਾ ਹੈ ਅਤੇ ਰੂਹਾਨੀਅਤ ਦੇ ਉਸ ਦੇ ਵਿੱਚ ਦੈਵੀ ਪ੍ਰਤੀਰੂਪ ਦੇ ਵਿੱਚ ਜਿਹੜਾ ਪ੍ਰੀਤਮ ਸ਼ਬਦ ਹੈ ਉਹ ਅਧਿਆਤਮਕ ਜਗਤ ਦੀ ਸਭ ਤੋਂ ਉੱਚੀ ਪਦਵੀ ਹੈ ਕਿ ਆਪਣਾ ਇਸ਼ਟ ਸਵੀਕਾਰ ਕਰ ਲੈਣਾ, ਆਪਣਾ ਪ੍ਰੀਤਮ ਸਵੀਕਾਰ ਕਰ ਲੈਣਾ। ਗੁਰਬਾਣੀ ਦੇ ਵਿੱਚ ਪ੍ਰੀਤਮ ਸ਼ਬਦ ਪਰਮਾਤਮਾ ਦੇ ਪ੍ਰਤੀ ਵਰਤਿਆ ਗਿਆ, ਮਿਲ ਮੇਰੇ ਪ੍ਰੀਤਮਾ ਜੀਓ ਹਉ ਦੁੱਧ ਬਿਨ ਖਰੀ ਨਿਮਾਣੀ। ਸੋ ਇੱਥੇ ਦੋ ਜਿਹੜੇ ਸ਼ਬਦ ਨੇ ਉਹ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਬਿਆਨ ਕਰ ਦਿੰਦੇ ਨੇ ਕਿ ਆਯੂ ਬੇਸ਼ੱਕ ਬਹੁਤ ਛੋਟੀ ਹੈ ਪਰ ਅਧਿਆਤਮਕ ਰੁਤਬਾ ਜਿਹੜਾ ਹੈ ਉਹ ਉਹੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਦਾ ਸੀ ਔਰ ਹੈ ਵੀ ਉਹੀ, ਕਿਉਂਕਿ ਸਾਡੀ ਪਾਵਨ ਬਾਣੀ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਸਰੀਰ ਗੁਰੂ ਨਹੀਂ, ਜੋਤ ਗੁਰੂ ਹੈ। ਅਤੇ ਭੱਟ ਸਾਹਿਬਾਨ ਨੇ ਬੜਾ ਪਿਆਰਾ ਸ਼ਬਦ ਵੀ ਫਰਮਾਇਆ ਹੈ ਪਾਵਨ ਗੁਰਬਾਣੀ ਦੇ ਵਿੱਚ, ਜੋਤ ਉਹਾਂ ਜੁਗਤ ਸਾਏ ਸਹਿਕਾਇਆ ਫੇਰ ਪਲਟੀਏ। ਜੋਤ ਉਹੀ ਹੈ, ਕਾਇਆ ਸਰੀਰ ਹੈ, ਸਰੀਰ ਬਦਲ ਰਿਹਾ ਹੈ ਅਤੇ ਸਰੀਰ ਦੇ ਵਿੱਚ ਉਸ ਜੋਤ ਦਾ ਨਿਵਾਸ ਇੱਕ ਦਿਨ ਰਹੇ ਜਾਂ 100 ਸਾਲ ਰਹੇ, ਜੋਤ ਦੀ ਅਹਿਮੀਅਤ ਜੋਤ ਕਰਕੇ ਹੈ ਨਾ ਕਿ ਸਰੀਰ ਦੇ ਕਰਕੇ। ਔਰ ਇਤਿਹਾਸ ਦੇ ਵਿੱਚ ਅਨੇਕਾਂ ਐਸੀਆਂ ਮਿਸਾਲਾਂ ਮਿਲ ਜਾਣਗੀਆਂ ਜਦੋਂ ਬਹੁਤ ਛੋਟੇ ਬਾਲਾਂ ਨੇ, ਭਾਵੇਂ ਕਿ ਉਹਨਾਂ ਦੇ ਕੋਲ ਗੁਰਤਾ ਗੱਦੀ ਨਹੀਂ, ਉਹਨਾਂ ਦੇ ਕੋਲ ਗੁਰੂ ਨਾਨਕ ਦੀ ਜੋਤ ਨਹੀਂ, ਪਰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਜਦੋਂ ਹਿਰਦੇ ਦੇ ਵਿੱਚ ਸਮਾ ਗਈ ਅਤੇ ਸੱਚ ਜਾਣਿਓ ਉਹਨਾਂ ਨੂੰ ਵੀ ਆਜੂ ਦੇ ਪੱਧਰ ਤੋਂ ਉਸ ਮਿਆਰ ਤੋਂ ਉੱਚਾ ਚੁੱਕ ਕੇ ਗੁਰੂ ਸਾਹਿਬ ਨੇ ਆਤਮਿਕ ਦ੍ਰਿਸ਼ਟੀ ਦੇ ਮਿਆਰ ਦੇ ਵਿੱਚ ਲੈ ਆਉਂਦਾ। ਮਿਸਾਲ ਹੈ ਗੁਰੂ ਨਾਨਕ ਦੇਵ ਮਹਾਰਾਜ ਪ੍ਰਚਾਰਕ ਦੌਰੇ ਦੇ ਦੌਰਾਨ ਅੰਮ੍ਰਿਤਸਰ ਦੇ ਕੋਲ ਕੱਥੂ ਨੰਗਲ ਗਏ ਨੇ ਅਤੇ ਉੱਥੇ 11 ਸਾਲ ਦੇ ਬੱਚੇ ਨੇ ਇੱਕ ਸਵਾਲ ਕੀਤਾ ਹੈ। ਸਵਾਲ ਬੜਾ ਅਹਿਮ ਹੈ। ਸਵਾਲ ਇਹ ਹੈ ਕਿ ਬਾਬਾ ਉਮਰ ਛੋਟੀ ਹੈ, ਕੀ ਮੈਂ ਗਿਆਨ ਤੋਂ ਬਿਨਾਂ ਹੀ ਸੰਸਾਰ ਤੋਂ ਚਲਾ ਜਾਵਾਂਗਾ? ਗੁਰੂ ਨਾਨਕ ਦੇਵ ਮਹਾਰਾਜ ਨੇ ਜਵਾਬ ਨਹੀਂ ਦਿੱਤਾ। ਅੱਗੋਂ ਮੋੜਵਾਂ ਸਵਾਲ ਕੀਤਾ ਹੈ, ਬੇਟਾ ਤੇਰਾ ਨਾਮ ਕੀ ਹੈ? ਪਾਤਸ਼ਾਹ ਮੇਰਾ ਨਾਮ ਬੂੜਾ ਹੈ। ਅਤੇ ਪਾਤਸ਼ਾਹ ਨੇ ਕਿਹਾ, ਨਾਮ ਬੂੜਾ ਹੈ, ਸਵਾਲ ਬੁੱਢਿਆਂ ਵਾਲਾ ਹੈ, ਪਰ ਤੇਰੇ ਮਨ ਦੇ ਵਿੱਚ ਇਸ ਸਵਾਲ ਨੇ ਜਨਮ ਕਿਉਂ ਲਿਆ? ਆਜੂ ਤਾਂ ਬਹੁਤ ਛੋਟੀ ਹੈ, ਸਵਾਲ ਤੇਰੀ ਆਜੂ ਦੇ ਪੱਧਰ ਦਾ ਨਹੀਂ, ਸਵਾਲ ਬਹੁਤ ਉੱਚਾ ਹੈ, ਤੇਰੇ ਮਨ ਦੇ ਵਿੱਚ ਇਹ ਸਵਾਲ ਪੈਦਾ ਕਿਵੇਂ ਹੋਇਆ? ਬੱਚੇ ਦਾ ਜਵਾਬ ਸੁਣਿਓ, ਜਿਹੜੇ ਬਾਅਦ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਬਾਬਾ ਬੁੱਢਾ ਜੀ ਕਹਿ ਕੇ ਸਤਿਕਾਰੇ ਗਏ।
ਆਜੂ ਬਹੁਤ ਛੋਟੀ ਸੀ, ਸਵਾਲ ਆਜੂ ਤੋਂ ਬਹੁਤ ਵੱਡਾ ਸੀ, ਸਵਾਲ ਦੇ ਪਿੱਛੇ ਕਾਰਨ ਉਹਦੇ ਤੋਂ ਵੀ ਵੱਡਾ ਸੀ। ਬਾਬਾ ਸਾਡੇ ਪਿੰਡ ਦੇ ਵਿੱਚ ਮੁਗਲ ਫੌਜੀਆਂ ਨੇ ਉਤਾਰਾ ਕੀਤਾ ਸੀ ਅਤੇ ਉਹਨਾਂ ਦੇ ਘੋੜਿਆਂ ਨੇ ਜ਼ਿਮੀਂਦਾਰਾਂ ਦੀਆਂ ਫਸਲਾਂ ਖਾ ਲਈਆਂ। ਉਹਨਾਂ ਡਾਢਿਆਂ ਨੂੰ ਕੌਣ ਰੋਕੇ? ਜਿਹੜੀਆਂ ਛੋਟੀਆਂ ਫਸਲਾਂ ਸੀ ਉਹ ਵੀ ਖਾ ਲਈਆਂ, ਜਿਹੜੀਆਂ ਵੱਡੀਆਂ ਸੀ ਉਹ ਵੀ ਖਾ ਲਈਆਂ। ਅਤੇ ਜਿਉਂ ਜਿਉਂ ਮੁਗਲਾਂ ਦੇ ਘੋੜੇ ਇਹਨਾਂ ਫਸਲਾਂ ਨੂੰ ਬਰਬਾਦ ਕਰਦੇ ਸੀ, ਮੇਰੇ ਮਨ ਦੇ ਅੰਦਰ ਸਵਾਲ ਪੈਦਾ ਹੁੰਦਾ ਸੀ ਕਿ ਅਸੀਂ ਵੀ ਤਾਂ ਪਰਮਾਤਮਾ ਦੀ ਖੇਤੀ ਹਨ, ਪਤਾ ਨਹੀਂ ਪਰਮਾਤਮਾ ਨੇ ਕੱਚੀ ਵੱਢਣੀ ਹੈ ਕਿ ਪੱਕੀ ਵੱਢਣੀ ਹੈ, ਪਤਾ ਨਹੀਂ ਕਦੋਂ ਸੰਸਾਰ ਤੋਂ ਚਲੇ ਜਾਣਾ ਹੈ, ਕੀ ਆਤਮਿਕ ਗਿਆਨ ਤੋਂ ਹੀਣਾ ਹੀ ਇਸ ਸੰਸਾਰ ਤੋਂ ਚਲਾ ਜਾਵਾਂਗਾ। ਅਤੇ ਮੇਰੇ ਗੁਰਦੇਵ ਪਾਤਸ਼ਾਹ ਨੇ ਗੱਲ ਦੇ ਨਾਲ ਲਾ ਕੇ ਜਿਹੜੇ ਸ਼ਬਦ ਕਹੇ ਸੀ ਉਹ, ਬੂੜਿਆ ਤੂੰ ਬੂੜਾ ਨਹੀਂ, ਤੂੰ ਤਾਂ ਬੁੱਢਾ ਹੈ, ਅਤੇ ਆਤਮ ਦ੍ਰਿਸ਼ਟੀ ਤੇਰਾ ਗਿਆਨ ਬਹੁਤ ਉੱਚਾ ਹੋਵੇਗਾ। ਸੋ ਇਸ ਗੱਲ ਨੇ ਸਪਸ਼ਟ ਕਰ ਦਿੱਤਾ ਕਿ ਸਿੱਖ ਧਰਮ ਦੇ ਵਿੱਚ ਗਿਆਨ ਉਚੇਰਾ ਹੈ, ਗਿਆਨ ਉੱਚਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਦੇ ਪ੍ਰਥਾਏ ਜਦੋਂ ਅਸੀਂ ਉਹਨਾਂ ਦੇ ਜੀਵਨ ਨੂੰ ਵੇਖਦੇ ਹਾਂ ਤਾਂ ਕੁਝ ਇਤਿਹਾਸਿਕ ਤੱਥ ਸਾਂਝੇ ਕਰਨੇ ਬਹੁਤ ਜ਼ਰੂਰੀ ਨੇ। ਗੁਰਦੇਵ ਪਾਤਸ਼ਾਹ ਦਾ ਪ੍ਰਕਾਸ਼ ਗੁਰੂ ਹਰ ਰਾਏ ਸਾਹਿਬ ਜੀ ਦੇ ਘਰ ਹੋਇਆ, ਪਰ ਸਾਡੇ ਕੁਝ ਸਰੋਤਾਂ ਨੇ ਸਾਡੇ ਇਤਿਹਾਸ ਦਾ ਵਿਗਾੜ ਵੀ ਬਹੁਤ ਕੀਤਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਿੰਨੇ ਵੀ ਸਾਡੇ ਇਤਿਹਾਸ ਦੇ ਸਰੋਤ ਨੇ ਉਹਨਾਂ ਨੂੰ ਪੜ੍ਹਨ ਦੇ ਵਾਸਤੇ ਸਾਨੂੰ ਇਤਿਹਾਸ ਨੂੰ ਕਈ ਕਸਵੱਟੀਆਂ ਦੇ ਵਿੱਚੋਂ ਲਗਾਉਣਾ ਪੈਂਦਾ ਹੈ। ਮਿਸਾਲ ਦੇ ਤੌਰ 'ਤੇ ਗੁਰੂ ਹਰ ਰਾਏ ਸਾਹਿਬ ਦਾ ਆਨੰਦ ਕਾਰਜ ਅਨੂਪ ਨਗਰ, ਜਿਸ ਨੂੰ ਬੁਲੰਦ ਸ਼ਹਿਰ ਵੀ ਕਿਹਾ ਜਾਂਦਾ ਹੈ, ਉੱਥੋਂ ਦੇ ਰਹਿਣ ਵਾਲੇ ਦਇਆ ਰਾਮ ਜੀ ਦੀ ਬੇਟੀ ਸੁਲੱਖਣੀ ਦੇ ਨਾਲ ਹੋਇਆ। ਇਸ ਬੀਬੀ ਦਾ ਨਾਮ ਇਤਿਹਾਸ ਦੇ ਵਿੱਚ ਕੋਟ ਕਲਿਆਣੀ ਵੀ ਮਿਲਦਾ ਹੈ। ਅਤੇ ਵਿਆਹ ਦੇ ਸਮੇਂ ਆਜੂ 11 ਜਾਂ 12 ਸਾਲ, ਇਸ ਗੱਲ ਦੇ ਸਾਨੂੰ ਇਤਿਹਾਸਿਕ ਪ੍ਰਮਾਣ ਮਿਲਦੇ ਨੇ। ਜਦੋਂ ਵਿਆਹ ਤੋਂ ਬਾਅਦ ਪੇਕੇ ਘਰ ਤੋਂ ਸਹੁਰੇ ਘਰ ਦੇ ਵਿੱਚ ਆਏ ਅਤੇ ਨਾਮ ਰੱਖਿਆ ਗਿਆ ਕਿਸ਼ਨ ਕੌਰ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਮਾਤਾ ਜੀ। ਔਰ ਇਤਿਹਾਸਕਾਰਾਂ ਨੇ ਇੱਕ ਏਡੀ ਵੱਡੀ ਗਲਤ ਬਿਆਨੀ ਕਰ ਦਿੱਤੀ, ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਦਇਆ ਰਾਮ ਸੀ ਉਸ ਦੀਆਂ 7 ਬੱਚੀਆਂ ਸੀ ਅਤੇ ਜਦੋਂ ਗੁਰੂ ਹਰ ਰਾਏ ਸਾਹਿਬ ਦੇ ਨਾਲ ਵੱਡੀ ਦਾ ਵਿਆਹ ਹੋਇਆ ਤਾਂ ਸਾਰੀਆਂ ਨੇ ਪ੍ਰਣ ਕਰ ਲਿਆ ਕਿ ਅਸੀਂ ਵੀ ਗੁਰੂ ਹਰ ਰਾਏ ਦੇ ਨਾਲ ਵਿਆਹ ਕਰਾਉਣਾ ਹੈ। ਅਤੇ ਗੁਰੂ ਹਰ ਰਾਏ ਸਾਹਿਬ ਨੇ 7 ਵਿਆਹ ਕਰਾਏ। ਜੇਕਰ ਇੱਕ ਦੋ ਸਾਲ ਦਾ ਫਰਕ ਵੀ ਵੇਖੀਏ ਤਾਂ ਸਭ ਤੋਂ ਛੋਟੀ ਬੱਚੀ ਦੀ ਉਮਰ 1.5 ਸਾਲ ਬਣਦੀ ਹੈ ਕਿ 1.5 ਸਾਲ ਦੀ ਬੱਚੀ ਦੇ ਮਨ ਦੇ ਵਿੱਚ ਵਿਆਹ ਦਾ ਸੰਕਲਪ ਆ ਸਕਦਾ ਹੈ। ਇਹ ਕੇਵਲ ਅਤੇ ਕੇਵਲ ਸਾਡੇ ਇਤਿਹਾਸ ਨੂੰ ਕਲੰਕਿਤ ਕਰਨ ਦੇ ਵਾਸਤੇ, ਸਾਡੇ ਇਤਿਹਾਸ ਦੀਆਂ ਧਾਰਨਾਵਾਂ ਨੂੰ ਬਰਬਾਦ ਕਰਨ ਦੇ ਵਾਸਤੇ ਇਹ ਕੁਝ ਇਹਨਾਂ ਸਰੋਤਾਂ ਦੇ ਵਿੱਚ ਮਿਲਾਵਟ ਕੀਤੀ ਗਈ। ਸੋ ਅਸੀਂ ਇਸ ਗੱਲ ਦੇ ਉੱਪਰ ਨਿਸ਼ਚਾ ਰੱਖੀਏ, ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜਨਮ ਮਾਤਾ ਕਿਸ਼ਨ ਕੌਰ ਦੀ ਕੁੱਖੋਂ ਗੁਰੂ ਹਰ ਰਾਏ ਸਾਹਿਬ ਦੇ ਘਰ ਹੋਇਆ। ਜਨਮ ਤਾਰੀਖ ਦੇ ਬਾਰੇ ਜਿਹੜੇ ਸਾਡੇ ਪੁਰਾਤਨ ਸਰੋਤ ਨੇ ਉਹ 9 ਸਾਉਣ 10 ਦੱਸਦੇ ਨੇ, ਕੁਝ ਇਤਿਹਾਸਿਕ ਸਰੋਤਾਂ ਦੇ ਵਿੱਚ 8 ਸਾਉਣ ਦਾ ਜ਼ਿਕਰ ਹੈ। ਇਹ ਤਾਰੀਖਾਂ ਜਿਹੜੀਆਂ ਨੇ ਇਹ ਵੱਖ ਵੱਖ ਨੇ, ਅਤੇ ਜੇ ਇਹਨਾਂ ਹੀ ਬਿਕਰਮੀ ਤਾਰੀਖਾਂ ਨੂੰ ਅਸੀਂ ਕਨਵਰਟ ਕਰੀਏ ਤਾਂ 23 ਜੁਲਾਈ ਜਿਹੜੀ ਹੈ ਗੁਰੂ ਸਾਹਿਬ ਦੇ ਪ੍ਰਕਾਸ਼ ਦੀ ਤਾਰੀਖ ਜਿਹੜੀ ਉਹ ਬਣਦੀ ਹੈ। ਇਹਨਾਂ ਤੋਂ 6 ਸਾਲ ਪਹਿਲਾਂ ਇਸੇ ਹੀ ਘਰ ਦੇ ਵਿੱਚ
ਇੱਕ ਬੱਚੇ ਦਾ ਹੋਰ ਜਨਮ ਹੋ ਚੁੱਕਾ ਹੈ, ਉਹ ਹੈ ਰਾਮ ਰਾਏ। ਰਾਮ ਰਾਏ ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਕੋਈ 6.25 ਸਾਲ ਵੱਡਾ ਸੀ। ਹੁਣ ਜਿਹੜਾ ਸਭ ਤੋਂ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਦਿੱਲੀ ਦੇ ਵਿੱਚ ਗੁਰੂ ਸਾਹਿਬ ਨੂੰ ਤਲਬ ਕਿਉਂ ਕੀਤਾ ਗਿਆ? ਕਿਉਂਕਿ ਗੁਰੂ ਹਰ ਰਾਏ ਸਾਹਿਬ ਨੂੰ ਤਲਬ ਕੀਤਾ ਗਿਆ, ਇੱਕ ਵਾਰੀ ਗੁਰੂ ਹਰ ਰਾਏ ਸਾਹਿਬ ਨੇ ਇਨਕਾਰ ਕੀਤਾ, ਦੂਸਰੀ ਵਾਰੀ ਫਿਰ ਤਲਬ ਕੀਤਾ ਗਿਆ, ਫਿਰ ਰਾਮ ਰਾਏ ਜੀ ਨੂੰ ਭੇਜਿਆ ਗਿਆ, ਇਹਦੇ ਪਿੱਛੇ ਕਾਰਨ ਕੀ ਸੀ? ਜਹਾਂਗੀਰ ਗੁਰੂ ਘਰ ਦਾ ਵਿਰੋਧੀ ਸੀ। ਜਹਾਂਗੀਰ ਦੇ ਸਮੇਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੋਈ ਹੈ, ਔਰ ਉਸ ਸ਼ਹਾਦਤ ਦੇ ਪਿੱਛੇ ਸਭ ਤੋਂ ਵੱਡਾ ਅਹਿਮ ਕਾਰਨ ਸੀ ਸ਼ੇਖ ਅਹਿਮਦ ਸਰਹੰਦੀ। ਸ਼ੇਖ ਅਹਿਮਦ ਸਰਹੰਦੀ ਦਾ ਜਿਹੜਾ ਬੇਟਾ ਸੀ ਉਹ ਸੀ ਸੈਯਦ ਮਾਸੂਮ ਫਾਰੂਖੀ, ਜਿਹੜਾ ਕਿ ਸ਼ਾਹਜਹਾਨ ਦਾ ਸਲਾਹਕਾਰ ਸੀ। ਸ਼ਾਹਜਹਾਨ ਵੀ ਪਹਿਲਾਂ ਗੁਰੂ ਘਰ ਦੇ ਨਾਲ ਇੰਨੀ ਵਧੀਆ ਨੀਤੀ ਨਹੀਂ ਸੀ ਰੱਖਦਾ। 6ਵੇਂ ਪਾਤਸ਼ਾਹ ਦੇ ਸਮੇਂ ਜਿੰਨੀਆਂ ਵੀ ਜੰਗਾਂ ਹੋਈਆਂ ਨੇ ਮੁਗਲ ਅਹਿਲਕਾਰਾਂ ਦੇ ਨਾਲ, ਹਿੰਦੁਸਤਾਨ ਦਾ ਬਾਦਸ਼ਾਹ ਸ਼ਾਹਜਹਾਨ ਸੀ। ਪਰ ਗੁਰੂ ਹਰ ਰਾਏ ਸਾਹਿਬ ਦੇ ਸਮੇਂ ਆ ਕੇ ਸ਼ਾਹਜਹਾਨ ਦੀ ਮਾਨਸਿਕਤਾ ਦੇ ਵਿੱਚ ਸਿੱਖੀ ਦੇ ਪ੍ਰਤੀ ਇੱਕ ਤਬਦੀਲੀ ਆਈ ਹੈ। ਉਸ ਤਬਦੀਲੀ ਦਾ ਕਾਰਨ ਸ਼ਾਹਜਹਾਨ ਦੇ 4 ਪੁੱਤਰ ਮੁਰਾਦ, ਦਾਰਾ, ਸੁਜਾ ਔਰ ਉਸ ਤੋਂ ਬਾਅਦ ਔਰੰਗਜ਼ੇਬ। ਇਹ ਸ਼ਾਹਜਹਾਨ ਦੇ 4 ਪੁੱਤਰ ਨੇ। ਔਰੰਗਜ਼ੇਬ ਜਿਹੜਾ ਹੈ ਇਹ ਚੜ੍ਹਦੀ ਜਵਾਨੀ ਦੇ ਵਿੱਚ ਹੀ ਬੜਾ ਚਲਾਕ ਔਰ ਲਾਲਚੀ ਤਬੀਅਤ ਦਾ ਇਨਸਾਨ ਸੀ। ਅਜੇ ਜਵਾਨੀ ਦੇ ਉੱਪਰ ਕਦਮ ਧਰਿਆ ਅਤੇ ਮਨ ਦੇ ਵਿੱਚ ਆਇਆ ਕਿ ਜੇਕਰ ਮੈਂ ਆਪਣੇ ਬਾਕੀ 3 ਭਰਾਵਾਂ ਨੂੰ ਮਰਵਾ ਦੇਵਾਂ ਅਤੇ ਬਾਪ ਦੀ ਜਾਇਦਾਦ ਦਾ ਅਤੇ ਰਾਜ ਦਾ ਵਾਰਸ ਮੈਂ ਇਕੱਲਾ ਰਹਿ ਜਾਵਾਂਗਾ। ਇਸ ਨੇ ਆਪਣੇ ਮਹਿਲ ਦੇ ਵਿੱਚ ਕੰਮ ਕਰਦੇ ਇੱਕ ਬਾਵਰਚੀ ਨੂੰ, ਇੱਕ ਰਸੋਈਏ ਨੂੰ ਖਰੀਦਿਆ ਅਤੇ ਵੱਡੇ ਭਰਾ ਜਿਸ ਦੇ ਬਾਰੇ ਇਹ ਸਮਝਿਆ ਜਾ ਸਕਦਾ ਸੀ ਕਿ ਸ਼ਾਹਜਹਾਨ ਤੋਂ ਬਾਅਦ ਉਹ ਰਾਜ ਦਾ ਅਧਿਕਾਰੀ ਹੋਵੇਗਾ, ਉਸਨੂੰ 6 ਦੀ ਮੁੱਛ ਦਾ ਵਾਲ ਉਸਦੇ ਭੋਜਨ ਦੇ ਵਿੱਚ ਖਵਾ ਦਿੰਦਾ। ਪੁਰਾਣੇ ਸਮਿਆਂ ਦੇ ਵਿੱਚ ਇਹ ਗੱਲ ਮੰਨੀ ਜਾਂਦੀ ਸੀ ਕਿ ਜੇਕਰ ਕਿਸੇ ਨੂੰ 6 ਦੀ ਮੁੱਛ ਦਾ ਵਾਲ ਖਵਾ ਦਿੱਤਾ ਜਾਵੇ ਤਾਂ ਉਹਦੇ ਪੇਟ ਦੇ ਵਿੱਚ ਅਲਸਰੇਸ਼ਨ ਹੋ ਜਾਂਦੀ ਹੈ, ਉਸ ਤੋਂ ਬਾਅਦ ਕੈਂਸਰੇਸ਼ਨ ਹੋ ਸਕਦੀ ਹੈ ਅਤੇ ਬੰਦੇ ਦਾ ਬਚਾਅ ਨਹੀਂ ਹੁੰਦਾ, ਬੰਦਾ ਹੌਲੀ ਹੌਲੀ ਮਰ ਜਾਂਦਾ। ਦਾਰਾ ਬਿਮਾਰ ਹੋ ਗਿਆ। ਦਾਰਾ ਜਿਸ ਵੇਲੇ ਬਿਮਾਰ ਹੋਇਆ ਜਿੰਨੇ ਵੀ ਵੈਦ ਹਕੀਮ ਸੀ ਸਾਰਿਆਂ ਨੂੰ ਬੁਲਾਇਆ ਗਿਆ। ਅਖੀਰ ਇੱਕ ਮੀਰ ਹਸਨ ਨਾਮ ਦਾ ਵੈਦ ਸੀ, ਬੜਾ ਸਿਆਣਾ, ਜਦੋਂ ਉਸ ਨੂੰ ਬੁਲਾਇਆ ਗਿਆ ਤਾਂ ਉਸਨੇ ਕਿਹਾ ਕਿ ਇਸ ਦਾ ਇਲਾਜ ਇੱਕ ਤਰੀਕੇ ਨਾਲ ਹੋ ਸਕਦਾ ਹੈ, ਜੇਕਰ ਮੈਨੂੰ 3 ਚੀਜ਼ਾਂ ਲੈ ਦੇ, ਚਿੱਟੀ ਹਰੜ, ਵੱਡਾ ਲੌਂਗ ਅਤੇ ਗਜ ਮੋਤੀ। ਜੇਕਰ ਇਹ 3 ਚੀਜ਼ਾਂ ਤੁਸੀਂ ਕਿਤਿਓਂ ਮੈਨੂੰ ਮੰਗਵਾ ਦਿਓ ਤਾਂ ਮੈਂ ਇਹਨਾਂ 3 ਚੀਜ਼ਾਂ ਦੀ ਜਿਹੜੀ ਦਵਾਈ ਤਿਆਰ ਕਰਾਂਗਾ ਉਸ ਦੇ ਨਾਲ ਮੈਂ ਤੇਰੇ ਬੇਟੇ ਦਾ ਇਲਾਜ ਕਰ ਸਕਦਾ। ਹੁਣ ਖਿਆਲ ਕਰਿਓ, ਗੁਰੂ ਹਰ ਰਾਏ ਸਾਹਿਬ ਦਾ ਸ਼ਫਾਖਾਨਾ, ਦਵਾਖਾਨਾ, ਜਾਂ ਤੁਸੀਂ ਅੱਜ ਦੇ ਸਮੇਂ ਦੇ ਵਿੱਚ ਹੋਸਪਿਟਲ ਕਹਿ ਲਓ, ਉਹ ਕਿਸ ਪੱਧਰ ਦਾ ਹੋਵੇਗਾ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਕਿਸੇ ਵੀ ਸ਼ਫੇਖਾਨੇ ਦੇ ਵਿੱਚ, ਕਿਸੇ ਵੀ ਹਸਪਤਾਲ ਦੇ ਵਿੱਚ ਇਹ 3 ਚੀਜ਼ਾਂ ਮੌਜੂਦ ਨਹੀਂ? ਖਬਰ ਮਿਲੀ ਸ਼ਾਹਜਹਾਨ ਨੂੰ ਕਿ ਜੇਕਰ ਇਹ 3 ਚੀਜ਼ਾਂ ਕਿਤੇ ਉਹ ਮਿਲ ਸਕਦੀਆਂ ਨੇ ਤਾਂ ਕੀਰਤਪੁਰ ਸਾਹਿਬ ਗੁਰੂ ਹਰ ਰਾਏ ਸਾਹਿਬ ਦੇ ਸ਼ਫਾਖਾਨੇ ਦੇ ਵਿੱਚ। ਅੱਜ ਦੇ ਹਿਸਾਬ ਦੇ ਨਾਲ ਵੇਖੀਏ
ਬਿਮਾਰ ਹੋਈਏ ਅਤੇ ਦਿੱਲੀ ਵੱਲ ਭੱਜੀਦਾ ਅਤੇ ਖਿਆਲ ਕਰੋ ਉਦੋਂ ਸਾਡੀਆਂ ਸਿਹਤ ਸਹੂਲਤਾਂ ਦਾ ਸਿਸਟਮ ਕਿਵੇਂ ਦਾ ਹੋਵੇਗਾ ਕਿ ਦਿੱਲੀ ਦੇ ਬਾਦਸ਼ਾਹ ਦਾ ਪੁੱਤ ਬਿਮਾਰ ਹੋਇਆ ਅਤੇ ਉਸਨੂੰ ਕੀਰਤਪੁਰ ਸਾਹਿਬ ਆਉਣਾ ਪੈ ਰਿਹਾ। ਅੱਜ ਦੇ ਨਜ਼ੀਰੇ 'ਚ ਵੇਖੋ ਕਿ ਸਾਡਾ ਨਿਗਾਰ ਕਿੰਨਾ ਆਇਆ। ਗੁਰੂ ਸਾਹਿਬ ਨੇ ਸਾਡੇ ਕਿੱਡੇ ਵੱਡੇ ਸਿਸਟਮ ਨੂੰ ਉਸਾਰਿਆ ਸੀ ਕਿ ਅੱਜ ਅਸੀਂ ਬਿਮਾਰ ਹੁੰਦੇ ਹਾਂ, ਸਾਡਾ ਮੂੰਹ ਦਿੱਲੀ ਵੱਲ ਹੁੰਦਾ ਹੈ, ਉਦੋਂ ਦਿੱਲੀ ਦੇ ਬਾਦਸ਼ਾਹ ਦਾ ਪੁੱਤ ਬਿਮਾਰ ਹੋਇਆ ਅਤੇ ਧਿਆਨ ਪੰਜਾਬ ਵੱਲ ਹੈ। ਇਹਦਾ ਮਤਲਬ ਕਿ ਉਸ ਸਮੇਂ ਹਿੰਦੁਸਤਾਨ ਦੇ ਵਿੱਚ ਜੇ ਕੋਈ ਸਭ ਤੋਂ ਵੱਡਾ ਇਲਾਜ ਦਾ ਕੇਂਦਰ ਸੀ ਤਾਂ ਗੁਰੂ ਹਰ ਰਾਏ ਸਾਹਿਬ ਨੇ ਜਿਹੜਾ ਸਥਾਪਿਤ ਕੀਤਾ ਸੀ। ਗੁਰੂ ਹਰ ਰਾਏ ਸਾਹਿਬ ਦੇ ਕੋਲੋਂ ਇਹ ਸਾਰੀਆਂ ਵਸਤਾਂ ਮੰਗਵਾਈਆਂ ਗਈਆਂ, ਦਾਰਾ ਸ਼ਿਕੋਹ ਦਾ ਇਲਾਜ ਕੀਤਾ ਗਿਆ ਔਰ ਉਹ ਠੀਕ ਹੋ ਗਿਆ। ਦਾਰਾ ਸ਼ਿਕੋਹ ਜਦੋਂ ਠੀਕ ਹੋਇਆ ਤਾਂ ਉਸ ਵੇਲੇ ਸ਼ਾਹਜਹਾਨ ਨੇ ਆਪਣੇ ਚਾਰ ਪੁੱਤਰਾਂ ਦੇ ਵਿੱਚ ਜਾਇਦਾਦ ਦੀ ਤਕਸੀਮ ਕਰ ਦਿੱਤੀ। ਉਸਨੇ ਦਿੱਲੀ ਦਾ ਔਰ ਆਗਰੇ ਦਾ ਅਤੇ ਪੰਜਾਬ ਦਾ ਇਲਾਕਾ ਦਾਰਾ ਸ਼ਿਕੋਹ ਨੂੰ ਦੇ ਦਿੱਤਾ, ਦੱਖਣ ਦਾ ਇਲਾਕਾ ਔਰੰਗਜ਼ੇਬ ਨੂੰ ਦੇ ਦਿੱਤਾ, ਗੁਜਰਾਤ ਦਾ ਇਲਾਕਾ ਮੁਰਾਦ ਨੂੰ ਦੇ ਦਿੱਤਾ ਅਤੇ ਬੰਗਾਲ ਦਾ ਇਲਾਕਾ ਸ਼ਜਾਹ ਨੂੰ ਦੇ ਦਿੱਤਾ। ਚਾਰ ਪੁੱਤਰਾਂ ਦੇ ਵਿੱਚ ਜਾਇਦਾਦ ਦੀ ਵੰਡ ਕਰ ਦਿੱਤੀ ਗਈ। ਹੌਲੀ ਹੌਲੀ ਸ਼ਾਹਜਹਾਨ ਬਿਮਾਰ ਹੋ ਗਿਆ, ਇੰਨਾ ਬਿਮਾਰ ਹੋ ਗਿਆ ਕਿ ਰਾਜ ਦੇ ਕੰਮ ਨਹੀਂ ਸੀ ਕਰ ਸਕਦਾ। ਅਤੇ ਜਿਹੜਾ ਦਾਰਾ ਸੀ, ਦਾਰਾ ਸ਼ਿਕੋਹ, ਇਹਦੇ ਨਾਲ ਖਾਸ ਪਿਆਰ ਕਰਦਾ ਸੀ ਸ਼ਾਹਜਹਾਨ। ਦਾਰਾ ਸ਼ਿਕੋਹ ਨੇ ਸੋਚਿਆ ਕਿ ਜੇਕਰ ਰਾਜ ਦੇ ਵਿੱਚ ਇੰਨੇ ਜ਼ਿਆਦਾ ਲੋਕ ਮੇਰੇ ਬਾਪ ਨੂੰ ਮਿਲਣ ਆਉਣਗੇ, ਤਬੀਅਤ ਹੋਰ ਵਿਗੜ ਸਕਦੀ ਹੈ। ਉਹਨੇ ਲੋਕਾਂ ਦਾ ਮਿਲਣਾ ਬੰਦ ਕਰਾ ਦਿੱਤਾ ਅਤੇ ਔਰੰਗਜ਼ੇਬ ਨੇ ਸੋਚਿਆ ਕਿ ਸ਼ਾਇਦ ਪਿਤਾ ਦੀ ਮੌਤ ਹੋ ਚੁੱਕੀ ਹੈ, ਇਸ ਕਰਕੇ ਇਸ ਮੌਤ ਦੀ ਖਬਰ ਨੂੰ ਲੁਕਾਇਆ ਜਾ ਰਿਹਾ। ਔਰੰਗਜ਼ੇਬ ਨੇ ਉਸੇ ਵੇਲੇ ਦਿੱਲੀ ਵਾਲੇ ਪਾਸੇ ਹੋ ਕੇ ਆਗਰੇ ਵੱਲ ਨੂੰ ਹਮਲਾ ਕਰ ਦਿੱਤਾ। ਔਰੰਗਜ਼ੇਬ ਨੇ ਆਪਣੇ ਭਰਾ ਮੁਰਾਦ ਨੂੰ, ਜਿਹੜਾ ਗੁਜਰਾਤ ਦਾ ਹਾਕਮ ਸੀ, ਉਹਨੂੰ ਨਾਲ ਮਿਲਾ ਲਿਆ। ਇਹ ਦੋਵੇਂ ਭਰਾ ਇਕੱਠੇ ਹੋ ਕੇ ਇਹਨਾਂ ਨੇ ਆਪਣੇ ਬਾਪ ਦੇ ਖਿਲਾਫ਼ ਬਗਾਵਤ ਕਰ ਲਈ। ਬਾਪ ਦੇ ਖਿਲਾਫ਼ ਬਗਾਵਤ ਕੀਤੀ ਅਤੇ ਉੱਧਰੋਂ ਤੀਸਰੇ ਭਰਾ ਬੰਗਾਲ ਦੇ ਵਿੱਚ ਸਜਾ ਨੇ ਵੀ ਬਗਾਵਤ ਕਰ ਦਿੱਤੀ। ਸਜਾ ਦੇ ਨਾਲ ਲੜਨ ਦੇ ਵਾਸਤੇ ਅਤੇ ਉਹਦੀ ਬਗਾਵਤ ਨੂੰ ਦਬਾਉਣ ਦੇ ਵਾਸਤੇ ਦਾਰਾ ਸ਼ਿਕੋਹ ਨੇ ਆਪਣਾ ਪੁੱਤਰ ਸੁਲਤਾਨ ਸ਼ਿਕੋਹ ਭੇਜਿਆ। ਸੁਲਤਾਨ ਸ਼ਿਕੋਹ ਨੇ ਸੁਜਾਹ ਨੂੰ ਹਾਰ ਦਿੱਤੀ ਅਤੇ ਉਸ ਇਲਾਕੇ ਦੇ ਉੱਪਰ ਕਬਜ਼ਾ ਕਰ ਲਿਆ। ਹੁਣ ਬਾਪ ਔਰ ਬੇਟੇ ਦੇ ਵਿੱਚ ਵਾਰਤਾਲਾਪ ਹੁੰਦੀ ਹੈ। ਸ਼ਾਹਜਹਾਨ ਬਿਮਾਰ ਹੈ ਅਤੇ ਸ਼ਾਹਜਹਾਨ ਆਪਣੇ ਪੁੱਤਰ ਨੂੰ ਦਾਰੇ ਨੂੰ ਕਹਿੰਦਾ ਹੈ ਕਿ ਦਾਰੇ, ਹੁਣ ਜੇਕਰ ਤੂੰ ਬਚਣਾ ਚਾਹੁੰਦਾ ਹੈ ਜਾਂ ਹਿੰਦੁਸਤਾਨ ਦੇ ਵਿੱਚ ਰਾਜ ਕਰਨਾ ਚਾਹੁੰਦਾ, ਤੇਰੇ ਕੋਲ ਇੱਕ ਹੀ ਰਾਹ ਹੈ ਕਿ ਤੂੰ ਦਿੱਲੀ ਦੇ ਉੱਪਰ ਕਬਜ਼ਾ ਕਰ। ਜਦੋਂ ਦਾਰਾ ਦਿੱਲੀ ਦੇ ਉੱਪਰ ਕਬਜ਼ਾ ਕਰਨ ਨੂੰ ਵੱਧ ਰਿਹਾ ਸੀ ਅਤੇ ਦਿੱਲੀ ਦਾ ਜਿਹੜਾ ਉਸ ਵੇਲੇ ਦਾ ਫੌਜਦਾਰ ਸੀ ਉਹ ਔਰੰਗਜ਼ੇਬ ਦੀ ਗੱਲ ਦੇ ਵਿੱਚ ਆ ਚੁੱਕਾ ਸੀ, ਉਸਨੇ ਦਾਰੇ ਨੂੰ ਜਗ੍ਹਾ ਨਾ ਦਿੱਤੀ। ਹੁਣ ਦਾਰੇ ਨੇ ਸੋਚਿਆ ਕਿ ਜੇਕਰ ਮੈਂ ਆਪਣੇ ਪੁੱਤਰ ਸੁਲਤਾਨ ਸ਼ਿਕੋਹ ਨੂੰ ਉਡੀਕਦਾ ਹਾਂ ਤਾਂ ਬਹੁਤ ਦੇਰੀ ਹੋ ਜਾਵੇਗੀ। ਦਾਰਾ ਪੰਜਾਬ ਵੱਲ ਨੂੰ ਚਲਾ ਗਿਆ। ਸਭ ਤੋਂ ਪਹਿਲਾਂ ਇਹ ਸੁਲਤਾਨਪੁਰ ਲੋਧੀ ਗਿਆ, ਉੱਥੇ ਕੁਛ ਦਿਨ ਟਿਕਿਆ, ਪਰ ਇਹਨੇ ਸੋਚਿਆ ਕਿ ਮੈਂ ਇੱਥੇ ਔਰੰਗਜ਼ੇਬ ਔਰ ਮੁਰਾਦ ਦੀਆਂ ਫੌਜਾਂ ਦਾ ਮੁਕਾਬਲਾ ਨਹੀਂ ਕਰ ਸਕਾਂਗਾ। ਉਸ ਤੋਂ ਬਾਅਦ ਇਹ ਕੀਰਤਪੁਰ ਸਾਹਿਬ ਆਇਆ। ਕੀਰਤਪੁਰ ਸਾਹਿਬ ਇਸ ਕਰਕੇ ਆਇਆ ਕਿ ਇਸ ਨੂੰ ਇਹ ਪਤਾ ਸੀ ਕਿ ਗੁਰੂ ਸਾਹਿਬ ਨੇ ਮੇਰੀ ਜਾਨ ਬਚਾਈ ਸੀ, ਗੁਰੂ ਸਾਹਿਬ ਦੇ ਕੋਲ 2200 ਘੋੜ ਸਵਾਰਾਂ ਦੀ ਫੌਜ ਹੈ, ਗੁਰੂ ਸਾਹਿਬ ਮੇਰੀ ਮਦਦ ਵੀ ਕਰ ਸਕਦੇ ਨੇ। ਪਰ ਜਦੋਂ ਕੀਰਤਪੁਰ ਸਾਹਿਬ ਆਇਆ, ਇਸ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਤਾਂ ਗੋਇੰਦਵਾਲ ਸਾਹਿਬ ਦੇ ਇਲਾਕੇ ਦੇ ਵਿੱਚ ਨੇ। ਇਹ ਗੋਇੰਦਵਾਲ ਸਾਹਿਬ ਚਲਾ ਗਿਆ, ਗੁਰੂ ਸਾਹਿਬ ਦੇ ਨਾਲ
ਇਸ ਦਾ ਮਿਲਾਪ ਹੋਇਆ, ਗੁਰੂ ਸਾਹਿਬ ਦੇ ਦੀਦਾਰ ਕੀਤੇ ਔਰ ਗੁਰੂ ਸਾਹਿਬ ਦੇ ਨਾਲ ਜਦੋਂ ਮੁਲਾਕਾਤ ਹੋਈ ਤਾਂ ਇਸ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰਾ ਪਿੱਛਾ ਕਰਦਾ ਔਰੰਗਜ਼ੇਬ ਆ ਰਿਹਾ ਹੈ, ਮੇਰੀ ਰੱਖਿਆ ਕੀਤੀ ਜਾਵੇ। ਗੁਰੂ ਸਾਹਿਬ ਨੇ ਇਸ ਦੀ ਰੱਖਿਆ ਦੇ ਵਾਸਤੇ ਬਿਆਸ ਦੇ ਕੰਢੇ ਦੇ ਉੱਪਰ ਇੱਕ ਤਾਂ ਆਪਣੀ ਫੌਜ ਤੈਨਾਤ ਕੀਤੀ ਔਰ ਦੂਸਰੀ ਤੁਸੀਂ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਇੱਕ ਗੁਰਸਿੱਖ ਦਾ ਨਾਮ ਸੁਣਦੇ ਹੋ, ਪੱਟੀ ਅੰਦਰ ਚੌਧਰੀ ਢਿੱਲੋ ਲਾਲ ਲੰਗਾਹ ਸਦਾਉਂਦਾ। ਜਿਹੜਾ ਭਾਈ ਲੰਗਾਹ ਢਿੱਲੋ ਸੀ ਉਸਦਾ ਪੁੱਤਰ ਸੀ ਸਿਕੰਦਰ। ਲੰਗਾਹ ਨੇ ਵੀ ਛੇਵੇਂ ਪਾਤਸ਼ਾਹ ਦੀ ਮਦਦ ਕੀਤੀ ਸੀ ਜਦੋਂ ਮੁਗਲਾਂ ਨੇ ਹਮਲਾ ਕੀਤਾ ਹੈ, ਅਤੇ ਉਹਦੇ ਪੁੱਤਰ ਨੇ ਆਪਣੀਆਂ ਫੌਜਾਂ ਜਿਹੜੀਆਂ ਸੀ ਗੁਰੂ ਸਾਹਿਬ ਦੇ ਸਿੱਖਾਂ ਦੇ ਨਾਲ ਤੈਨਾਤ ਕਰ ਦਿੱਤੀਆਂ। ਪਰ ਦਾਰਾ ਲੜ ਨਾ ਸਕਿਆ, ਦਾਰਾ ਉੱਥੋਂ ਲਾਹੌਰ ਭੱਜ ਗਿਆ, ਲਾਹੌਰ ਤੋਂ ਸਿੰਧ ਦੇ ਇਲਾਕੇ 'ਚ ਚਲਾ ਗਿਆ। ਔਰੰਗਜ਼ੇਬ ਨੇ ਸਾਰੇ ਇਸ ਇਲਾਕੇ ਦੇ ਉੱਪਰ ਕਬਜ਼ਾ ਕਰ ਲਿਆ। ਦਾਰੇ ਨੇ ਜਿਸ ਜਗ੍ਹਾ ਦੇ ਉੱਪਰ ਪਨਾਹ ਲਈ ਸਿੰਧ ਦੇ ਵਿੱਚ ਜਾ ਕੇ, ਉਸ ਜਿਸ ਵਿਅਕਤੀ ਦੇ ਕੋਲ ਜਾ ਕੇ ਸਿੰਧ 'ਚ ਇਸਨੇ ਸ਼ਰਨ ਲਈ, ਉਸ ਦਾ ਨਾਮ ਸੀ ਮਲਕ ਜੀਵਨ ਜੂਨਾ। ਉਸਨੇ ਕੁਛ ਦਿਨ ਤਾਂ ਇਸ ਨੂੰ ਆਪਣੇ ਕੋਲ ਰੱਖਿਆ ਅਤੇ ਬਾਅਦ ਦੇ ਵਿੱਚ ਔਰੰਗਜ਼ੇਬ ਦੇ ਨਾਲ ਉਸਦਾ ਚਿੱਠੀ ਪੱਤਰ ਹੋਇਆ। ਕਿਉਂਕਿ ਔਰੰਗਜ਼ੇਬ ਦੇ ਬਾਰੇ ਬਰਨੀਅਰ ਲਿਖਦਾ ਹੈ ਕਿ ਅੰਗਰੇਜ਼ ਵਿਦਵਾਨ ਕਹਿੰਦਾ ਕਿ ਪੂਰੀ ਤਰ੍ਹਾਂ ਦੇ ਨਾਲ ਜੇ ਕਿਸੇ ਨੂੰ ਸ਼ੈਤਾਨੀ ਦਿਮਾਗ ਕਿਹਾ ਜਾਵੇ ਤਾਂ ਉਹ ਔਰੰਗਜ਼ੇਬ ਸੀ। ਜਿਹੜਾ ਪੰਜਾਬ ਦਾ ਹਾਕਮ ਸੀ ਉਸ ਵੇਲੇ ਉਹ ਮਦਦ ਕਰਨਾ ਚਾਹੁੰਦਾ ਸੀ ਦਾਰੇ ਦੀ, ਪਰ ਔਰੰਗਜ਼ੇਬ ਨੇ ਇੱਕ ਐਸੀ ਜਾਲੀ ਚਿੱਠੀ ਤਿਆਰ ਕਰਾਈ, ਉਹ ਚਿੱਠੀ ਜਿਹੜੀ ਸੀ ਉਹ ਦਾਰੇ ਤੱਕ ਪਹੁੰਚਾਈ ਔਰ ਉਸ ਚਿੱਠੀ ਦੇ ਵਿੱਚ ਪੰਜਾਬ ਦੇ ਹਾਕਮ ਵੱਲੋਂ ਲਿਖਿਆ ਹੋਇਆ ਸੀ ਔਰੰਗਜ਼ੇਬ ਨੂੰ ਕਿ ਇਹ ਬਾਦਸ਼ਾਹ ਸ਼ਹਿਨਸ਼ਾਹ ਆਲਮਗੀਰ ਔਰੰਗਜ਼ੇਬ, ਜਦੋਂ ਵੀ ਦਾਰਾ ਮੇਰੇ ਹੱਥ ਆਇਆ ਮੈਂ ਤੇਰੇ ਹਵਾਲੇ ਕਰ ਦੇਵਾਂਗਾ। ਹਾਲਾਂਕਿ ਚਿੱਠੀ ਬਿਲਕੁਲ ਝੂਠੀ ਸੀ, ਪਰ ਦਾਰੇ ਨੂੰ ਆਪਣਾ ਜਿਹੜਾ ਪੰਜਾਬ ਦਾ ਫੌਜਦਾਰ ਸੀ ਉਹਦੇ ਪ੍ਰਤੀ ਵੀ ਸ਼ੱਕ ਹੋ ਗਿਆ, ਉਸਨੇ ਉਹਦਾ ਵੀ ਸਾਥ ਛੱਡ ਦਿੱਤਾ, ਇਕੱਲਾ ਰਹਿ ਗਿਆ। ਜਦੋਂ ਜਾ ਕੇ ਇਸਨੇ ਸਿੰਧ ਦੇ ਵਿੱਚ ਪਨਾਹ ਲਈ ਅਤੇ ਜਿਹੜਾ ਸਿੰਧ ਦਾ ਹਾਕਮ ਸੀ ਮਲਕ ਜੀਵਨ ਜੂਨਾ, ਉਸ ਨੇ ਇਸ ਦੇ ਬੇਟੇ ਸਿਪਰ ਸ਼ਿਕੋ, ਦਾਰਾ ਸ਼ਿਕੋ ਨੂੰ ਦੋਵਾਂ ਨੂੰ ਬੇੜੀਆਂ ਪਵਾ ਕੇ ਔਰੰਗਜ਼ੇਬ ਦੇ ਹਵਾਲੇ ਕਰ ਦਿੱਤਾ ਔਰ ਔਰੰਗਜ਼ੇਬ ਨੇ ਪਿਤਾ ਔਰ ਪੁੱਤਰ ਨੂੰ ਬੜੇ ਤਸੀਹੇ ਦੇ ਕੇ ਕਤਲ ਕਰ ਦਿੱਤਾ। ਇਸ ਦੀ ਪਤਨੀ ਸੀ ਨਾਦਰਾ, ਉਸਦੀ ਵੀ ਬਿਮਾਰੀ ਦੀ ਹਾਲਤ ਦੇ ਵਿੱਚ ਸਿੰਧ ਦੇ ਇਲਾਕੇ ਦੇ ਵਿੱਚ ਮੌਤ ਹੋ ਗਈ। ਔਰੰਗਜ਼ੇਬ ਨੇ ਆਪਣੇ ਬਾਕੀ ਭਰਾਵਾਂ ਦਾ ਵੀ ਹੌਲੀ ਹੌਲੀ ਕਤਲ ਕੀਤਾ ਅਤੇ ਆਪਣੇ ਪਿਤਾ ਨੂੰ ਕੈਦ ਕਰ ਲਿਆ। ਔਰੰਗਜ਼ੇਬ ਕਿਵੇਂ ਦੇ ਸੁਭਾਅ ਦਾ ਸੀ, ਉਸਦੇ ਪਿਤਾ ਸ਼ਾਹਜਹਾਨ ਨੇ ਇੱਕ ਸ਼ੇਰ ਲਿਖਿਆ ਹੈ, ਉਸ ਤੋਂ ਪਤਾ ਲੱਗ ਜਾਂਦਾ ਹੈ ਕਿ ਇਹ ਕਿਵੇਂ ਦੇ ਸੁਭਾਅ ਦਾ ਸੀ। ਇਹ ਆਪਣੇ ਬਾਪ ਨੂੰ ਰੋਜ਼ ਅੱਧਾ ਪਿਆਲਾ ਪਾਣੀ ਦਾ ਪੀਣ ਦੇ ਵਾਸਤੇ, ਬਾਪ ਨੂੰ ਥੋੜ੍ਹਾ ਸ਼ਾਇਰੀ ਦਾ ਸ਼ੌਕ ਸੀ। ਇੱਕ ਦਿਨ ਉਸਨੇ ਪਾਣੀ ਦੇ ਵਿੱਚ ਸਿਆਹੀ ਪਾ ਕੇ ਕੁਝ ਲਿਖਣਾ ਸ਼ੁਰੂ ਕੀਤਾ, ਪਾਣੀ ਮੁੱਕ ਗਿਆ। ਉਸਨੇ ਅਹਿਲਕਾਰ ਦੇ ਕੋਲੋਂ ਪਾਣੀ ਮੰਗਿਆ ਅਤੇ ਅਹਿਲਕਾਰ ਨੇ ਕਹਿ ਦਿੱਤਾ ਕਿ ਬਾਦਸ਼ਾਹ ਸਲਾਮਤ ਦਾ ਹੁਕਮ ਹੈ, ਪਾਣੀ ਅੱਧਾ ਪਿਆਲਾ ਹੀ ਮਿਲੇਗਾ, ਜਾਂ ਸ਼ਾਹੀ ਬਣਾ ਲਵੋ ਜਾਂ ਪੀ ਲਵੋ। ਫਿਰ ਉਸਨੇ ਇੱਕ ਸ਼ੇਰ ਲਿਖਿਆ ਸੀ, ਬਾਬਾ ਏ ਮਨ ਬਹਾਦਰ ਮਨ ਦੀ ਰੋਜ਼ ਲੱਖ ਸਵਾਰ ਬੂਦਮ ਇਮਰੋਜ਼ ਮੁਹਤਾਜ ਚੱਕ ਕਾਸਾ ਏ ਆਬਮ। ਹੈ ਔਰੰਗਜ਼ੇਬ ਵੇਖ ਕਿਸਮਤ ਇਨਸਾਨ ਨੂੰ ਕੀ ਦਾ ਕੀ ਬਣਾ ਦਿੰਦੀ ਹੈ, ਅਜੇ ਕੱਲ੍ਹ ਦੀ ਦਿਨ ਹੈ, ਕੱਲ੍ਹ ਦਾ ਅਜੇ ਵਾਕਿਆ ਹੈ, ਅਜੇ ਕੁਝ ਦਿਨ ਨਹੀਂ ਗੁਜ਼ਰੇ ਕਿ ਮੇਰੇ ਹੁਕਮ ਦੇ ਵਿੱਚ ਇੱਕ ਲੱਖ ਸਵਾਰ ਖੜਾ ਹੁੰਦਾ ਸੀ, ਅੱਜ ਮੈਂ ਪਾਣੀ ਦੇ ਇੱਕ ਪਿਆਲੇ ਦੇ ਵਾਸਤੇ ਮੁਹਤਾਜ ਹੋ ਗਿਆ। ਇਸ ਤੋਂ ਪਤਾ ਲੱਗਦਾ ਕਿ ਔਰੰਗਜ਼ੇਬ ਕਿੰਨੇ ਜ਼ਿਆਦਾ ਜ਼ੁਲਮੀ ਔਰ ਕੱਟੜ ਸੁਭਾਅ ਦਾ ਮਾਲਕ ਸੀ।
ਇਹ ਸਾਰਾ ਘਟਨਾਕ੍ਰਮ ਬੀਤਿਆ ਅਤੇ ਹੁਣ ਜਦੋਂ ਇਹ ਪਤਾ ਲੱਗ ਗਿਆ ਔਰੰਗਜ਼ੇਬ ਨੂੰ ਕਿ ਸਿੱਖਾਂ ਦੇ ਗੁਰੂ ਗੁਰੂ ਹਰ ਰਾਏ ਸਾਹਿਬ ਨੇ ਦਾਰੇ ਨੂੰ ਆਸ਼ੀਰਵਾਦ ਵੀ ਦਿੱਤਾ ਹੈ ਅਤੇ ਦਾਰੇ ਦੀ ਮਦਦ ਵੀ ਕੀਤੀ ਹੈ ਅਤੇ ਉੱਧਰ ਜਿਹੜੇ ਗੁਰੂ ਘਰ ਦੇ ਵਿਰੋਧੀ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਬੜਾ ਸੁਨਹਿਰੀ ਮੌਕਾ ਹੈ, ਗੁਰੂ ਹਰ ਰਾਏ ਸਾਹਿਬ ਦੀ ਸ਼ਿਕਾਇਤ ਕੀਤੀ ਜਾ ਸਕਦੀ ਹੈ। ਸਭ ਤੋਂ ਪਹਿਲੀ ਸ਼ਿਕਾਇਤ ਗੁਰੂ ਸਾਹਿਬ ਦੇ ਖਿਲਾਫ ਧੀਰਮਲ ਨੇ ਕੀਤੀ। ਧੀਰਮਲ ਨੇ ਔਰੰਗਜ਼ੇਬ ਨੂੰ ਲਿਖਤੀ ਸ਼ਿਕਾਇਤ ਕੀਤੀ। ਉਹਦੇ ਤਿੰਨ ਅੰਸ਼ ਬੜੇ ਅਹਿਮ ਨੇ। ਪਹਿਲਾ ਅੰਸ਼ ਹੈ ਕਿ ਸਾਡੇ ਪਰਿਵਾਰ ਦੇ ਵਿੱਚੋਂ ਗੁਰਤਾ ਗੱਦੀ ਦੇ ਉੱਪਰ ਬੈਠੇ ਹਰ ਰਾਏ ਨੇ ਤੁਹਾਡੇ ਬਾਗੀ ਦਾਰਾ ਸ਼ਿਕੋਹ ਦੀ ਮਦਦ ਕੀਤੀ ਹੈ। ਦੂਸਰੀ ਗੱਲ ਕਿ ਗੁਰਤਾ ਗੱਦੀ ਦੇ ਉੱਪਰ ਅਧਿਕਾਰ ਮੇਰਾ ਸੀ ਅਤੇ ਧੱਕੇ ਦੇ ਨਾਲ ਇਸਨੇ ਗੁਰਤਾ ਗੱਦੀ ਸਾਂਭੀ ਹੋਈ ਹੈ। ਅਤੇ ਤੀਸਰੀ ਸ਼ਿਕਾਇਤ ਸੀ ਕਿ ਇਸ ਨੇ ਹਕੂਮਤ ਦੇ ਖਿਲਾਫ ਬਗਾਵਤ ਦਾ ਐਲਾਨ ਕੀਤਾ ਹੋਇਆ ਹੈ। 2200 ਘੋੜਸਵਾਰਾਂ ਦੀ ਫੌਜ ਰੱਖੀ ਜਾਂਦੀ ਹੈ ਅਤੇ ਰੋਜ਼ ਨਗਾਰਾ ਵਜਾਇਆ ਜਾਂਦਾ। ਜੇਕਰ ਤੁਸੀਂ ਗੁਰੂ ਹਰ ਰਾਏ ਸਾਹਿਬ ਦੇ ਜੀਵਨ ਦਾ ਜਿਹੜਾ ਨਿੱਤ ਕਰਮ ਹੈ ਉਸ ਨੂੰ ਵੇਖੋ ਤਾਂ ਬੜਾ ਅਹਿਮ ਹੈ ਕਿ ਰੋਜ਼ ਅਖਾੜੇ ਸਜਦੇ ਸੀ, ਨੇਚੇਬਾਜ਼ੀ ਦੇ ਮੁਕਾਬਲੇ ਹੁੰਦੇ ਸੀ, ਘੋੜਸਵਾਰੀ ਦੇ ਮੁਕਾਬਲੇ ਹੁੰਦੇ ਸੀ ਔਰ ਨਗਾਰਾ ਵਜਾਇਆ ਜਾਂਦਾ ਸੀ। ਔਰੰਗਜ਼ੇਬ ਦੇ ਰਾਜ ਦੇ ਵਿੱਚ ਨਗਾਰਾ ਕੋਈ ਨਹੀਂ ਸੀ ਵਜਾ ਸਕਦਾ। ਇੱਥੋਂ ਤੱਕ ਕਿ ਔਰੰਗਜ਼ੇਬ ਨੇ ਆਪਣੇ ਪੁੱਤਰ ਨੂੰ ਵੀ ਨਗਾਰਾ ਵਜਾਉਣ ਤੋਂ ਟੋਕ ਦਿੱਤਾ ਸੀ। ਜਿਸ ਵੇਲੇ ਔਰੰਗਜ਼ੇਬ ਦਾ ਪੁੱਤਰ ਸ਼ਹਿਜ਼ਾਦਾ ਮੁਅੱਜ਼ਮ ਜਿਹੜਾ ਬਾਅਦ ਦੇ ਵਿੱਚ ਬਹਾਦਰ ਸ਼ਾਹ ਬਣਿਆ ਹੈ, ਜਦੋਂ ਕਾਬਲ ਦਾ ਗਵਰਨਰ ਬਣਿਆ ਸੀ ਉਸਨੇ ਨਗਾਰਾ ਵਜਾ ਦਿੱਤਾ। ਅਤੇ ਔਰੰਗਜ਼ੇਬ ਨੂੰ ਜਦੋਂ ਖਬਰ ਪਹੁੰਚੀ ਨਾ ਅਤੇ ਔਰੰਗਜ਼ੇਬ ਨੇ ਇੱਕ ਕਾਸਤ ਦੇ ਹੱਥ ਲਿਖਤੀ ਸੁਨੇਹਾ ਭੇਜਿਆ ਸੀ, ਕਹਿੰਦਾ ਮੁਅੱਜ਼ਮ ਅਜੇ ਤੂੰ ਬਾਦਸ਼ਾਹ ਨਹੀਂ ਬਣਿਆ ਕਿ ਨਗਾਰਾ ਵਜਾ ਸਕੇ। ਨਗਾਰਾ ਆਜ਼ਾਦੀ ਦਾ ਪ੍ਰਤੀਕ ਹੁੰਦਾ ਹੈ। ਜੇਕਰ ਤੈਨੂੰ ਕਾਬਲ ਨੂੰ ਫਤਿਹ ਕਰਨ ਦੀ ਇੰਨੀ ਖੁਸ਼ੀ ਹੈ ਅਤੇ ਚਾਰ ਢੋਰ ਵਜਾ ਲੈਣੇ ਸੀ, ਨਗਾਰਾ ਵਜਾਉਣ ਦੇ ਉੱਪਰ ਤੇਰਾ ਕੋਈ ਹੱਕ ਨਹੀਂ। ਸੋ ਔਰੰਗਜ਼ੇਬ ਦੇ ਸਾਹਮਣੇ ਜਦੋਂ ਇਹ ਸ਼ਿਕਾਇਤਾਂ ਪਹੁੰਚੀਆਂ ਅਤੇ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਤਲਬ ਕਰਨ ਦੇ ਵਾਸਤੇ ਸ਼ਿਵ ਦਿਆਲ ਦੇ ਹੱਥ ਕੀਰਤਪੁਰ ਸਾਹਿਬ ਇੱਕ ਸੁਨੇਹਾ ਭੇਜਿਆ ਕਿ ਮੇਰੇ ਦਰਬਾਰ ਦੇ ਵਿੱਚ ਹਾਜ਼ਰ ਹੋ। ਗੁਰੂ ਸਾਹਿਬ ਨੇ ਮੁਖੀ ਸਿੱਖਾਂ ਦੇ ਨਾਲ ਵਿਚਾਰ ਕੀਤੀ, ਜਿਨ੍ਹਾਂ ਵਿੱਚ ਦਰਗਾਹ ਮਾਲ ਜੀ, ਬਾਬਾ ਬੁੱਢਾ ਜੀ ਦੇ ਪੁੱਤਰੇ ਬਾਬਾ ਗੁਰਦਿੱਤਾ ਜੀ, ਮਨੀ ਰਾਮ ਜੀ ਜਿਹੜੇ ਬਾਅਦ ਦੇ ਵਿੱਚ ਅੰਮ੍ਰਿਤ ਛਕ ਕੇ ਭਾਈ ਮਨੀ ਸਿੰਘ ਬਣੇ ਨੇ, ਔਰ ਇਹਨਾਂ ਤੋਂ ਇਲਾਵਾ ਭਾਈ ਬਿੰਨਾ ਉੱਪਲ ਜੀ ਔਰ ਅੜੂ ਰਾਮ ਜੀ, ਇਹਨਾਂ ਦੇ ਬਾਰੇ ਮੈਂ ਥੋੜ੍ਹੀ ਵਿਸਥਾਰ ਬਾਅਦ ਦੇ ਵਿੱਚ ਦਿੰਦਾ। ਇਹਨਾਂ ਸਿੱਖਾਂ ਦੇ ਨਾਲ ਵਿਚਾਰ ਕੀਤੀ ਅਤੇ ਔਰੰਗਜ਼ੇਬ ਨੂੰ ਜਿਹੜਾ ਜਵਾਬ ਲਿਖਿਆ ਉਹ ਬੜਾ ਅਹਿਮ ਹੈ। ਉਹ ਆਪਣੇ ਆਪ ਦੇ ਵਿੱਚ ਇਤਿਹਾਸਕ ਨਜ਼ਰੀਏ ਤੋਂ ਬਹੁਤ ਵੱਡਾ ਦ੍ਰਿਸ਼ਟੀਕੋਣ ਸੰਭਾਲੀ ਵੱਜਦਾ ਹੈ। ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਜਵਾਬ ਪਤਾ ਕੀ ਲਿਖਦਾ, ਹਮ ਸਿਉਂ ਤੁਮ ਸਿਉਂ ਨਾਹੀ ਕੁਛ ਕਾਮ, ਰਾਖੇ ਨਹੀਂ ਮੁਲਕ ਦੇਨੇ ਨਹੀਂ ਦਾਮ। ਔਰੰਗਜ਼ੇਬ ਮੈਂ ਤੈਨੂੰ ਮਿਲਣਾ ਨਹੀਂ ਚਾਹੁੰਦਾ। ਉਹਦਾ ਕਾਰਨ ਇਹ ਹੈ ਕਿ ਜਿਸ ਜ਼ਮੀਨ ਦੇ ਉੱਪਰ ਮੈਂ ਨਗਾਰਾ ਵਜਾ ਰਿਹਾ ਉਹ ਸਾਡੀ ਖਰੀਦੀ ਹੋਈ ਜ਼ਮੀਨ ਹੈ, ਅਸੀਂ ਤੇਰੀ ਰਿਆਇਆ ਨਹੀਂ। ਇਹ ਆਜ਼ਾਦ ਰਾਜ ਦੀ ਗੱਲ ਹੈ, ਅਸੀਂ ਤੇਰੀ ਰਿਆਇਆ ਨਹੀਂ, ਅਸੀਂ ਇੱਥੇ ਨਗਾਰਾ ਵਜਾਵਾਂਗੇ ਔਰ ਕਿਸੇ ਪ੍ਰਕਾਰ ਦਾ ਤੈਨੂੰ ਕੋਈ ਟੈਕਸ ਵੀ ਨਹੀਂ ਦੇਵਾਂਗੇ ਅਤੇ ਮੈਂ ਤੈਨੂੰ ਮਿਲਣ ਵਾਸਤੇ ਵੀ ਨਹੀਂ ਆਵਾਂਗਾ। ਔਰੰਗਜ਼ੇਬ ਨੇ ਜਦੋਂ ਇਹ ਜਵਾਬ ਪੜ੍ਹਿਆ ਬੜਾ ਗੁੱਸੇ ਦੇ ਵਿੱਚ ਆਇਆ। ਪਰ ਮਿਰਜ਼ਾ ਜੈ ਸਿੰਘ, ਇਸ ਦਾ ਜ਼ਿਕਰ ਅਸੀਂ ਬਾਅਦ 'ਚ ਕਰਦੇ ਹਾਂ ਕਿਉਂਕਿ ਇਹਦੇ ਬਾਰੇ ਵੀ ਇੱਕ ਬੜੀ ਵੱਡੀ ਕਨਫਿਊਜ਼ਨ ਹੈ ਜਿਹੜੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਪਾਈ ਗਈ ਹੈ, ਮੈਂ ਅੱਗੇ ਜਾ ਕੇ ਇਸ ਦਾ ਜ਼ਿਕਰ ਕਰਦਾ। ਮਿਰਜ਼ਾ ਜੈ ਸਿੰਘ ਨੇ ਸਮਝਾਇਆ ਉਸ ਵੇਲੇ, ਕਿਉਂ ਸਮਝਾਇਆ, ਕਿਉਂਕਿ ਮਿਰਜ਼ਾ ਜੈ ਸਿੰਘ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਮਿਲ ਚੁੱਕਾ ਸੀ ਜਦੋਂ ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾਅ ਹੋ ਕੇ ਆਏ ਨੇ।
ਜੇਕਰ ਇਤਿਹਾਸਕ ਸਰੋਤਾਂ ਨੂੰ ਬੜੀ ਭੋਖ ਦੇ ਨਾਲ ਵੇਖੀਏ ਨਾ ਤਾਂ ਜਿਹੜੇ ਭੱਟ ਬਈ ਸਰੋਤ ਨੇ ਉਹ ਪੰਜੋਖਰਾ ਜਿਹੜਾ ਅੱਜ ਤੁਹਾਡਾ ਪਿੰਡ ਹੈ ਜਿਸ ਨੂੰ ਅੱਜ ਅਸੀਂ ਗੁਰੂ ਸਾਹਿਬ ਦੀ ਆਮਦ ਦੇ ਕਰਕੇ ਪੰਜੋਖਰਾ ਸਾਹਿਬ ਦੇ ਨਾਮ ਦੇ ਨਾਲ ਜਾਣਦੇ ਹਾਂ ਅਤੇ ਭੱਟ ਬਈ ਸਰੋਤਾਂ ਦੇ ਵਿੱਚ ਜ਼ਿਕਰ ਮਿਲਦਾ ਹੈ ਕਿ ਇਸ ਪਿੰਡ ਔਰ ਇਸ ਇਲਾਕੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸਮੇਂ ਸਿੱਖੀ ਦਾ ਬਹੁਤ ਪ੍ਰਚਾਰ ਹੋ ਚੁੱਕਾ ਸੀ। ਦੂਸਰੀ ਗੱਲ, ਗੁਰੂ ਅਮਰਦਾਸ ਪਾਤਸ਼ਾਹ ਦਾ ਇਸ ਪਿੰਡ ਦੇ ਵਿੱਚ ਆਉਣ ਦਾ ਜ਼ਿਕਰ ਮਿਲਦਾ ਹੈ। ਤੀਸਰੀ ਗੱਲ, 1619 ਦੇ ਵਿੱਚ ਗਵਾਲੀਅਰ ਦੇ ਕਿਲ੍ਹੇ ਤੋਂ ਜਦੋਂ ਰਿਹਾਅ ਹੋ ਕੇ ਗੁਰੂ ਹਰਗੋਬਿੰਦ ਸਾਹਿਬ ਆਏ ਨੇ ਉਦੋਂ ਵੀ ਇਸ ਰਸਤਿਓਂ ਲੰਘੇ ਨੇ, ਔਰ ਚੌਥੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਨੇ ਇਸ ਨਗਰ ਦੇ ਵਿੱਚ ਚਰਨ ਪਾਏ ਨੇ। ਗੁਰੂ ਹਰਕ੍ਰਿਸ਼ਨ ਸਾਹਿਬ ਦੀ ਇਸ ਕਰਕੇ ਜ਼ਿਆਦਾ ਅਹਿਮੀਅਤ ਹੈ ਕਿ ਇੱਥੇ ਘਟਨਾ ਬਹੁਤ ਵੱਡੀ ਵਾਪਰੀ ਹੈ। ਪਹਿਲੇ ਗੁਰੂ ਸਾਹਿਬਾਨ ਦੇ ਸਮੇਂ ਸੰਗਤਾਂ ਨੇ ਦਰਸ਼ਨ ਦੀਦਾਰ ਤਾਂ ਕੀਤੇ ਹੋਣਗੇ, ਕੋਈ ਵੱਡੀ ਘਟਨਾ ਨਹੀਂ ਵਾਪਰੀ, ਇਸ ਕਰਕੇ ਇਤਿਹਾਸ ਦੇ ਵਿੱਚ ਜ਼ਿਕਰ ਬਹੁਤ ਘੱਟ ਮਿਲਦਾ ਹੈ। ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਨਾਂ ਗੁਰੂ ਸਾਹਿਬਾਨ ਦੀ ਆਮਦ ਦੇ ਬਾਰੇ ਇਤਿਹਾਸ ਦੇ ਵਿੱਚ ਜ਼ਿਕਰ ਨਹੀਂ ਮਿਲਦਾ, ਭੱਟ ਬਈਆਂ ਦੇ ਵਿੱਚ ਇਸ ਦੇ ਸਬੂਤ ਮੌਜੂਦ ਨੇ। ਖੈਰ, ਅਗਲੀ ਗੱਲ ਉੱਪਰ ਆਈਏ। ਮਿਰਜ਼ਾ ਜੈ ਸਿੰਘ ਨੇ ਔਰੰਗਜ਼ੇਬ ਨੂੰ ਸਮਝਾਇਆ ਕਿ ਜੇਕਰ ਗੁਰੂ ਸਾਹਿਬ ਦੇ ਨਾਲ ਮਿਲ ਕੇ ਕੋਈ ਵਾਰਤਾਲਾਪ ਕਰਨੀ ਹੈ ਤਾਂ ਨਿਮਰਤਾ ਸਹਿਤ ਚਿੱਠੀ ਲਿਖ। ਗੁਰੂ ਸਾਹਿਬ ਹੁਕਮ ਕਰਕੇ ਨਹੀਂ ਆਉਣਗੇ, ਗੁਰੂ ਸਾਹਿਬ ਬੇਨਤੀ ਕਰਕੇ ਆ ਸਕਦੇ ਨੇ। ਔਰੰਗਜ਼ੇਬ ਨੇ ਦੂਸਰੀ ਵਾਰ ਫਿਰ ਜਿਹੜੀ ਚਿੱਠੀ ਲਿਖੀ ਉਸ ਦੇ ਜਿਹੜੇ ਸ਼ਬਦ ਮਹਿਮਾ ਪ੍ਰਕਾਸ਼ ਨੇ ਲਿਖਣੇ ਨੇ ਉਹ ਹੈ, ਹਮਕੋ ਤੁਮਸਿਓ ਮਿਲਨੇ ਕਾ ਬਹੁਤ ਸ਼ੌਕ ਹੈ, ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਚੰਗੇ ਸ਼ਬਦਾਂ ਦੇ ਵਿੱਚ ਚਿੱਠੀ ਲਿਖੀ, ਗੁਰੂ ਸਾਹਿਬ ਤੱਕ ਫਿਰ ਉਹ ਪਹੁੰਚੀ ਚਿੱਠੀ। ਗੁਰੂ ਸਾਹਿਬ ਨੇ ਫਿਰ ਮੁਖੀ ਸਿੱਖਾਂ ਨੂੰ ਨਾਲ ਲਿਆ ਔਰ ਵਿਚਾਰ ਕੀਤੀ। ਵਿਚਾਰ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ, ਮੈਂ ਨਹੀਂ ਜਾਵਾਂਗਾ, ਪਰ ਜੇਕਰ ਉਸਨੇ ਵਿਚਾਰ ਕਰਨੀ ਹੈ ਤਾਂ ਵਿਚਾਰ ਦੇ ਵਾਸਤੇ ਮੈਂ ਆਪਣੇ ਵੱਡੇ ਪੁੱਤਰ ਰਾਮ ਰਾਏ ਨੂੰ ਭੇਜਾਂ। ਰਾਮ ਰਾਏ ਨੂੰ ਬਕਾਇਦਾ ਸਮਝਾਇਆ ਗਿਆ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਕਿੰਝ ਜਾਣਾ ਹੈ, ਕਿੰਝ ਸਵਾਲਾਂ ਦੇ ਜਵਾਬ ਦੇਣੇ ਨੇ। ਰਾਮ ਰਾਏ ਜਿਹੜਾ ਸੀ ਉਹ ਦਿੱਲੀ ਚਲਾ ਗਿਆ। ਰਾਮ ਰਾਏ ਦੇ ਨਾਲ ਦੋ ਸਿੱਖ ਹੋਰ ਭੇਜੇ ਗਏ, ਇੱਕ ਦਾ ਨਾਮ ਹੈ ਗੁਰਦਾਸ, ਇੱਕ ਦਾ ਨਾਮ ਹੈ ਤਾਰਾ। ਇਹ ਰਾਮ ਰਾਏ ਦੇ ਨਾਲ ਗਏ। ਪਹਿਲੇ ਕੁਝ ਦਿਨ ਰਾਮ ਰਾਏ ਨੇ ਬੜੀ ਦ੍ਰਿੜਤਾ ਦੇ ਨਾਲ ਔਰੰਗਜ਼ੇਬ ਦੇ ਹਰ ਸਵਾਲ ਦਾ ਜਵਾਬ ਦਿੱਤਾ, ਬੜੀ ਦ੍ਰਿੜਤਾ ਦੇ ਨਾਲ। ਪਰ ਕੁਝ ਦਿਨਾਂ ਬਾਅਦ ਸਾਡੇ ਇਤਿਹਾਸਕ ਸਰੋਤ ਕਹਿੰਦੇ ਨੇ ਕਿ ਕੁਝ ਕਰਾਮਾਤਾਂ ਵੀ ਵਿਖਾਈਆਂ ਗਈਆਂ, ਬੜੀਆਂ ਕਰਾਮਾਤਾਂ ਦਾ ਜ਼ਿਕਰ ਸਾਡੇ ਇਤਿਹਾਸਕ ਸਰੋਤਾਂ ਦੇ ਵਿੱਚ ਮਿਲਦਾ ਹੈ। ਪਰ ਆਖਰ ਦੇ ਉੱਪਰ ਜਿਹੜਾ ਔਰੰਗਜ਼ੇਬ ਨੇ ਇੱਕ ਸਵਾਲ ਕੀਤਾ ਹੈ ਨਾ ਕਿ ਤੁਹਾਡੇ ਗੁਰੂ ਨੇ ਆਪਣੀ ਬਾਣੀ ਦੇ ਵਿੱਚ ਲਿਖਿਆ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹ ਜਿਹੜੀ ਹੈ ਇਹ ਇਸਲਾਮ ਧਰਮ ਦੀ ਵਿਰੋਧਤਾ ਹੈ, ਕਿਉਂਕਿ ਇਸਲਾਮ ਯਕੀਨ ਕਰਦਾ ਹੈ, ਇਸ ਗੱਲ ਨੂੰ ਬੜੀ ਸਮਝਣ ਦੀ ਗੱਲ ਹੈ, ਇਸਲਾਮ ਯਕੀਨ ਕਰਦਾ ਹੈ ਕਿ ਜਦੋਂ ਮੁਰਦੇ ਨੂੰ ਕਫਨ ਦੇ ਵਿੱਚ ਕਬਰ ਦੇ ਵਿੱਚ ਦਫਨਾ ਦਿੱਤਾ ਜਾਂਦਾ ਹੈ ਤਾਂ ਉਹਦੀ ਰੂਹ ਵੀ ਨਾਲ ਦਫਨਾਈ ਜਾਂਦੀ ਹੈ, ਉਹਦੀ ਰੂਹ ਵੀ ਨਾਲ ਦਫਨ ਹੋ ਜਾਂਦੀ ਹੈ। ਅਤੇ ਜਦੋਂ ਕਿਆਮਤ ਦੇ ਦਿਨ ਜਦੋਂ ਇਹ ਸਾਰੇ ਮੁਰਦੇ ਕਬਰਾਂ ਦੇ ਵਿੱਚੋਂ ਉਠਾ ਕੇ ਮੁਹੰਮਦ ਸਾਹਿਬ ਦੇ ਸਾਹਮਣੇ ਪੇਸ਼ ਕਰਨਗੇ ਨਾ ਤਾਂ ਉਸ ਰੂਹ ਦੀ ਜਵਾਬ ਤਲਬੀ ਹੋਵੇਗੀ। ਹੁਣ ਗੁਰੂ ਨਾਨਕ ਸਾਹਿਬ ਨੇ ਬੜਾ ਪਿਆਰਾ ਇਹਦੇ ਦੇ ਉੱਪਰ ਇੱਕ ਤਰਕ ਕੀਤਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਮੰਨ ਲਓ ਉਹ ਜਿਹੜਾ ਵਿਅਕਤੀ ਕਬਰ ਦੇ ਵਿੱਚ ਦਫਨ ਕੀਤਾ ਗਿਆ, ਸਦੀਆਂ ਬੀਤ ਗਈਆਂ, ਉਸੇ ਜਗ੍ਹਾ ਦੇ ਉੱਪਰ ਉਹ ਘੁਮਿਆਰ ਨੇ ਆਵੇ ਦੇ ਵਾਸਤੇ ਮਿੱਟੀ ਪੁੱਟੀ, ਉਹ ਮਿੱਟੀ ਉਸਨੇ ਆਵੇ ਦੇ ਵਿੱਚ ਅੱਗ ਦੇ ਵਿੱਚ ਰੱਖ ਦਿੱਤੀ, ਉਹ ਫਿਰ ਜਲ ਜਲ ਰੂਵੇ ਬੱਪੜੀ ਝੜ ਝੜ ਪਵੇ ਅੰਗਿਆਰ। ਉਹ ਜਿਹੜੀ ਮਿੱਟੀ ਹੈ ਜੇ ਉਹਦੇ ਵਿੱਚ ਰੂਹ ਵੀ ਹੋਵੇ ਤਾਂ ਉਹ ਤਾਂ ਫਿਰ ਬੜਾ ਕਰਲਾਉਂਦੀ ਹੋਵੇਗੀ। ਔਰੰਗਜ਼ੇਬ ਨੇ ਇਹ ਸਵਾਲ ਕੀਤਾ, ਰਾਮ ਰਾਏ ਡੋਲ ਗਿਆ ਅਤੇ ਰਾਮ ਰਾਏ ਨੇ ਕਹਿ ਦਿੱਤਾ, ਬਾਦਸ਼ਾਹ ਇਹ ਬਾਦਸ਼ਾਹ ਸਲਾਮਤ,
ਤੁਹਾਨੂੰ ਭੁਲੇਖਾ ਲੱਗਾ ਹੈ, ਬਾਣੀ ਦੇ ਵਿੱਚ ਮਿੱਟੀ ਮੁਸਲਮਾਨ ਕੀ ਨਹੀਂ ਲਿਖਿਆ, ਬਾਣੀ ਦੇ ਵਿੱਚ ਲਿਖਿਆ ਮਿੱਟੀ ਬੇਈਮਾਨ ਕੀ। ਇਹ ਆਪਾ ਵਿਰੋਧੀ ਸ਼ਬਦ ਨੇ, ਮੁਸਲ ਇਮਾਨ ਜਿਸ ਦਾ ਇਮਾਨ ਬਹੁਤ ਉੱਚਾ ਹੋਵੇ, ਬੇਈਮਾਨ ਜਿਸ ਦਾ ਕੋਈ ਇਮਾਨ ਹੀ ਨਾ ਹੋਵੇ। ਸੋ ਬਾਣੀ ਦੀ ਇੱਕ ਤੁੱਕ ਬਦਲਣ ਦੇ ਨਾਲ ਜਿਹੜਾ ਬਾਣੀ ਦਾ ਸੰਕਲਪ ਸੀ ਉਹ ਸਾਰਾ ਹੀ ਬਦਲ ਗਿਆ। ਹੁਣ ਇੱਕ ਸਵਾਲ ਫਿਰ ਪੈਦਾ ਹੁੰਦਾ ਹੈ, ਮੈਂ ਆਰੰਭ ਦੇ ਵਿੱਚ ਵੀ ਬੇਨਤੀ ਕੀਤੀ ਸੀ ਨਾ, ਹਿੰਦੁਸਤਾਨ ਦੇ ਵਾਸਤੇ ਅਸੀਂ ਕੁਰਬਾਨੀਆਂ ਬਹੁਤ ਕੀਤੀਆਂ ਨੇ, ਇਸ ਦੇਸ਼ ਦੇ ਵਾਸਤੇ ਅਸੀਂ ਖੂਨ ਬਹੁਤ ਡੋਲਿਆ, ਪਰ ਪਤਾ ਨਹੀਂ ਇਸ ਦੇਸ਼ ਦੇ ਇਤਿਹਾਸਕਾਰਾਂ ਨੂੰ ਸਾਡੇ ਇਤਿਹਾਸ ਦੇ ਬਾਰੇ ਤਸਵੀ ਨਜ਼ਰੀਆ ਕਿਉਂ ਹੈ, ਕਿਉਂ ਸਾਡੇ ਇਤਿਹਾਸ ਦੇ ਨਾਲ ਇੰਨੀ ਨਫ਼ਰਤ ਹੈ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ। ਇੱਕ ਇਤਿਹਾਸਕਾਰ ਹੈ ਸੁਨੀਤੀ ਕੁਮਾਰ ਚੈਟਰਜੀ, ਉਸਨੇ ਆਪਣੀ ਅੰਗਰੇਜ਼ੀ ਦੀ ਕਿਤਾਬ ਹੈ ਇੰਡੀਅਨ ਲੈਂਗੁਇਸਟਿਕਸ, ਉਹਦੇ ਵਿੱਚ ਇੱਕ ਸਵਾਲ ਕੀਤਾ, ਕਹਿੰਦੀ ਇਹ ਗੱਲ ਬਿਲਕੁਲ ਝੂਠ ਬਣਾਈ ਗਈ ਹੈ, ਔਰੰਗਜ਼ੇਬ ਨੂੰ ਕਿੱਥੋਂ ਪਤਾ ਲੱਗਾ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਇਹ ਗੱਲ ਲਿਖੀ ਹੋਈ ਹੈ। ਹੁਣ ਇਹਦਾ ਜਵਾਬ ਕੀ ਦਈਏ, ਉਹ ਕਹਿੰਦੀ ਕਿ ਔਰੰਗਜ਼ੇਬ ਨੂੰ ਕਿਵੇਂ ਪਤਾ ਸੀ ਕਿ ਗੁਰੂ ਨਾਨਕ ਦੀ ਬਾਣੀ ਦੇ ਵਿੱਚ ਆਹ ਗੱਲ ਲਿਖੀ ਹੋਈ ਹੈ, ਔਰੰਗਜ਼ੇਬ ਨੂੰ ਕਿਵੇਂ ਪਤਾ ਸੀ। ਹੁਣ ਥੋੜ੍ਹਾ ਜਿਹਾ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਚੱਲੀਏ, ਔਰੰਗਜ਼ੇਬ ਦੇ ਆਪਣੇ ਦਰਬਾਰ ਦੀ ਜਿਹੜੀ ਡਾਇਰੀ ਹੈ ਜਿਹਦੇ ਵਿੱਚ ਰੋਜ਼ ਦੀਆਂ ਘਟਨਾਵਾਂ ਦਰਜ ਹੁੰਦੀਆਂ ਨੇ, ਉਹਨਾਂ ਦਾ ਨਾਮ ਹੈ ਮੁਅੱਸਰੇ ਆਲਮਗੀਰੀ। ਇਹ ਫਾਰਸੀ ਦੇ ਵਿੱਚ ਸੀ, ਬਾਅਦ ਦੇ ਵਿੱਚ ਇਸਦਾ ਉਰਦੂ ਅਨੁਵਾਦ ਹੋਇਆ। ਉਹਦੇ ਵਿੱਚ ਇੱਕ ਘਟਨਾ ਦਰਜ ਹੈ, ਔਰੰਗਜ਼ੇਬ ਦੀ ਗੱਦੀ ਦਾ 33ਵਾਂ ਸਾਲ, ਉਹਦੇ 'ਚ ਘਟਨਾ ਦਰਜ ਹੈ ਕਿ ਔਰੰਗਜ਼ੇਬ ਦੇ ਦਰਬਾਰ ਦੇ ਵਿੱਚ ਉਹਦਾ ਦਰਬਾਰੀ ਸਲਾਬਤ ਖਾਨ ਇੱਕ ਬੰਗਾਲ ਦੇ ਵਿਅਕਤੀ ਨੂੰ ਲੈ ਕੇ ਆਇਆ, ਅਤੇ ਬੰਗਾਲ ਦਾ ਵਿਅਕਤੀ ਔਰੰਗਜ਼ੇਬ ਨੂੰ ਕਹਿੰਦਾ ਹੈ ਕਿ ਮੈਂ ਤੈਨੂੰ ਆਪਣਾ ਮੁਰਸ਼ਿਦ ਬਣਾਉਣਾ ਚਾਹੁੰਦਾ। ਔਰੰਗਜ਼ੇਬ ਨੇ ਸੋਚਿਆ ਕਿ ਇਹ ਮੈਨੂੰ ਤਾਂ ਮੁਰਸ਼ਿਦ ਬਣਾਉਣਾ ਚਾਹੁੰਦਾ, ਮੈਂ ਰਾਜਾ ਹਾਂ, ਇਹਨੂੰ ਪੈਸਿਆਂ ਦੀ ਲੋੜ ਹੋਵੇਗੀ। ਔਰੰਗਜ਼ੇਬ ਨੇ ਪੈਸੇ ਕੱਢ ਕੇ ਦੇ ਦਿੱਤੇ, ਉਸਨੇ ਪੈਸੇ ਸੁੱਟ ਦਿੱਤੇ ਅਤੇ ਆਪ ਬਾਹਰ ਜਾ ਕੇ ਦਰਿਆ 'ਚ ਛਾਲ ਮਾਰ ਦਿੱਤੀ। ਉਹਨੂੰ ਦਰਿਆ ਦੇ ਵਿੱਚੋਂ ਕਢਾਇਆ ਗਿਆ, ਫਿਰ ਔਰੰਗਜ਼ੇਬ ਦੇ ਸਾਹਮਣੇ ਪੇਸ਼ ਕੀਤਾ ਗਿਆ, ਅਤੇ ਔਰੰਗਜ਼ੇਬ ਨੇ ਕਿਹਾ ਸੀ, ਕਹਿੰਦਾ ਸੀ ਕਿ ਮੈਂ ਮੁਰਸ਼ਿਦ ਨਹੀਂ, ਜਿਹਨੂੰ ਤੂੰ ਮਰੀਦ ਬਣਾਉਣਾ ਚਾਹੁੰਦਾ, ਮੈਨੂੰ ਤਾਂ ਇੰਝ ਲੱਗਦਾ ਜਿਵੇਂ ਕੁਲਹਾ ਲੈਂਦੇ ਬਾਵਲੇ ਲੈਂਦੇ ਵੱਡੇ ਨਲੱਜ। ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ। ਔਰੰਗਜ਼ੇਬ ਨੇ ਜਦੋਂ ਦਰਬਾਰ ਦੇ ਵਿੱਚ ਪੜ੍ਹੀ ਅਤੇ ਉਹਦਾ ਕਾਜ਼ੀ ਕਹਿੰਦਾ, ਬਾਦਸ਼ਾਹ ਸਲਾਮਤ ਕੀ ਗੱਲ ਹੋ ਗਈ, ਕਾਫਰ ਦੀ ਕਲਾਮ ਪੜ੍ਹ ਦਿੱਤੀ ਹੈ, ਇਹ ਤਾਂ ਨਾਨਕ ਦੀ ਬਾਣੀ ਹੈ। ਹੁਣ ਔਰੰਗਜ਼ੇਬ ਦਾ ਜਵਾਬ ਕੀ ਹੈ, ਔਰੰਗਜ਼ੇਬ ਨੂੰ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਬਾਰੇ ਕਿਉਂ ਪਤਾ ਸੀ? 1025 ਦੇ ਵਿੱਚ ਚਲੇ ਜਾਓ, 1025 ਦੇ ਵਿੱਚ ਜਦੋਂ ਮਹਿਮੂਦ ਗਜ਼ਨਵੀ ਨੇ ਹਿੰਦੁਸਤਾਨ ਦੇ ਉੱਪਰ ਹਮਲਾ ਕੀਤਾ ਅਤੇ ਉਹਦੇ ਨਾਲ ਇੱਕ ਬੜਾ ਮਸ਼ਹੂਰ ਪਠਾਨ ਆਇਆ ਸੀ ਸੁਲਤਾਨ ਖਾਨ, ਜਦੋਂ ਗਜ਼ਨਵੀ ਵਾਪਸ ਜਾ ਰਿਹਾ ਹੈ ਨਾ, ਇਹ ਸੁਲਤਾਨ ਖਾਨ ਜਲੰਧਰ ਦੇ ਕੋਲ ਇੱਕ ਜਗ੍ਹਾ ਨੂੰ ਬੜਾ ਵਧੀਆ ਜਾਣ ਕੇ ਰੁਕ ਗਿਆ ਔਰ ਉਸ ਥਾਂ ਦੇ ਉੱਪਰ ਇਹਨੇ ਆਪਣਾ ਨਗਰ ਵਸਾਇਆ, ਸੁਲਤਾਨਪੁਰ ਲੋਧੀ। ਸੁਲਤਾਨਪੁਰ ਲੋਧੀ ਇਸਲਾਮ ਦਾ ਸਭ ਤੋਂ ਵੱਡਾ ਵਿੱਦਿਆ ਦਾ ਕੇਂਦਰ ਸੀ ਕਿਸੇ ਸਮੇਂ। ਜਹਾਂਗੀਰ ਵੀ ਸੁਲਤਾਨਪੁਰ ਲੋਧੀ ਪੜ੍ਹਿਆ, ਦਾਰਾ ਵੀ ਸੁਲਤਾਨਪੁਰ ਲੋਧੀ ਪੜ੍ਹਿਆ, ਸਲੀਮ ਸੁਲਤਾਨਪੁਰ ਲੋਧੀ ਪੜ੍ਹਿਆ, ਮੁਰਾਦ ਸੁਲਤਾਨਪੁਰ ਲੋਧੀ ਪੜ੍ਹਿਆ ਅਤੇ ਔਰੰਗਜ਼ੇਬ 6 ਸਾਲ ਸੁਲਤਾਨਪੁਰ ਲੋਧੀ ਰਹਿ ਕੇ ਪੜ੍ਹਿਆ ਅਤੇ ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਜ਼ਿੰਦਗੀ ਦਾ ਇੱਕ ਵੱਡਾ ਸਮਾਂ ਬਤੀਤ ਕੀਤਾ ਅਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਤੋਂ ਉੱਥੋਂ ਦੇ ਮਦਰੱਸਿਆਂ ਦੇ ਉਸਤਾਦ ਇੰਨੇ ਪ੍ਰਭਾਵਿਤ ਸੀ
ਕਿ ਉਹ ਅਕਸਰ ਆਪਣੇ ਜਦੋਂ ਵਿਦਿਆਰਥੀਆਂ ਨੂੰ ਪੜ੍ਹਾਇਆ ਕਰਦੇ ਸੀ, ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਪ੍ਰਮਾਣ ਦਿਆ ਕਰਦੇ ਸੀ, ਜਿਸ ਕਰਕੇ ਔਰੰਗਜ਼ੇਬ ਦੀ ਜ਼ਬਾਨ ਦੇ ਉੱਪਰ ਵੀ ਇਹ ਪ੍ਰਮਾਣ ਚੜ੍ਹੇ ਹੋਏ ਸੀ। ਅਤੇ ਇਹੀ ਜਵਾਬ ਔਰੰਗਜ਼ੇਬ ਨੇ ਦਿੱਤਾ, ਕਹਿੰਦਾ ਮੈਨੂੰ ਨਹੀਂ ਪਤਾ ਕਿਸ ਦੀ ਬਾਣੀ ਹੈ, ਪਰ ਜਦੋਂ ਮੈਂ ਛੋਟਾ ਹੁੰਦਾ ਸੁਲਤਾਨਪੁਰ ਪੜ੍ਹਦਾ ਸੀ ਨਾ, ਅਤੇ ਸਾਡੇ ਉਸਤਾਦ ਇਹ ਬਾਣੀ ਪੜ੍ਹਿਆ ਕਰਦੇ ਸੀ। ਇਹ ਇਸ ਸਵਾਲ ਦਾ ਜਵਾਬ ਹੈ ਕਿ ਔਰੰਗਜ਼ੇਬ ਨੂੰ ਗੁਰੂ ਸਾਹਿਬ ਦੀ ਬਾਣੀ ਦੇ ਬਾਰੇ ਕਿੰਝ ਪਤਾ ਸੀ। ਖੈਰ, ਇਹ ਗੱਲ ਜਦੋਂ ਰਾਮ ਰਾਏ ਨੇ ਕਹਿ ਦਿੱਤੀ, ਔਰੰਗਜ਼ੇਬ ਪ੍ਰਸੰਨ ਹੋ ਗਿਆ, ਇੰਨਾ ਪ੍ਰਸੰਨ ਹੋਇਆ ਕਿ ਦੂਨ ਪਿੰਡ ਔਰ ਖਰਵੱਦੀ ਪਿੰਡ ਦੇ ਵਿੱਚ 7 ਪਿੰਡਾਂ ਦੀ ਜਗੀਰ ਜਿਹੜੀ ਸੀ ਉਹ ਰਾਮ ਰਾਏ ਨੂੰ ਦੇ ਦਿੱਤੀ। ਉੱਥੇ ਉਸਨੇ ਆਪਣਾ ਡੇਰਾ ਬਣਾ ਲਿਆ, ਜਿਸ ਨੂੰ ਅੱਜ ਅਸੀਂ ਡੇਰਾ ਦੂਨ ਦੇ ਨਾਮ ਦੇ ਨਾਲ ਜਾਣਦੇ। ਇਹ 7 ਪਿੰਡਾਂ ਦੀ ਜ਼ਗੀਰ ਦੂਨ ਤੋਂ ਲੈ ਕੇ ਖੁਰਵੱਦੀ ਤੱਕ ਔਰੰਗਜ਼ੇਬ ਨੇ ਰਾਮ ਰਾਏ ਨੂੰ ਦਿੱਤੀ ਸੀ, ਜਿਸ ਨੂੰ ਅਸੀਂ ਦੇਹਰਾਦੂਨ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਹੈ। ਇਹ ਖਬਰ ਗੁਰੂ ਸਾਹਿਬ ਤੱਕ ਪਹੁੰਚੀ ਅਤੇ ਗੁਰੂ ਸਾਹਿਬ ਗੁਰੂ ਹਰ ਰਾਏ ਸਾਹਿਬ ਨੇ ਆਪਣੇ ਮੁਖਾਰਬਿੰਦ 'ਚ ਇੱਕ ਬੜਾ ਪਿਆਰਾ ਸ਼ਬਦ ਕਿਹਾ, ਭਇਓ ਨਲਾਇਕ ਰਹਿਓ ਨਾ ਧੀਰ। ਰਾਮ ਰਾਏ ਹੁਣ ਗੁਰੂ ਨਾਨਕ ਦੇ ਦਰ ਦਾ ਵਾਰਸ ਨਹੀਂ ਰਿਹਾ, ਭਇਓ ਨਲਾਇਕ ਰਹਿਓ ਨਾ ਧੀਰ। ਉਸਨੇ ਧੀਰਜ ਛੱਡ ਦਿੱਤੀ ਹੈ। ਉਸਦੀ ਜ਼ਰੂਰਤ ਕਿਵੇਂ ਪਈ ਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਦੀ ਇੱਕ ਤੁੱਕ ਦੇ ਉੱਪਰ ਵੀ ਕਿੰਤੂ ਕੀਤਾ ਜਾਵੇ, ਉਸਨੂੰ ਵਿਗਾੜਿਆ ਜਾਵੇ? ਰਾਮ ਰਾਏ ਨੂੰ ਮੇਰਾ ਸੁਨੇਹਾ ਦੇ ਦਿਓ ਕਿ ਰਾਮ ਰਾਏ ਜਿੱਧਰ ਵੀ ਹੈ ਉੱਧਰ ਚਲਾ ਜਾਵੇ, ਪਰ ਹੁਣ ਇੱਧਰ ਨਾ ਆਵੇ। ਰਾਮ ਰਾਏ ਅਕਸਰ ਗੁਰੂ ਘਰ ਦਾ ਬੇਟਾ ਸੀ, ਬੜੀ ਕੋਸ਼ਿਸ਼ ਕੀਤੀ, ਲਾਹੌਰ ਵੀ ਆਇਆ, ਲਾਹੌਰ ਆ ਕੇ ਧੀਰ ਮੱਲ ਨੂੰ ਵੀ ਮਿਲਿਆ, ਆਪਣੇ ਮਸੰਦਾਂ ਨੂੰ ਵੀ ਇਕੱਠਿਆ ਕੀਤਾ, ਪੰਜਾਬੀ ਮਸੰਦ ਨੂੰ ਲੈ ਕੇ ਸਾਰੇ ਮਸੰਦਾਂ ਦਾ ਇੱਕ ਚੱਕਰ ਵੀ ਕੱਢਿਆ ਕਿ ਮੈਂ ਗੁਰਤਾ ਗੱਦੀ ਦਾ ਅਧਿਕਾਰੀ ਹਾਂ, ਮੈਂ ਤੇ ਸਿੱਖਾਂ ਦਾ ਬੜਾ ਭਲਾ ਕਰਨ ਲੱਗਾ ਸੀ, ਮੈਂ ਤੇ ਰਾਜੇ ਦੇ ਨਾਲ ਬੜੇ ਚੰਗੇ ਸੰਬੰਧ ਸਥਾਪਿਤ ਕੀਤੇ ਸੀ, ਸਿੱਖੀ ਦਾ ਬੜਾ ਪ੍ਰਚਾਰ ਹੋ ਸਕਦਾ ਸੀ, ਪਰ ਗੁਰੂ ਸਾਹਿਬ ਨੇ ਮੈਨੂੰ ਮੱਥੇ ਲਾਉਣ ਤੋਂ ਇਨਕਾਰ ਕਰ ਦਿੱਤਾ। ਗੁਰੂ ਹਰ ਰਾਏ ਸਾਹਿਬ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ, ਇੱਕ ਹੁਕਮਨਾਮਾ ਜਾਰੀ ਕੀਤਾ, ਬਹੁਤ ਪਿਆਰੇ ਹੁਕਮਨਾਮੇ ਦੇ ਸ਼ਬਦ ਨੇ, ਰਾਮ ਰਾਏ ਨੂੰ ਕੌਡੀ ਨਹੀਂ ਦੇਣੀ। ਪਰ ਜਿਹੜੇ ਚਲਾਕ ਲੋਕ ਹੁੰਦੇ ਨੇ ਉਹ ਹਮੇਸ਼ਾ ਹਰ ਗੱਲ ਦੇ ਹੋਰ ਅਰਥ ਕੱਢ ਲੈਂਦੇ ਨੇ। ਜਦੋਂ ਇਹ ਹੁਕਮਨਾਮਾ ਸੰਗਤਾਂ ਤੱਕ ਪਹੁੰਚਿਆ ਨਾ ਕਿ ਰਾਮ ਰਾਏ ਨੂੰ ਕੌਡੀ ਨਹੀਂ ਦੇਣੀ, ਅਤੇ ਰਾਮ ਰਾਏ ਦੇ ਜਿਹੜੇ ਸਾਥੀ ਮਸੰਤ ਸੀ, ਜਿਹੜੇ ਵਿੱਚੋਂ ਗੋਲਕ ਦਾ ਪੈਸਾ ਖਾਂਦੇ ਸੀ, ਉਹਨਾਂ ਨੇ ਸੰਗਤ ਦੇ ਵਿੱਚ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਗੁਰੂ ਸਾਹਿਬ ਦਾ ਫਰਮਾਨ ਹੈ, ਰਾਮ ਰਾਏ ਨੂੰ ਕੌਡੀ ਨਹੀਂ ਦੇਣੀ, ਘੱਟ ਪੈਸੇ ਨਹੀਂ ਦੇਣੇ, ਜਾਂ ਰੁਪਈਆ ਦੇਣਾ ਜਾਂ ਮੋਹਰਾਂ ਦੇਣੀਆਂ ਨੇ। ਉਹਨਾਂ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਕੁਦਰਤਨ ਉਸ 'ਚ ਇਹ ਪ੍ਰਚਾਰ ਜਾਰੀ ਵੀ ਰਿਹਾ, ਕੁਝ ਮਸੰਦ ਰਾਮ ਰਾਏ ਦੇ ਪ੍ਰਭਾਵ ਅਧੀਨ ਵੀ ਆਏ, ਪਰ ਸਿੱਖ ਸੰਗਤਾਂ ਤੱਕ ਇਹ ਖਬਰਾਂ ਉਦੋਂ ਤੱਕ ਪਹੁੰਚ ਚੁੱਕੀਆਂ ਸਨ। ਹੁਣ ਰਾਮ ਰਾਏ ਦੇ ਮਸੰਦ ਜਿੱਥੇ ਵੀ ਜਾਂਦੇ ਸੀ, ਗੁਰੂ ਸਾਹਿਬ ਦੇ ਸਿੱਖ ਜਿਹੜੇ ਸੀ ਉਹਨਾਂ ਨੂੰ ਮੋੜ ਦਿੰਦੇ ਸੀ ਕਿ ਨਹੀਂ, ਸਾਨੂੰ ਗੁਰੂ ਸਾਹਿਬ ਦਾ ਹੁਕਮਨਾਮਾ ਪਹੁੰਚ ਚੁੱਕਾ। ਔਰ ਇੱਕ ਹੁਕਮ ਗੁਰੂ ਸਾਹਿਬ ਨੇ ਹੋਰ ਬੜਾ ਪਿਆਰਾ ਜਾਰੀ ਕਰ ਦਿੱਤਾ ਕਿ ਮਸੰਦਾਂ ਦੀ ਮਸੰਦੀ ਨੂੰ ਨਹੀਂ ਮੰਨਣਾ, ਧਰਮਸ਼ਾਲਾ ਦੇ ਵਿੱਚ ਇਕੱਤਰ ਹੋ ਕੇ ਜਿਸ ਸਿੱਖ ਨੂੰ ਮੈਂ ਭੇਜਾਂ ਉਸਨੂੰ ਕਾਰ ਭੇਟਾ ਦੇਣੀ ਹੈ। ਗੁਰੂ ਹਰ ਰਾਏ ਸਾਹਿਬ ਨੇ ਇਹ ਸੰਦੇਸ਼ ਭੇਜ ਦਿੱਤਾ। ਇਹਦੇ ਨਾਲ ਕੀ ਹੋਇਆ ਕਿ ਰਾਮ ਰਾਏ ਜਿਹੜਾ ਸੀ ਉਹਦਾ ਜਿਹੜਾ ਸਿੱਖ ਸੰਗਤ ਦੇ ਵਿੱਚ ਆਪਣੇ ਮਸੰਦਾਂ ਦੇ ਰਾਹੀਂ ਪ੍ਰਭਾਵ ਬਣ ਰਿਹਾ ਸੀ ਉਹ ਬਿਲਕੁਲ ਖਤਮ ਹੋਣਾ ਸ਼ੁਰੂ ਹੋ ਗਿਆ। ਰਾਮ ਰਾਏ ਬਹੁਤ ਤਿਲ ਮਿਲਾਇਆ, ਵਕਤ ਉਹ ਵੀ ਆਇਆ ਜਦੋਂ ਗੁਰੂ ਹਰ ਰਾਏ ਸਾਹਿਬ ਦਾ ਜੋਤੀ ਜੋਤ ਸਮਾਉਣ ਦਾ ਵਕਤ ਸੀ। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਜਿਹੜੇ ਸ਼ਬਦ ਵਰਤੇ ਨੇ ਸਾਡੇ ਇਤਿਹਾਸਕ ਸਰੋਤਾਂ 'ਚ ਆਉਂਦੇ ਨੇ, ਉਹਨਾਂ ਸ਼ਬਦਾਂ ਦੇ ਵਿੱਚੋਂ ਤੁਹਾਨੂੰ ਇਸ ਸ਼ਬਦ ਦੀ ਵਿਆਖਿਆ ਮਿਲੇਗੀ। ਕਿਹੜੇ ਸ਼ਬਦ ਦੀ? ਜਿਹੜਾ ਅਸੀਂ ਪੜ੍ਹਦੇ ਹਾਂ ਨਾ ਅਰਦਾਸ ਦੇ ਵਿੱਚ ਵੀ, ਕੀਰਤਨ ਦੇ ਵਿੱਚ ਵੀ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ।
ਇਸ ਸ਼ਬਦ ਦੀ ਵਿਆਖਿਆ ਤੁਹਾਨੂੰ ਗੁਰੂ ਹਰ ਰਾਏ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਜਿਹੜੇ ਪਹਿਲਾਂ ਦੇ ਸ਼ਬਦ ਨੇ ਉਹਨਾਂ ਦੇ ਵਿੱਚ ਮਿਲੇਗੀ। ਧਿਆਈਏ ਤਸਵੀਰ ਨੂੰ ਨਹੀਂ। ਧਿਆਉਣ ਦੇ ਅਰਥ ਕੀ ਨੇ? ਧਿਆਉਣ ਦੇ ਅਰਥ ਹੈ ਮਨ ਦੇ ਵਿੱਚ ਚਿੰਤਨ ਕਰਨਾ। ਫਿਰ ਗੁਰੂ ਕੀ ਹੈ? ਗੁਰੂ ਸਰੀਰ ਨਹੀਂ, ਗੁਰੂ ਸ਼ਬਦ ਹੈ। ਪਾਤਸ਼ਾਹ ਦੇ ਜਿਹੜੇ ਅੰਤਿਮ ਸ਼ਬਦ ਨੇ, ਹੁਣ ਉਹਨਾਂ ਦੇ ਵਿੱਚ ਵੇਖਿਓ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਧਿਆਉਣਾ ਕਿਵੇਂ ਹੈ। ਤਸਵੀਰ ਨੂੰ ਧਿਆਉਣਾ ਹੈ ਜਾਂ ਸ਼ਬਦ ਨੂੰ ਧਿਆਉਣਾ ਹੈ? ਤਸਵੀਰ ਨੂੰ ਧਿਆਇਆ ਨਹੀਂ ਜਾ ਸਕਦਾ। ਸਾਡੇ ਪਾਵਨ ਗੁਰਬਾਣੀ ਦੇ ਸ਼ਬਦ ਨੇ, ਸਤਿਗੁਰ ਨੂੰ ਸਭ ਕੁ ਦੇਖਦਾ ਜੇਤਾ, ਜਗਤ ਸੰਸਾਰ ਡਿੱਠੇ ਮੁਕਤ ਨਾ ਹੋਵੇ ਜਿਚਰ, ਸ਼ਬਦ ਨਾ ਕਰੇ ਵਿਚਾਰ। ਹੁਣ ਗੁਰੂ ਸਾਹਿਬ ਦੇ ਸ਼ਬਦ ਬੜੇ ਪਿਆਰੇ ਨੇ। ਅੰਤਿਮ ਸ਼ਬਦ ਸਿੱਖਾਂ ਨੂੰ ਇਕੱਠੇ ਕੀਤਾ, ਜੋਤੀ ਜੋ ਸਮਾਉਣ ਦਾ ਵਕਤ ਹੈ। ਗੁਰੂ ਸਾਹਿਬ ਦੇ ਸ਼ਬਦ ਇੱਥੋਂ ਸ਼ੁਰੂ ਹੁੰਦੇ ਨੇ, ਗੁਰੂ ਸਰੀਰ ਨਹੀਂ ਗੁਰੂ ਸ਼ਬਦ ਹੈ, ਗੁਰੂ ਕਾਇਆ ਨਹੀਂ ਗੁਰੂ ਜੋਤ ਹੈ। ਪ੍ਰਮਾਣ ਦੇ ਵਿੱਚੋਂ ਗੁਰੂ ਸਾਹਿਬ ਨੇ ਬੜਾ ਪਿਆਰਾ ਪ੍ਰਮਾਣ ਦਿੱਤਾ, ਕਹਿੰਦੇ ਬੱਦਲ ਤੁਹਾਨੂੰ ਨਜ਼ਰ ਆ ਰਿਹਾ ਹੈ ਬੱਦਲ, ਪਰ ਬੱਦਲ ਦੀ ਅਹਿਮੀਅਤ ਉਦੋਂ ਹੈ ਜਦੋਂ ਤੁਹਾਡੀਆਂ ਬੂੰਦਾਂ ਪਿਆਸ ਮਿਟਾਉਂਦੀਆਂ ਨੇ ਬੱਦਲ ਦੀਆਂ। ਸੋ ਬੱਦਲ ਦੀ ਅਹਿਮੀਅਤ ਬੂੰਦਾਂ ਦੇ ਕਰਕੇ ਹੈ। ਗੁਰੂ ਦਿਸ ਰਿਹਾ ਹੈ ਪਰ ਗੁਰੂ ਦੀ ਅਹਿਮੀਅਤ ਜੋਤ ਦੇ ਕਰਕੇ, ਸਰੀਰ ਕਰਕੇ ਨਹੀਂ, ਗੁਰੂ ਦੀ ਅਹਿਮੀਅਤ ਜੋਤ ਦੇ ਕਰਕੇ ਹੈ। ਕਹਿੰਦੇ ਗੁਰੂ ਫਿਰ ਹੈ ਕੀ? ਕਹਿੰਦੇ ਸਮੁੰਦਰ ਦੇ ਵਿੱਚੋਂ ਵਾਸ਼ਪੀਕਰਨ ਹੋਇਆ, ਭਾਫ਼ ਉੱਠੀ, ਬੱਦਲ ਬਣ ਗਿਆ। ਬੱਦਲ ਜਿਹੜਾ ਸੀ ਉਹ ਵਰ ਗਿਆ, ਉਸ ਤੋਂ ਬਾਅਦ ਫਿਰ ਉਹ ਜ਼ਮੀਨ 'ਤੇ ਆ ਗਿਆ, ਲੋਕਾਂ ਦੇ ਹਿਰਦੇ ਸ਼ਾਂਤ ਕੀਤੇ ਅਤੇ ਫਿਰ ਸਮੁੰਦਰ ਦੇ ਵਿੱਚ ਉਹ ਸਮਾ ਗਿਆ। ਕਹਿੰਦੇ ਗੁਰੂ ਤਾਂ ਐਸਾ ਹੈ, ਗੁਰੂ ਸਰੀਰ ਨਹੀਂ ਹੈ ਗੁਰੂ ਜੋਤ ਹੈ। ਇਹ ਪ੍ਰਮਾਣ ਦੇ ਕੇ ਗੁਰੂ ਹਰ ਰਾਏ ਸਾਹਿਬ ਜਿਹੜੇ ਸੀ ਉਹ ਜੋਤੀ ਜੋਤ ਸਮਾ ਗਏ। ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਤਾ ਗੱਦੀ ਦੀਆਂ ਸਾਰੀਆਂ ਰਸਮਾਂ ਕਰ ਦਿੱਤੀਆਂ ਗਈਆਂ। ਗੁਰੂ ਹਰਕ੍ਰਿਸ਼ਨ ਸਾਹਿਬ ਨੇ ਜਦੋਂ ਗੁਰਤਾ ਗੱਦੀ ਨੂੰ ਸੰਭਾਲਿਆ ਅਤੇ ਉਹਨਾਂ ਦੇ ਜਿਹੜੇ ਕਾਰਜ ਔਰ ਵਿਹਾਰ ਨੇ ਉਹਨਾਂ ਦੇ ਵਿੱਚ ਹੁਣ ਮੈਂ ਦੱਸਣ ਲੱਗਾ ਕਿ ਗੁਰੂ ਸਾਹਿਬ ਨੇ ਸੰਸਕ੍ਰਿਤ, ਫਾਰਸੀ ਔਰ ਗੁਰਮੁਖੀ ਦੀ ਵਿੱਦਿਆ ਅੜੂ ਰਾਮ ਤੋਂ, ਬਿੰਨੇ ਉੱਪਲ ਤੋਂ ਅਤੇ ਬਾਬਾ ਗੁਰਦਿੱਤਾ ਜੀ ਤੋਂ ਲਈ। ਸ਼ਸਤਰ ਵਿੱਦਿਆ ਬਾਬਾ ਗੁਰਦਿੱਤਾ ਜੀ ਤੋਂ ਸਿੱਖੀ ਗੁਰੂ ਹਰਕ੍ਰਿਸ਼ਨ ਸਾਹਿਬ ਨੇ। ਇਤਿਹਾਸਕ ਸਰੋਤਾਂ ਵਿੱਚ ਸਾਨੂੰ ਦੱਸਿਆ ਨਹੀਂ ਜਾਂਦਾ ਕਿ ਗੁਰੂ ਸਾਹਿਬ ਫਾਰਸੀ ਦੇ ਵਿੱਚ ਵੀ ਨਿਪੁੰਨ ਸੀ, ਇੰਨੀ ਛੋਟੀ ਆਜੂ ਦੇ ਵਿੱਚ ਸੰਸਕ੍ਰਿਤ ਦੇ ਵਿੱਚ ਵੀ ਨਿਪੁੰਨ ਸੀ ਅਤੇ ਗੁਰੂ ਸਾਹਿਬ ਸ਼ਸਤਰ ਵਿੱਦਿਆ ਦੇ ਵਿੱਚ ਵੀ ਨਿਪੁੰਨ ਸੀ। ਜਿਸ ਦਿਨ ਗੁਰੂ ਹਰ ਰਾਏ ਸਾਹਿਬ ਨੇ ਆਪਣੇ ਜੀਵਨ ਦੇ ਵਿੱਚ ਜਿਉਂਦੇ ਜੀ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਸੀ ਨਾ, ਉਸ ਸਮੇਂ ਪਤਾ ਕੀ ਹੋਇਆ ਸੀ? ਨਗਾਰੇ ਵਜਾਏ ਗਏ, ਬੰਦੂਕਾਂ ਚਲਾਈਆਂ ਗਈਆਂ, ਘੋੜ ਸਵਾਰੀ ਦੇ ਮੁਕਾਬਲੇ ਹੋਏ ਸੀ ਜਿਸ ਦਿਨ ਗੁਰੂ ਸਾਹਿਬ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗਈ ਸੀ। ਔਰ ਇਹ ਨਿਯਮ ਗੁਰੂ ਸਾਹਿਬ ਨੇ ਆਪਣੀ ਜ਼ਿੰਦਗੀ ਦੇ ਵਿੱਚ, ਭਾਵੇਂ ਬੜੀ ਅਲਪ ਆਜੂ ਹੈ, ਥੋੜ੍ਹਾ ਸਮਾਂ ਹੈ, ਉਹਦੇ ਵਿੱਚ ਬਿਲਕੁਲ ਗੁਰੂ ਸਾਹਿਬ ਨੇ ਇਸ ਗੱਲ ਨੂੰ ਜਾਰੀ ਰੱਖਿਆ। ਔਰ ਗੁਰੂ ਸਾਹਿਬ ਨੂੰ ਵਿੱਦਿਆ ਦੇਣ ਵਾਲਾ ਅੜੂ ਰਾਮ ਪਤਾ ਕੌਣ ਸੀ ਜੀ? ਹੁਣ ਆਪਣੀ ਸੁਰਤ ਨੂੰ ਗੁਰੂ ਨਾਨਕ ਸਾਹਿਬ ਤੱਕ ਲੈ ਜਾਓ। ਗੁਰੂ ਨਾਨਕ ਸਾਹਿਬ ਮਾਨਸੋਰ, ਲੇਹ ਲਦਾਖ, ਸਕਾਰਡੂ, ਨੀਮੋ, ਕਾਰਗਲ ਇੱਥੋਂ ਹੁੰਦੇ ਆਏ ਨੇ। ਮੱਟਨ, ਮੱਟਨ ਇੱਕ ਬ੍ਰਾਹਮਣ ਹੈ, ਬ੍ਰਹਮ ਦੱਤ ਹੈ ਉਸਦਾ ਨਾਮ, ਠਾਕਰ ਦਾਸ ਦਾ ਬੇਟਾ ਹੈ। ਉਸਨੂੰ ਬੜਾ ਅਹੰਕਾਰ ਹੈ। ਅਹੰਕਾਰ ਕਿਸ ਚੀਜ਼ ਦਾ ਹੈ? ਕਿ ਮੈਂ ਚਾਰ ਵੇਦ, ਛੇ ਸ਼ਾਸਤਰ, 18 ਪ੍ਰਾਣ, 27 ਸਿਮਰਤੀਆਂ, 52 ਉਪਨਿਸ਼ਦ ਅਤੇ ਇੱਕ ਗਾਇਤਰੀ ਮੰਤਰ, 108 ਗ੍ਰੰਥ ਪੜ੍ਹੇ ਹੋਏ ਨੇ। ਦਰਅਸਲ ਅਕਸਰ ਤੁਸੀਂ ਵੇਖਿਆ ਹੋਣਾ ਹੈ ਕਿ ਕਈ ਬਾਬਿਆਂ ਦੇ ਨਾਮ ਦੇ ਅੱਗੇ 108 ਲੱਗਾ ਹੁੰਦਾ ਹੈ। ਮੈਂ ਬੜਾ ਹੈਰਾਨ ਹੋ ਜਾਂਦਾ ਕਿ ਇਹ ਸਾਡੀ ਪਰੰਪਰਾ ਨਹੀਂ, ਇਹ ਗੁਰੂਕੁਲ ਦੀ ਪਰੰਪਰਾ ਹੈ। ਇਹ ਹਿੰਦੂਤਵੀ ਸਮਾਜ ਦੇ ਵਿੱਚ ਗੁਰੂਕੁਲ ਦੀ ਪਰੰਪਰਾ ਹੈ
ਕਿ ਜਦੋਂ ਬੱਚਾ ਆਸ਼ਰਮ ਦੇ ਵਿੱਚ ਰਹਿ ਕੇ ਇਹਨਾਂ 108 ਗ੍ਰੰਥਾਂ ਦਾ ਅਧਿਐਨ ਕਰ ਲੈਂਦਾ, ਜਿਸ ਤਰ੍ਹਾਂ ਇੱਕ ਖਾਸ ਨਿਰਧਾਰਿਤ ਸਮੇਂ ਦੇ ਵਿੱਚ ਅਸੀਂ ਮੈਡੀਕਲ ਦੀ ਡਿਗਰੀ ਕਰਦੇ ਹਾਂ 5 ਸਾਲਾਂ ਦੀ, ਅਸੀਂ MBBS ਲਿਖ ਸਕਦੇ ਹਾਂ, ਉਸ ਤੋਂ ਬਾਅਦ ਅਸੀਂ ਪੋਸਟ ਗ੍ਰੈਜੂਏਸ਼ਨ ਕਰਦੇ ਹਾਂ ਜਾਂ ਮੈਡੀਸਨ ਦੇ ਵਿੱਚ ਜਾਂ ਸਰਜਰੀ ਦੇ ਵਿੱਚ, ਫਿਰ ਅਸੀਂ MS ਜਾਂ MD ਲਿਖ ਸਕਦੇ ਹਾਂ। ਇਸੇ ਤਰ੍ਹਾਂ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਵਿਦਿਆਰਥੀ ਇਹਨਾਂ 108 ਗ੍ਰੰਥਾਂ ਦਾ, ਜਿਨ੍ਹਾਂ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, 52 ਉਪਨਿਸ਼ਦ ਅਤੇ 1 ਗਾਇਤਰੀ ਮੰਤਰ, ਇਹਨਾਂ ਦੀ ਗਿਣਤੀ 108 ਬਣਦੀ ਹੈ। ਜਿਹੜਾ ਇਹਨਾਂ 108 ਗ੍ਰੰਥਾਂ ਦਾ ਅਧਿਐਨ ਕਰ ਲੈਂਦਾ ਸੀ ਉਹ ਆਪਣੇ ਨਾਮ ਦੇ ਅੱਗੇ 108 ਸ਼ਬਦ ਲਗਾ ਸਕਦਾ ਸੀ। ਹੁਣ ਤਾਂ ਪੰਜਾਬ ਜਾ ਕੇ ਵੇਖ ਲਓ, ਜਿਹਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਉਹਦੀ ਵੀ ਗੱਡੀ ਦੇ ਉੱਪਰ ਲਿਖਿਆ 108 ਬ੍ਰਹਮ ਗਿਆਨੀ ਬਾਬਾ ਫਲਾਣਾ ਸਿੰਘ ਜੀ। ਮੈਂ ਤਾਂ ਹੈਰਾਨ ਰਹਿ ਜਾਂਦਾ, ਮੇਰਾ ਇੱਕ ਬਾਬਾ ਦੋਸਤ ਆ, ਉਹਦੀ ਗੱਡੀ ਦੇ ਉੱਪਰ ਲਿਖਿਆ ਸੀ 1008, 1008। ਮੈਂ ਕਿਹਾ ਬਾਬਾ ਕੀ ਲਿਖ ਮਾਰਿਆ ਜੀ, ਵੀ ਇੰਨੇ ਤਾਂ ਹਿੰਦੂਆਂ ਦੇ ਗ੍ਰੰਥ ਹੀ ਨਹੀਂ ਹੈਗੇ, 108 ਲਿਖਿਆ ਹੁੰਦਾ ਤਾਂ ਕੋਈ ਮੰਨ ਲੈਂਦਾ, ਤੂੰ 1008 ਲਿਖ ਦਿੱਤਾ ਜੀ, ਆਹ ਕੀ ਕਰ ਦਿੱਤਾ ਜੀ। ਕਹਿੰਦਾ ਮੈਨੂੰ ਨਹੀਂ ਪਤਾ 108 ਦਾ ਕੀ ਮਤਲਬ ਆ, 1008 ਦਾ ਕੀ ਮਤਲਬ ਆ, ਮੈਨੂੰ ਤਾਂ ਇੰਨਾ ਪਤਾ ਵੀ ਜਿਹੜਾ ਗਵਾਂਢ ਦੇ ਵਿੱਚ ਡੇਰਾ ਉਹਦੀ ਗੱਡੀ ਦੇ ਉੱਪਰ 108 ਲਿਖਿਆ ਅਤੇ ਮੈਂ 1008 ਲਿਖ ਦਿੱਤਾ, ਜੇ ਉਹਨੇ 1008 ਲਿਖਿਆ ਹੁੰਦਾ ਤਾਂ ਮੈਂ 1,08,000 ਵੀ ਲਿਖ ਦੇਣਾ ਸੀ, ਮੈਨੂੰ ਨਹੀਂ ਪਤਾ ਮਤਲਬ ਕੀ। ਕਹਿਣ ਤੋਂ ਭਾਵ ਕਿ ਸਾਡੀ ਸੁਰਤ ਵੇਖੋ ਕਿੱਥੇ ਡਿੱਗਦੀ ਜਾ ਰਹੀ ਹੈ। ਸੋ ਗੁਰੂ ਨਾਨਕ ਸਾਹਿਬ ਦੇ ਨਾਲ ਇਸਦਾ ਮਿਲਾਪ ਹੋਇਆ, ਬੜਾ ਅਹੰਕਾਰ ਸੀ। ਮੈਨੂੰ ਯਾਦ ਹੈ ਜਦੋਂ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਤੁਹਾਡੇ ਪਿੰਡ ਦੇ ਵਿੱਚ ਆਏ ਸੀ ਨਾ, ਅਤੇ ਲਾਲ ਚੰਦ ਦੇ ਨਾਲ ਵਾਰਤਾਲਾਪ ਹੋਈ ਸੀ, ਅਤੇ ਗੁਰੂ ਸਾਹਿਬ ਨੇ ਇੱਕ ਬੜੀ ਪਿਆਰੀ ਗੱਲ ਕਹੀ ਸੀ। ਕਹਿੰਦੇ ਸੀ ਕਿ ਲਾਲ ਚੰਦ ਇੱਕ ਬਹੁਤ ਵੱਡੀ ਬਿਮਾਰੀ ਨੂੰ ਚੁੱਕੀ ਫਿਰਦਾ ਹੈ, ਇੱਕ ਤਾਂ ਜਾਤ ਦਾ ਅਹੰਕਾਰ ਅਤੇ ਇੱਕ ਗਿਆਨ ਦਾ ਅਹੰਕਾਰ। ਗਿਆਨ ਹੋਣਾ ਬੜੀ ਚੰਗੀ ਗੱਲ ਹੈ, ਪਰ ਗਿਆਨ ਦਾ ਅਹੰਕਾਰ ਹੋਣਾ ਸਭ ਤੋਂ ਮਾੜੀ ਗੱਲ ਹੈ। ਹੁਣ ਇਹੀ ਗੱਲ ਗੁਰੂ ਨਾਨਕ ਸਾਹਿਬ ਨੇ ਉੱਥੇ ਜਾ ਕੇ ਬ੍ਰਹਮਦੱਤ ਨੂੰ ਕਹੀ ਹੈ, ਕਹਿੰਦੇ ਬ੍ਰਹਮਦੱਤ ਮੈਂ ਤੈਨੂੰ ਇੱਕ ਗੱਲ ਦੱਸਾਂ, ਤੂੰ ਜਿੰਨੇ ਮਰਜ਼ੀ ਵੇਦ, ਸ਼ਾਸਤਰ, ਸਿਮਰਤੀਆਂ, ਉਪਨਿਸ਼ਦ ਪੜ੍ਹੇ ਹੋਣ, ਪਰ ਮੈਂ ਤੈਨੂੰ ਇੱਕ ਗੱਲ ਕਹਿਣ ਲੱਗਿਆ। ਗੁਰੂ ਸਾਹਿਬ ਨੇ ਕੇਵਲ ਇੱਕ ਗੱਲ ਕਹੀ ਹੈ, ਨਾਨਕ ਲੇਖੇ ਇੱਕ ਗੱਲ ਹੋਰ ਹਉਮੈ ਚੱਖਣਾ ਝਾਕ। ਬਿਲਕੁਲ ਜਿਸ ਤਰ੍ਹਾਂ ਲਾਲ ਚੰਦ ਨੇ ਜਨੇਊ ਲਾ ਕੇ ਬਾਲਾ ਪ੍ਰੀਤਮ ਦੇ ਕਦਮਾਂ 'ਤੇ ਰੱਖ ਦਿੱਤਾ ਸੀ, ਉਸੇ ਤਰ੍ਹਾਂ ਨਰਾਇਣ ਦੱਤ ਨੇ ਵੀ ਆਪਣਾ ਜਨੇਊ ਲਾ ਕੇ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਪਰ ਰੱਖ ਦਿੱਤਾ। ਬ੍ਰਹਮਦੱਤ ਨੇ ਵੀ, ਬ੍ਰਹਮਦੱਤ ਦਾ ਪੁੱਤਰ ਸੀ ਨਰਾਇਣ ਦੱਤ, ਗੁਰੂ ਘਰ ਦਾ ਸਿੱਖ ਬਣਿਆ ਰਿਹਾ, ਅਤੇ ਨਰਾਇਣ ਦੱਤ ਦਾ ਪੁੱਤਰ ਸੀ ਅੜੂ ਰਾਮ, ਸੰਸਕ੍ਰਿਤ ਦਾ ਬੜਾ ਵੱਡਾ ਵਿਦਵਾਨ ਸੀ, ਜਿਸ ਨੇ ਬਾਲਾ ਪ੍ਰੀਤਮ ਨੂੰ ਸੰਸਕ੍ਰਿਤ ਦੀ ਵਿੱਦਿਆ ਦਿੱਤੀ, ਔਰ ਇਸ ਦਾ ਪੁੱਤਰ ਸੀ ਕਿਰਪਾ ਰਾਮ ਦੱਤ, ਜਿਹੜਾ ਕਸ਼ਮੀਰੀ ਪੰਡਿਤਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਲੈ ਕੇ ਆਇਆ ਸੀ, ਅਤੇ ਅੰਮ੍ਰਿਤ ਛੱਕ ਕੇ ਕਿਰਪਾ ਸਿੰਘ ਬਣ ਕੇ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਇਆ ਸੀ। ਸੋ ਇਹ ਪੀੜ੍ਹੀ ਹੈ, ਪਹਿਲਾਂ ਸੀ ਇਹਨਾਂ ਦਾ ਠਾਕੁਰ ਦੱਤ, ਠਾਕੁਰ ਦੱਤ ਦਾ ਬੇਟਾ ਸੀ ਬ੍ਰਹਮ ਦੱਤ, ਬ੍ਰਹਮ ਦੱਤ ਦਾ ਨਰਾਇਣ ਦੱਤ, ਨਰਾਇਣ ਦੱਤ ਦਾ ਅੜੂ ਰਾਮ, ਅਤੇ ਅੜੂ ਰਾਮ ਦਾ ਕਿਰਪਾ ਰਾਮ, ਜਿਹੜਾ ਕਿਰਪਾ ਸਿੰਘ ਬਣ ਕੇ ਸ਼ਹੀਦ ਹੋਇਆ, ਅਤੇ ਕਿਰਪਾ ਰਾਮ ਦੇ ਬਾਪ ਅੜੂ ਰਾਮ ਦੇ ਕੋਲੋਂ ਗੁਰੂ ਬਾਲਾ ਪ੍ਰੀਤਮ ਨੇ ਸੰਸਕ੍ਰਿਤ ਦੀ ਵਿੱਦਿਆ ਪ੍ਰਾਪਤ ਕੀਤੀ। ਵਿੱਦਿਆ ਪ੍ਰਾਪਤ ਕੀਤੀ ਜਾ ਰਹੀ ਹੈ, ਜੋ ਰੋਜ਼ ਦਾ ਕਾਰ ਵਿਹਾਰ ਹੈ ਉਹ ਲਗਾਤਾਰ ਚੱਲਦਾ ਹੈ। ਉਸ ਲਗਾਤਾਰ ਦੇ ਕਾਰ ਵਿਹਾਰ ਦੇ ਵਿੱਚ ਦੀਵਾਨ ਵੀ ਸਜਦੇ ਨੇ। ਜਿਹੜਾ ਗੁਰੂ ਸਾਹਿਬ ਨੇ ਸ਼ਫਾਖਾਨਾ ਕਾਇਮ ਕੀਤਾ ਸੀ, ਜਿਸ ਦੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਉਸ ਸਮੇਂ ਦਾ ਸਭ ਤੋਂ ਵੱਡਾ ਹਸਪਤਾਲ, ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾਂਦਾ ਹੈ, ਔਰ ਸਭ ਤੋਂ ਵੱਡੀ ਗੱਲ ਅਸੀਂ ਅੱਜ ਵਾਤਾਵਰਣ ਦੀ ਗੱਲ ਕਰਦੇ ਹਾਂ, ਅਸੀਂ ਅੱਜ ਵਾਤਾਵਰਣ ਦੀ ਗੱਲ ਕਰਦੇ ਹਾਂ, ਰੁੱਖ ਲਗਾਉਣੇ ਚਾਹੀਦੇ ਨੇ, ਪੰਛੀਆਂ ਦੀ ਸੰਭਾਲ ਕਰਨੀ ਚਾਹੀਦੀ ਹੈ, ਪਸ਼ੂਆਂ ਦੀ ਸੰਭਾਲ ਕਰਨੀ ਚਾਹੀਦੀ ਹੈ, ਕਾਇਨਾਤ ਦਾ ਤਵਾਜ਼ਨ ਵਿਗੜਦਾ ਜਾ ਰਿਹਾ। ਹੁਣ ਖਿਆਲ ਕਰਿਓ ਕਿ ਹਿੰਦੁਸਤਾਨ ਦੇ ਵਿੱਚ ਪਹਿਲੀ ਬਰਡ ਸੈਂਚਰੀ, ਪਹਿਲੀ ਰੱਖ
ਪਸ਼ੂ ਔਰ ਪੰਛੀਆਂ ਦੇ ਵਾਸਤੇ ਜੇਕਰ ਸਥਾਪਿਤ ਕੀਤੀ ਗਈ ਤਾਂ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਗੁਰੂ ਹਰਿਰਾਏ ਸਾਹਿਬ ਦੇ ਵੱਲੋਂ। ਔਰ ਜਦੋਂ ਬੜੀ ਛੋਟੀ ਜਿਹੀ ਆਜੂ ਸੀ ਨਾ, ਆਪਣੇ ਦਾਦਾ ਹਰਗੋਬਿੰਦ ਸਾਹਿਬ ਦੇ ਨਾਲ ਬਾਗ ਦੇ ਵਿੱਚ ਫਿਰ ਰਹੇ ਸੀ ਅਤੇ ਚੋਲੇ ਦੇ ਨਾਲ ਵੱਜ ਕੇ ਇੱਕ ਫੁੱਲ ਟੁੱਟ ਗਿਆ ਸੀ, ਅਤੇ ਦਾਦਾ ਜੀ ਨੇ ਪਤਾ ਕੀ ਕਿਹਾ ਸੀ, ਬੇਟਾ ਦਾਮਨ ਸੰਕੋਚ ਚਲੋ, ਇੰਨੀ ਬੇਪਰਵਾਹੀ ਦੀ ਚਾਲ ਨਾ ਤੁਰੋ ਕਿ ਤੁਹਾਡੇ ਤੁਰਨ ਦੇ ਨਾਲ ਇੱਕ ਫੁੱਲ ਵੀ ਟੁੱਟੇ। ਇਤਿਹਾਸ ਗਵਾਹ ਹੈ ਕਿ ਸਾਰੀ ਉਮਰ ਜਦੋਂ ਬਾਗ ਦੇ ਵਿੱਚ ਜਾਂਦੇ ਸੀ ਆਪਣੇ ਚੋਲੇ ਦੀਆਂ ਕਲੀਆਂ ਫੜ ਕੇ ਰੱਖਦੇ ਸੀ ਕਿ ਕਿਤੇ ਮੇਰੇ ਚੋਲੇ ਦੀਆਂ ਕਲੀਆਂ ਦੇ ਨਾਲ ਕੋਈ ਫੁੱਲ ਨਾ ਟੁੱਟ ਜਾਵੇ। ਕੁਦਰਤ ਦੇ ਨਾਲ ਇੰਨਾ ਪਿਆਰ ਕਿ ਹਿੰਦੁਸਤਾਨ ਦੇ ਵਿੱਚ ਪਹਿਲੀ ਪਸ਼ੂ ਔਰ ਪੰਛੀਆਂ ਦੇ ਵਾਸਤੇ ਰੱਖ ਸਥਾਪਿਤ ਕੀਤੀ ਗਈ, ਜਿਸ ਨੂੰ ਅਸੀਂ ਬਰਡ ਸੈਂਚਰੀ ਕਹਿੰਦੇ, ਉਹ ਸਥਾਪਿਤ ਕੀਤੀ ਗਈ। ਬਾਲਾ ਪ੍ਰੀਤਮ ਉਸ ਰੱਖ ਦਾ ਧਿਆਨ ਵੀ ਰੱਖਦੇ ਨੇ। ਜਿਹੜੇ 2200 ਘੋੜਸਵਾਰ ਗੁਰੂ ਸਾਹਿਬ ਦੇ ਸਮੇਂ ਸੀ ਉਹਨਾਂ ਦੀ ਘੋੜਸਵਾਰੀ ਔਰ ਨੇਜੇਬਾਜ਼ੀ ਦੇ ਮੁਕਾਬਲੇ ਵੀ ਹੁੰਦੇ ਨੇ, ਨਗਾਰਾ ਵੀ ਰੋਜ਼ ਵੱਜਦਾ ਹੈ ਔਰ ਰੋਜ਼ ਸੰਗਤਾਂ ਨੂੰ ਉਪਦੇਸ਼ ਵੀ ਕੀਤੇ ਜਾਂਦੇ ਨੇ। ਤਕਰੀਬਨ 1662 ਤੋਂ ਲੈ ਕੇ 1664 ਤੱਕ ਜੇਕਰ ਅਸੀਂ ਇਸਲਾਮੀ ਤਵਾਰੀਖ ਨੂੰ ਪੜ੍ਹੀਏ ਤਾਂ ਔਰੰਗਜ਼ੇਬ ਦੇ ਬਾਰੇ ਇਤਿਹਾਸਕ ਤਵਾਰੀਖ ਦੱਸਦੀ ਹੈ ਕਿ ਔਰੰਗਜ਼ੇਬ ਥੋੜ੍ਹਾ ਜਿਹਾ ਬਿਮਾਰ ਹੋ ਗਿਆ। ਔਰੰਗਜ਼ੇਬ ਨੂੰ ਬਿਮਾਰੀ ਦੀ ਹਾਲਤ ਦੇ ਵਿੱਚ ਕੁਛ ਚਿਰ ਪਹਿਲਾਂ ਦਿੱਲੀ ਰਿਹਾ। ਦਿੱਲੀ ਰਾਮ ਰਾਏ ਨੇ ਫਿਰ ਇਸ ਨੂੰ ਮਿਲ ਕੇ ਸ਼ਿਕਾਇਤ ਕੀਤੀ ਕਿ ਪਹਿਲਾਂ ਤਾਂ ਗੁਰੂ ਹਰਿਰਾਏ ਸਾਹਿਬ ਨੇ ਦਾਰੇ ਦੀ ਮਦਦ ਕੀਤੀ ਸੀ ਅਤੇ ਹੁਣ ਜਿਸ ਨੂੰ ਗੁਰਤਾ ਗੱਦੀ ਦਿੱਤੀ ਗਈ ਹੈ ਮੇਰੇ ਛੋਟੇ ਭਰਾ ਨੂੰ, ਉਹ ਵੀ ਆਪਣੇ ਬਾਪ ਦੀ ਤਰ੍ਹਾਂ ਉਸੇ ਤਰ੍ਹਾਂ ਹੀ ਨਗਾਰਾ ਵਜਾਉਂਦਾ, ਉਸੇ ਤਰ੍ਹਾਂ ਸਿੱਖੀ ਦਾ ਪ੍ਰਚਾਰ ਕਰਦਾ, ਉਸੇ ਤਰ੍ਹਾਂ ਘੋੜਸਵਾਰ ਰੱਖੇ ਹੋਏ ਨੇ, ਘੋੜਸਵਾਰੀ ਹੁੰਦੀ ਹੈ, ਨੇਜੇਬਾਜ਼ੀ ਹੁੰਦੀ ਹੈ। ਅਤੇ ਇੱਕ ਕੰਮ ਰਾਮ ਰਾਏ ਨੇ ਹੋਰ ਕੀਤਾ, ਰਾਮ ਰਾਏ ਨੇ ਆਪਣੇ ਮਸੰਦਾਂ ਨੂੰ ਕਿਹਾ ਕਿ ਤੁਸੀਂ ਲੋਕਾਂ ਦੇ ਵਿੱਚ ਪ੍ਰਚਾਰ ਕਰੋ ਕਿ ਰਾਮ ਰਾਏ ਨੇ ਅਤੇ ਸਿੱਖਾਂ ਦੀ ਬਾਦਸ਼ਾਹ ਦੇ ਨਾਲ ਸਾਂਝ ਪਾਉਣੀ ਚਾਹੀਦੀ ਸੀ, ਪਰ ਜਿਹੜਾ ਸਿੱਖਾਂ ਦੀ ਗੱਦੀ ਦਾ ਹੁਣ ਵਾਰਸ ਬੈਠਾ ਹੈ ਉਹ ਇਸਲਾਮ ਦੇ ਖਿਲਾਫ ਹੈ। ਦੂਸਰੀ ਗੱਲ ਫਿਰ ਉਹੀ ਚੁੱਕ ਦਿੱਤੀ ਗਈ ਕਿ ਉੱਥੇ ਨਗਾਰਾ ਵਜਾਇਆ ਜਾਂਦਾ ਹੈ। ਤੀਸਰੀ ਗੱਲ ਔਰੰਗਜ਼ੇਬ ਤੱਕ ਪਹੁੰਚਾਈ ਗਈ ਔਰ ਔਰੰਗਜ਼ੇਬ ਨੇ ਮਸੰਦਾਂ ਨੂੰ ਇਹ ਗੱਲ ਕਹੀ ਕਿ ਗੁਰਤਾ ਗੱਦੀ ਤਾਂ ਮੇਰੇ ਕੋਲ ਆ ਸਕਦੀ ਹੈ ਜੇਕਰ ਬਾਦਸ਼ਾਹ ਮੁਸਲਮਾਨ ਅਤੇ ਲੋਕ ਖਿਲਾਫ ਹੋ ਜਾਣ। ਜਿੰਨੀ ਵੀ ਰਾਮ ਰਾਏ ਕੋਸ਼ਿਸ਼ ਕਰਦਾ ਸੀ ਗੁਰੂ ਬਾਲਾ ਪ੍ਰੀਤਮ ਸਾਹਿਬ ਦੇ ਖਿਲਾਫ ਜਿੰਨੀ ਵੀ ਕੋਸ਼ਿਸ਼ ਕਰ ਸਕਦਾ ਸੀ ਉਹ ਕਰਕੇ ਵੇਖੀ ਗਈ। ਇੱਥੋਂ ਤੱਕ ਕਿ ਗੁਰਤਾ ਗੱਦੀ ਦੇਣ ਤੋਂ ਪਹਿਲਾਂ ਜਿਸ ਵੇਲੇ ਗੁਰੂ ਹਰਿਰਾਏ ਸਾਹਿਬ ਨੇ ਗੁਰਤਾ ਗੱਦੀ ਦਿੱਤੀ ਹੈ, ਗੁਰਤਾ ਗੱਦੀ ਦੇਣ ਦੇ 2 ਦਿਨ ਬਾਅਦ ਧੀਰਮੱਲ ਨੂੰ ਲਾਹੌਰ ਤੋਂ ਜਾ ਕੇ ਰਾਮ ਰਾਏ ਨੇ ਭੇਜਿਆ ਕਿ ਤੁਸੀਂ ਫੈਸਲਾ ਵਾਪਸ ਲਓ, ਗੁਰਤਾ ਗੱਦੀ ਜਿਹੜੀ ਹੈ ਉਹ ਰਾਮ ਰਾਏ ਦਾ ਹੱਕ ਬਣਦਾ, ਵੱਡਾ ਪੁੱਤਰ ਹੈ। ਪਰ ਗੁਰੂ ਸਾਹਿਬ ਨੇ ਉਸ ਵੇਲੇ ਬੜਾ ਪਿਆਰਾ ਪ੍ਰਮਾਣ ਦਿੱਤਾ ਸੀ, ਕਹਿੰਦੇ ਧੀਰਮੱਲ ਸ਼੍ਰੀ ਚੰਦ ਅਤੇ ਲਖਮੀ ਚੰਦ ਵੀ ਤਾਂ ਗੁਰੂ ਦੇ ਪੁੱਤਰ ਸੀ, ਪਿਰਥੀ ਚੰਦ ਵੀ ਗੁਰੂ ਦਾ ਪੁੱਤਰ ਸੀ, ਰਾਮ ਰਾਏ ਵੀ ਗੁਰੂ ਦਾ ਪੁੱਤਰ ਹੈ, ਧੀਰਮੱਲ ਤੂੰ ਵੀ ਗੁਰੂ ਦੇ ਖਾਨਦਾਨ ਦੇ ਵਿੱਚੋਂ ਹੈ, ਮਿਹਰਬਾਨ ਵੀ ਗੁਰੂ ਘਰ ਦੇ ਖਾਨਦਾਨ ਦੇ ਵਿੱਚੋਂ ਹੈ, ਪਰ ਗੁਰੂ ਨਾਨਕ ਦੀ ਬਸਤੀ ਦਾ ਵਾਰਸ ਪਰਿਵਾਰਕ ਤੌਰ 'ਤੇ ਨਹੀਂ ਬਣ ਸਕਦਾ, ਉਹ ਬਣ ਸਕਦਾ ਜਿਹੜਾ ਕਾਬਲ ਹੋਵੇ। ਇੱਥੇ ਵੱਡੇ ਛੋਟੇ ਦੀ ਗੱਲ ਨਹੀਂ ਕਿ ਵੱਡੇ ਪੁੱਤਰ ਨੂੰ ਦੇਣੀ ਹੈ ਜਾਂ ਛੋਟੇ ਪੁੱਤਰ ਨੂੰ ਦੇਣੀ ਹੈ, ਇਹ ਗੁਰੂ ਨਾਨਕ ਸਾਹਿਬ ਦੀ ਜਿਹੜੀ ਗੁਰਤਾ ਗੱਦੀ ਹੈ ਕਾਬਲੀਅਤ ਨੂੰ ਦਿੱਤੀ ਜਾਂਦੀ ਹੈ, ਜਿਹੜਾ ਕਾਬਲ ਹੋਵੇ। ਬਹੁਤ ਜ਼ਿਆਦਾ ਸ਼ਿਕਾਇਤਾਂ ਲਗਾਈਆਂ ਗਈਆਂ ਔਰੰਗਜ਼ੇਬ ਨੂੰ, ਪਰ ਪਹਿਲੇ ਸਮੇਂ ਦੇ ਵਿੱਚ ਔਰੰਗਜ਼ੇਬ ਨੇ, ਇਹ ਤਕਰੀਬਨ 1662 ਦੀ ਗੱਲ ਹੈ, ਔਰੰਗਜ਼ੇਬ ਨੇ ਕੋਈ ਜ਼ਿਆਦਾ ਧਿਆਨ ਨਹੀਂ ਕੀਤਾ। ਪਰ 1662 ਤੋਂ ਲੈ ਕੇ 1664 ਤੱਕ ਔਰੰਗਜ਼ੇਬ ਦੇ ਸੁਭਾਅ ਦੇ ਵਿੱਚ ਇੱਕ ਬੜੀ ਵੱਡੀ ਤਬਦੀਲੀ ਆਈ ਹੈ। ਉਹ ਤਬਦੀਲੀ ਕਿਉਂ ਆਈ ਹੈ? ਹੁਣ ਖਿਆਲ ਕਰੋ ਕਿ ਗੁਰੂ ਸਾਹਿਬ ਜਦੋਂ 1662 ਤੋਂ 1664 ਤੱਕ ਵੀ ਇਸ ਇਲਾਕੇ ਦੇ ਵਿੱਚ ਵਿਚਰਦੇ ਰਹੇ ਨੇ, ਉਦੋਂ ਔਰੰਗਜ਼ੇਬ ਦੇ ਵੱਲੋਂ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਵਾਪਰੀ।
ਪਰ ਚੌਂਹਟ ਦੇ ਵਿੱਚ ਤਬਦੀਲੀ ਆਈ ਹੈ। ਇਹਨੂੰ ਥੋੜ੍ਹਾ ਜਿਹਾ ਪਿੱਛੇ ਜਾ ਕੇ ਸਾਨੂੰ ਵੇਖਣਾ ਪਵੇਗਾ, ਇਸ ਕਰਕੇ ਵੇਖਣਾ ਪਵੇਗਾ ਕਿ ਜਦੋਂ ਹਰ ਰਾਏ ਸਾਹਿਬ ਨੇ ਦਾਰੇ ਦੀ ਮਦਦ ਕੀਤੀ ਸੀ ਦਾਰਾ ਸ਼ਿਕੋਹ ਦੀ, ਅਤੇ ਔਰੰਗਜ਼ੇਬ ਦੇ ਕੋਲ ਜਦੋਂ ਸ਼ਿਕਾਇਤਾਂ ਪਹੁੰਚੀਆਂ ਸੀ ਅਤੇ ਔਰੰਗਜ਼ੇਬ ਨੇ ਇੱਕ ਲਿਖਤੀ ਫਰਮਾਨ ਜਾਰੀ ਕੀਤਾ ਸੀ ਪੰਜਾਬ ਦੇ ਉਸ ਵੇਲੇ ਦੇ ਫੌਜਦਾਰ ਖਲੀਲ ਉੱਲਾ ਖਾਨ ਨੂੰ ਕਿ ਗੁਰੂ ਸਾਹਿਬ ਦੇ ਉੱਪਰ ਹਮਲਾ ਕੀਤਾ ਜਾਵੇ। ਹੁਣ ਤੁਸੀਂ ਸ਼ਾਇਦ ਇਤਿਹਾਸਕਾਰ ਦੇ ਵਿੱਚ ਨਹੀਂ ਸੁਣਿਆ ਹੋਵੇਗਾ, ਤਿੰਨ ਹਮਲਾਵਰ ਕੀਰਤਪੁਰ ਹਮਲਾ ਕਰਨ ਵਾਸਤੇ ਆਏ ਨੇ। ਸਭ ਤੋਂ ਪਹਿਲਾਂ 10,000 ਹੀ ਮਨਸਬਦਾਰ ਜ਼ਾਲਮ ਖਾਨ ਆਇਆ ਕੀਰਤਪੁਰ ਤੋਂ 22 ਪਿੱਛੇ ਸੀ ਕਿ ਇਸਨੇ ਕੱਚਾ ਮਾਸ ਖਾ ਲਿਆ, ਸ਼ਿਕਾਰ ਕਰਕੇ ਬਿਮਾਰ ਹੋ ਗਿਆ, ਵਾਪਸ ਮੁੜ ਗਿਆ। ਦੂਸਰੀ ਵਾਰ ਸਿੰਧ ਦੇ ਇਲਾਕੇ ਦਾ ਨਵਾਬ ਦਰੀਦਾ ਖਾਨ ਆਇਆ, ਉਸਦੀ ਫੌਜ ਦੇ ਵਿੱਚ ਹੈਜਾ, ਉਸਦੀ ਫੌਜ ਦੇ ਵਿੱਚ ਸਿਪਾਹੀਆਂ ਦੀ ਤਨਖਾਹ ਨੂੰ ਲੈ ਕੇ ਲੜਾਈ ਹੋ ਗਈ ਅਤੇ ਉਸਦੇ ਸਿਪਾਹੀਆਂ ਨੇ ਉਸਦਾ ਕਤਲ ਕਰ ਦਿੱਤਾ। ਤੀਜਾ ਹਮਲਾ ਕੀਰਤਪੁਰ ਸਾਹਿਬ ਦੇ ਉੱਪਰ ਕਰਨ ਆਇਆ ਸਹਾਰਨਪੁਰ ਦਾ ਨਵਾਬ ਨਾਹਰ ਖਾਨ, ਜਿਸ ਦੀ ਫੌਜ ਦੇ ਵਿੱਚ ਹੈਜਾ ਫੈਲ ਗਿਆ ਅਤੇ ਉਹਨੂੰ ਵਾਪਸ ਜਾਣਾ ਪਿਆ। ਕੀਰਤਪੁਰ ਸਾਹਿਬ ਉੱਪਰ 3 ਵਾਰੀ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਗੱਲ ਵੱਖਰੀ ਹੈ, ਅਸੀਂ ਇਤਿਹਾਸਕ ਸਰੋਤਾਂ ਨੂੰ ਨਹੀਂ ਪੜ੍ਹਦੇ, ਇਤਿਹਾਸਕ ਸਰੋਤਾਂ ਨੂੰ ਭੋਗਦੇ ਨਹੀਂ, ਜਿਸ ਕਰਕੇ ਸਾਡੇ ਇਤਿਹਾਸ ਦੇ ਬਹੁਤ ਜਿਹੜੇ ਪੰਨੇ ਨੇ ਉਹ ਹੌਲੀ ਹੌਲੀ ਅਲੋਪ ਹੁੰਦੇ ਜਾ ਰਹੇ ਨੇ, ਉਹ ਹੌਲੀ ਹੌਲੀ ਖਤਮ ਹੁੰਦੇ ਜਾ ਰਹੇ ਨੇ। ਸੋ 62 ਤੋਂ ਲੈ ਕੇ 64 ਤੱਕ ਔਰੰਗਜ਼ੇਬ ਦੇ ਵਿੱਚੋਂ ਕਿਉਂ ਤਬਦੀਲੀ ਆਈ? ਜਦੋਂ ਔਰੰਗਜ਼ੇਬ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ ਨਾ, ਅਤੇ ਇਸ ਨੇ ਉਸ ਵੇਲੇ ਦੇ ਇਸਲਾਮ ਦੇ ਖਲੀਫੇ ਨੂੰ ਕੁਛ ਤੋਹਫੇ ਭੇਜੇ ਕਿ ਹੁਣ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਬਣ ਗਿਆ, ਅਤੇ ਜਦੋਂ ਉਸ ਖਲੀਫੇ ਨੇ ਤੋਹਫੇ ਵੇਖੇ ਤਾਂ ਸਾਰੇ ਤੋਹਫੇ ਵਾਪਸ ਭੇਜ ਦਿੱਤੇ। ਉਸ ਨੇ ਕਿਹਾ, ਔਰੰਗਜ਼ੇਬ, ਉਹਨਾਂ ਚਿਰ ਤੱਕ ਮੈਂ ਤੇਰੇ ਭੇਜੇ ਤੋਹਫੇ ਪ੍ਰਵਾਨ ਨਹੀਂ ਕਰਦਾ ਜਿੰਨਾ ਚਿਰ ਤੂੰ ਸਾਰੇ ਹਿੰਦੁਸਤਾਨ ਨੂੰ ਦੀਨੇ ਇਸਲਾਮ 'ਚ ਨਹੀਂ ਲੈ ਕੇ ਆਉਂਦਾ। ਕੂਫਾ ਸਕਾਲਰਸ ਨੇ ਇਹ ਜਿਹੜੀ ਦਾਰੁਲ ਹਰਬ ਅਤੇ ਦਾਰੁਲ ਇਸਲਾਮ ਅਤੇ ਦਾਰੁਲ ਕੁਫਰ, ਇਹ 3 ਟਰਮਸ ਨੇ, ਇਹ ਇਸਲਾਮ ਦੀਆਂ 5 ਕਿਤਾਬਾਂ ਦੇ ਵਿੱਚ ਸਾਨੂੰ ਨਹੀਂ ਮਿਲਦੀਆਂ, ਨਾ ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚ ਨੇ, ਨਾ ਪਾਕ ਹਦੀਸ ਦੇ ਵਿੱਚ ਨੇ, ਨਾ ਤਲੀਮੁਲ ਇਸਲਾਮ ਦੇ ਵਿੱਚ ਨੇ, ਨਾ ਫੈਜ਼ਾਨੇ ਸੁਨਤ ਦੇ ਵਿੱਚ ਨੇ, ਨਾ ਫਜ਼ਾਇਲੇ ਅਮਾਲ ਦੇ ਵਿੱਚ ਨੇ। ਇਸਲਾਮ ਦੀਆਂ ਕਿਤਾਬਾਂ ਦੇ ਵਿੱਚ ਇਹ ਸਾਨੂੰ 3 ਸ਼ਬਦ ਨਹੀਂ ਮਿਲਦੇ, ਪਰ ਕੂਫਾ ਸਕਾਲਰਸ ਦੀਆਂ ਕਿਤਾਬਾਂ ਦੇ ਵਿੱਚ ਮਿਲਦੇ ਨੇ। ਉਹ ਕਹਿੰਦੇ ਨੇ ਕਿ ਦਾਰੁਲ ਹਰਬ ਉਹ ਇਲਾਕਾ ਹੁੰਦਾ ਜਿੱਥੇ ਇਸਲਾਮ ਦਾ ਰਾਜ ਹੋਵੇ ਪਰ ਬਾਕੀ ਧਰਮਾਂ ਦੇ ਲੋਕ ਵੀ ਰਹਿੰਦੇ ਹੋਣ। ਇਸਲਾਮ ਦੇ ਖਲੀਫੇ ਨੇ ਕਿਹਾ ਕਿ ਦਾਰੁਲ ਹਰਬ ਨੂੰ ਖਤਮ ਕਰਕੇ ਦਾਰੁਲ ਇਸਲਾਮ ਕਾਇਮ ਕਰ ਕਿ ਹਿੰਦੁਸਤਾਨ ਦੇ ਵਿੱਚ ਵੱਸਣ ਵਾਲੇ ਸਾਰੇ ਲੋਕ ਇਸਲਾਮ ਦੇ ਧਾਰਨੀ ਹੋਣ। ਔਰੰਗਜ਼ੇਬ ਨੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ। ਔਰੰਗਜ਼ੇਬ ਨੇ ਜਿਹੜੇ ਇਸਲਾਮ ਦੀ ਸ਼ਰ੍ਹਾਂ ਦੇ ਬਾਹਰ ਵਾਲੇ ਫਕੀਰ ਸੀ ਉਹਨਾਂ ਨੂੰ ਵੀ ਕਤਲ ਕਰਨਾ ਸ਼ੁਰੂ ਕਰ ਦਿੱਤਾ। ਬੇਨਵਾ ਫਕੀਰ ਦਾ ਕਤਲ, ਸਰਮੱਧ ਦਾ ਕਤਲ, ਫਕੀਰਾਂ ਦੇ ਉੱਪਰ ਜ਼ੁਲਮ, ਫਕੀਰਾਂ ਨੂੰ ਦੇਸ਼ ਨਿਕਾਲਾ ਦੇਣਾ, ਇਹ ਕੰਮ ਔਰੰਗਜ਼ੇਬ ਨੇ ਕੇਵਲ ਅਤੇ ਕੇਵਲ ਹਿੰਦੂਆਂ ਦੇ ਜਨੇਊ ਨਹੀਂ ਲਾਏ। ਔਰੰਗਜ਼ੇਬ ਨੇ ਉਸ ਵੇਲੇ ਦੇ ਜਿਹੜੇ ਸ਼ੀਆ ਮੁਸਲਮਾਨ ਜਿਹੜੇ ਕੱਟੜ ਸ਼ਰ੍ਹਾਂ ਤੋਂ ਪਰਹੇਜ਼ਗਾਰ ਸੀ, ਜ਼ੁਲਮ ਉਹਨਾਂ ਦੇ ਉੱਪਰ ਵੀ ਕੀਤੇ ਗਏ। ਔਰੰਗਜ਼ੇਬ ਦਾ ਸਲਾਹਕਾਰ ਸੀ ਸ਼ੇਖ ਅਹਿਮਦ ਸਰਹੰਦੀ ਦਾ ਪੋਤਰਾ ਸੈਯਦ ਸੈਫੂਦੀਨ ਫਰੂਕੀ। ਸੈਫੂਦੀਨ ਨੇ ਵੀ ਔਰੰਗਜ਼ੇਬ ਨੂੰ ਕਿਹਾ ਕਿ ਔਰੰਗਜ਼ੇਬ, ਜੇਕਰ ਤੂੰ ਦੀਨੇ ਇਸਲਾਮ ਦੇ ਵਿੱਚ ਸਾਰੀ ਦੁਨੀਆਂ ਨੂੰ ਲੈ ਆਵੇਂ ਤਾਂ ਤੇਰਾ ਇਸਲਾਮ ਦੇ ਮੁਤਾਬਕ ਰਾਜ ਕਾਇਮ ਹੋ ਸਕਦਾ ਹੈ। ਜਦੋਂ ਔਰੰਗਜ਼ੇਬ ਨੇ ਇਹ ਪ੍ਰਣ ਲਿਆ ਕਿ ਮੈਂ ਦੀਲੇ ਇਸਲਾਮ ਦੇ ਵਿੱਚ ਹਿੰਦੁਸਤਾਨ ਨੂੰ ਲੈ ਕੇ ਆਊਂਗਾ, ਮੈਂ ਦਾਰੁਲ ਹਰਬ ਤੋਂ ਦਾਰੁਲ ਇਸਲਾਮ ਦੇ ਵਿੱਚ ਲੈ ਕੇ ਆਊਂਗਾ, ਜਦੋਂ ਇਸਲਾਮ ਦੇ ਖਲੀਫੇ ਨੂੰ ਇਸ ਪਤਾ ਲੱਗਾ ਤਾਂ ਉਸ ਨੇ ਇਸਲਾਮ ਦਾ ਸਭ ਤੋਂ ਕੀਮਤੀ ਤੋਹਫ਼ਾ ਔਰੰਗਜ਼ੇਬ ਨੂੰ ਭੇਜਿਆ। ਉਹ ਕੀਮਤੀ ਤੋਹਫ਼ਾ ਪਤਾ ਕੀ ਸੀ? ਉਹ ਸੀ ਹਜ਼ਰਤ ਮੁਹੰਮਦ ਸਾਹਿਬ ਦੇ ਜਵਾਈ, ਹਜ਼ਰਤ ਫਾਤਮਾ ਦੇ ਪਤੀ, ਹਜ਼ਰਤ ਅਲੀ ਦੀ ਤਲਵਾਰ, ਜਿਸ ਤਲਵਾਰ ਦਾ ਨਾਮ ਸੀ ਜ਼ੁਲਫਕਾਰ। ਉਹ ਤਲਵਾਰ ਜਿਹੜੀ ਸੀ ਇਸਲਾਮ ਦਾ ਸਭ ਤੋਂ ਕੀਮਤੀ ਤੋਹਫ਼ਾ ਸੀ ਜਿਹੜਾ ਔਰੰਗਜ਼ੇਬ ਨੂੰ ਇਸਲਾਮ ਦੇ ਖਲੀਫੇ ਨੇ ਭੇਜਿਆ, ਜਿਹੜਾ ਇਸਲਾਮ ਦਾ ਸਭ ਤੋਂ ਵੱਡਾ ਇਤਿਹਾਸਕ ਤੋਹਫ਼ਾ ਸੀ, ਇਸਲਾਮ ਧਰਮ ਦੇ ਬਾਨੀ ਮੁਹੰਮਦ ਸਾਹਿਬ ਦੇ ਜਵਾਈ ਦੀ ਤਲਵਾਰ ਜਿਸ ਦਾ ਨਾਮ ਸੀ ਜ਼ੁਲਫਕਾਰ।
ਹੁਣ ਮੈਂ ਜੇ ਤੁਹਾਨੂੰ ਦੱਸਾਂ ਕਿ ਉਹ ਤਲਵਾਰ ਕਿੱਥੇ ਪਈ ਆ ਤੁਸੀਂ ਹੈਰਾਨ ਹੋ ਜਾਓਗੇ। ਤਖ਼ਤ ਕੇਸਗੜ੍ਹ ਸਾਹਿਬ ਪਈ ਹੈ। ਇਸਲਾਮ ਦੀ ਸਭ ਤੋਂ ਕੀਮਤੀ ਚੀਜ਼ ਤਖ਼ਤ ਕੇਸਗੜ੍ਹ ਸਾਹਿਬ ਪਈ ਹੈ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਦੋਂ ਔਰੰਗਜ਼ੇਬ ਦੇ ਪੁੱਤਰ ਤਾਰਾ ਆਜ਼ਮ ਅਤੇ ਮੁਅੱਜ਼ਮ ਦੇ ਵਿੱਚ ਲੜਾਈ ਹੋਈ ਅਤੇ ਗੁਰੂ ਸਾਹਿਬ ਨੇ ਮੁਅੱਜ਼ਮ ਦੀ ਮਦਦ ਕੀਤੀ, ਗੁਰੂ ਸਾਹਿਬ ਦੇ ਤੀਰ ਦੇ ਨਾਲ ਤਾਰਾ ਆਜ਼ਮ ਮਾਰਿਆ ਗਿਆ ਅਤੇ ਉਸ ਨੇ ਗੁਰੂ ਸਾਹਿਬ ਦੀ ਮਦਦ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੂੰ ਸ਼ੇਖੁਲ ਹਿੰਦ ਦਾ ਆਪਣਾ ਧਾਰਮਿਕ ਪੀਰ ਸਵੀਕਾਰਦੇ ਹੋਏ ਇਸਲਾਮ ਦਾ ਸਭ ਤੋਂ ਕੀਮਤੀ ਤਬਰੁਕਾਤ ਗੁਰੂ ਸਾਹਿਬ ਦੇ ਚਰਨਾਂ 'ਤੇ ਰੱਖ ਦਿੱਤਾ, ਜਿਹੜਾ ਅੱਜ ਕੇਸਗੜ੍ਹ ਸਾਹਿਬ ਪਿਆ ਹੋਇਆ, ਜ਼ੁਲਫਕਾਰ ਨਾਮ ਦੀ ਤਲਵਾਰ। ਖੈਰ, ਔਰੰਗਜ਼ੇਬ ਨੇ ਇਹ ਪ੍ਰਣ ਕਰ ਲਿਆ ਕਿ ਹਿੰਦੁਸਤਾਨ ਵਿੱਚ ਦੀਨ ਇਸਲਾਮ ਦਾ ਰਾਜ ਜਿਹੜਾ ਉਹ ਕਾਇਮ ਕੀਤਾ ਜਾਵੇਗਾ। 64 ਦੇ ਵਿੱਚ ਗੁਰੂ ਸਾਹਿਬ ਇੱਥੇ ਕੀਰਤਪੁਰ ਸਾਹਿਬ ਦੇ ਵਿੱਚ ਆਪਣੀ ਜਿਹੜੀ ਕਾਰ ਹੈ ਉਹ ਨਿਭਾ ਰਹੇ। ਪਰ ਮੈਂ ਹੈਰਾਨ ਹਾਂ, ਮੇਰਾ ਵਕਤ 5 ਮਿੰਟ ਰਹਿ ਗਿਆ, ਮੈਂ ਪਹਿਲਾਂ ਵੀ ਕਿਹਾ ਸੀ ਕਿ ਅਜੇ ਤਾਂ ਮੈਂ ਇਤਿਹਾਸ ਨੂੰ ਸ਼ੁਰੂ ਹੀ ਕੀਤਾ। ਖੈਰ, ਕੋਸ਼ਿਸ਼ ਕਰੂੰਗਾ ਕੁਛ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰ ਸਕਾਂ। ਗੁਰੂ ਸਾਹਿਬ ਦਾ ਜਿਹੜਾ ਉੱਥੇ ਕਾਰ ਕਰਨ ਦਾ ਤਰੀਕਾ ਬੜਾ ਵਿਲੱਖਣ ਹੈ। ਸੰਗਤ ਦੇ ਵਿੱਚ ਬੈਠੇ ਨੇ, ਇੱਕ ਚੋਰ ਆ ਗਿਆ। ਚੋਰ ਦਾ ਨਾਮ ਸੀ ਜਸਵੰਤ ਰਾਏ। ਬਾਲਾ ਪ੍ਰੀਤਮ ਗੁਰਦਾ ਗੱਦੀ 'ਤੇ ਬੈਠੇ ਨੇ, ਸੰਗਤ ਬੈਠੀ ਦੀਦਾਰ ਕਰ ਰਹੀ ਹੈ। ਜਦੋਂ ਚੋਰ ਨੇ ਆ ਕੇ ਮੱਥਾ ਟੇਕਿਆ ਨਾ, ਇਹ ਗੱਲ ਵੱਖਰੀ ਹੈ ਕਿ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਨੇ ਬਾਣੀ ਨਹੀਂ ਉਚਾਰੀ ਜਿਹੜੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਹੈ, ਪਰ ਹਰ ਜਗ੍ਹਾ 'ਤੇ ਅੰਤਮ ਸਮੇਂ ਤੱਕ ਜਿੰਨੇ ਵੀ ਪ੍ਰਮਾਣ ਲੋਕਾਂ ਨੂੰ ਸਮਝਾਉਣ ਦੇ ਵਾਸਤੇ ਦਿੱਤੇ ਨੇ ਸਾਰੇ ਪਾਵਨ ਗੁਰਬਾਣੀ ਦੇ ਵਿੱਚੋਂ ਦਿੱਤੇ ਨੇ। ਜਦੋਂ ਜਸਵੰਤ ਰਾਏ ਨੇ ਆ ਕੇ ਮੱਥਾ ਟੇਕਿਆ ਨਾ, ਤਾਂ ਗੁਰੂ ਸਾਹਿਬ ਨੇ ਆਪਣੇ ਮੁਖਾਰਬਿੰਦ 'ਚ ਇੱਕ ਸ਼ਬਦ ਕਿਹਾ, ਚੋਰ ਕੀ ਹਾਮਾ ਭਰੇ ਨਾ ਕੋਈ, ਚੋਰ ਕਾ ਕੀ ਆ ਚੰਗਾ ਕਿਉਂ ਹੋਏ। ਅਤੇ ਜਸਵੰਤ ਰਾਏ ਦੇ ਅੰਦਰ ਇੱਕ ਤੜਫ ਲੱਗ ਗਈ ਕਿ ਮੈਂ ਚੋਰ ਗੁਰੂ ਦੇ ਆ ਕੇ ਚਰਨਾਂ ਦੇ ਉੱਪਰ ਸੀਸ ਨਵਾਇਆ ਅਤੇ ਗੁਰੂ ਸਮਝ ਗਿਆ ਕਿ ਮੈਂ ਸੰਗਤ ਦੇ ਵਿੱਚ ਚੋਰੀ ਕਰਨ ਆਇਆ। ਅੱਖਾਂ ਦੇ ਵਿੱਚ ਹੰਝੂ ਆ ਕੇ ਕਹਿੰਦੇ, ਪਾਤਸ਼ਾਹ ਬਖਸ਼ ਲਓ। ਹੁਣ ਖਿਆਲ ਕਰੋ, ਗੁਰੂ ਸਾਹਿਬ ਨੇ ਪਤਾ ਕਿੰਨੇ ਪਿਆਰੇ ਸ਼ਬਦ ਕੇ ਕਹਿੰਦੇ, ਜਸਵੰਤ ਤੂੰ ਚੋਰੀ ਇਸ ਕਰਕੇ ਕਰਦਾ ਕਿ ਤੇਰੀ ਸੰਗਤ ਮਾੜੀ ਹੈ, ਚੰਗੀ ਸੰਗਤ ਦੇ ਵਿੱਚ ਚਲਾ ਜਾ, ਤੇਰੀ ਸੰਗਤ ਚੰਗੀ ਹੋ ਜਾਵੇ ਨਾ, ਤੂੰ ਕਿਰਤ ਕਰ ਅਤੇ ਭਗਤੀ ਦੇ ਵਿੱਚ ਜੁੜ ਜਾ। ਇਹੀ ਜਸਵੰਤ ਰਾਏ ਕਾਬਲ ਚਲਾ ਗਿਆ। ਕਾਬਲ ਦੇ ਸਿੱਖਾਂ ਦੀ ਸੰਗਤ ਬਹੁਤ ਚੰਗੀ ਸੀ ਔਰ ਉੱਥੇ ਫਿਰ ਜਸਵੰਤ ਰਾਏ ਨੇ ਕਿਰਤ ਵੀ ਕੀਤੀ ਔਰ ਭਗਤੀ ਵੀ ਕੀਤੀ। ਇਤਿਹਾਸ ਦੇ ਵਿੱਚ ਅਨੇਕਾਂ ਮਿਸਾਲਾਂ ਮਿਲ ਜਾਣਗੀਆਂ ਸੱਜਣ ਠੱਗ ਤੋਂ ਲੈ ਕੇ ਜਸਵੰਤ ਤੱਕ, ਜਿਹੜੇ ਠੱਗਾਂ ਔਰ ਚੋਰਾਂ ਤੋਂ ਸੱਜਣ ਬਣ ਗਏ। ਪਰ ਸਭ ਤੋਂ ਖਤਰਨਾਕ ਉਹ ਹੁੰਦਾ ਹੈ ਜਦੋਂ ਸਾਧੂ ਠੱਗ ਬਣ ਜਾਂਦਾ। ਗੁਰੂ ਦੀ ਕਿਰਪਾ ਦੇ ਨਾਲ ਸੱਜਣ ਠੱਗ ਤਾਂ ਭਾਈ ਸੱਜਣ ਬਣ ਸਕਦਾ ਹੈ, ਪਰ ਸਭ ਤੋਂ ਵੱਧ ਖਤਰਨਾਕ ਹੁੰਦਾ ਹੈ ਜਦੋਂ ਕੌਮ ਦਾ ਪ੍ਰਚਾਰਕ ਸੱਜਣ ਕਹਾਉਂਦਾ ਹੋਇਆ ਠੱਗ ਬਣ ਜਾਂਦਾ ਹੈ। ਇਹ ਸਭ ਤੋਂ ਖਤਰਨਾਕ ਹੁੰਦਾ। ਸਭ ਤੋਂ ਵੱਡੀ ਕੌਮ ਦੀ ਤ੍ਰਾਸਦੀ ਉਦੋਂ ਹੁੰਦੀ ਹੈ ਜਦੋਂ ਕੌਮ ਦੇ ਵਿੱਚ ਸੱਜਣ ਕਹਾਉਣ ਵਾਲੇ ਠੱਗ ਬਣ ਜਾਂਦੇ ਨੇ। ਅੱਜ ਸਾਡੀ ਲੀਡਰਸ਼ਿਪ ਦਾ ਇਹੀ ਹਾਲ ਹੈ, ਇੱਕ ਕੌੜੀ ਸੱਚਾਈ ਸਾਨੂੰ ਕਹਿਣਾ ਪੈਂਦਾ, ਇੱਕ ਕੌੜੀ ਸੱਚਾਈ ਹੈ, ਅੱਜ ਇਹ ਕੁਛ ਹੋ ਚੁੱਕਾ ਹੈ। ਹੁਣ ਖਿਆਲ ਕਰੋ ਕਿਸ ਤਰ੍ਹਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਬਦਲਾਅ ਹੋ ਜਾਂਦਾ। ਜਦੋਂ ਗੁਰੂ ਨਾਨਕ ਸਾਹਿਬ ਦੇ ਸਮੇਂ ਸੱਯਦ ਪਰਿਵਾਰ ਦੇ ਵਿੱਚ ਰਹਿਣ ਵਾਲਾ ਇਹ ਸ਼ੇਖ ਸੱਜਣ ਭਾਈ ਸੱਜਣ ਬਣ ਗਿਆ ਨਾ, ਅਤੇ ਹੁਣ ਲਿਬਾਸ ਹੀ ਬਦਲ ਗਿਆ, ਹੁਣ ਸ਼ੇਖ ਨਹੀਂ ਰਿਹਾ, ਹੁਣ ਤਾਂ ਫਕੀਰਾਂ ਵਾਲਾ ਲਿਬਾਸ ਹੈ। ਬਾਹਰ ਬੈਠਾ ਅਤੇ ਦੋ ਯਾਤਰੀ ਆਏ ਨੇ ਸਰਾਂ ਦੇ ਵਿੱਚ ਰਹਿਣ ਵਾਲੇ, ਅਤੇ ਇੱਕ ਯਾਤਰੀ ਦੂਜੇ ਯਾਤਰੀ ਨੂੰ ਕਹਿੰਦਾ, ਕਿਸੇ ਹੋਰ ਪਿੰਡ ਚਲੇ ਜਾਈਏ, ਅਸੀਂ ਤਲੰਬੇ ਨਹੀਂ ਰੁਕਣਾ, ਕਿਸੇ ਹੋਰ ਜਗ੍ਹਾ 'ਤੇ ਚਲੇ ਜਾਈਏ। ਇੱਥੇ ਜਿਹੜਾ ਸੱਜਣ ਹੈ ਨਾ, ਉਹ ਆਪਣੀ ਸਰਾਂ ਦੇ ਵਿੱਚ ਲੋਕਾਂ ਨੂੰ ਕਤਲ ਕਰ ਦਿੰਦਾ। ਅਤੇ ਸੱਜਣ ਪਤਾ ਕੀ ਕਹਿੰਦਾ, ਕਹਿੰਦਾ ਨਹੀਂ, ਤੁਸੀਂ ਹੁਣ ਇਸ ਸਰਾਂ ਦੇ ਵਿੱਚ ਰਹਿ ਸਕਦੇ ਹੋ ਕਿਉਂਕਿ ਸੱਜਣ ਠੱਗ ਨੂੰ ਗੁਰੂ ਨਾਨਕ ਦੇ ਬੋਲਾਂ ਨੇ ਕਤਲ ਕਰ ਦਿੱਤਾ। ਹੁਣ ਉਹ ਸੱਜਣ ਨਹੀਂ ਰਹਿ ਗਿਆ,
ਉਸ ਸੱਜਣ ਠੱਗ ਨੂੰ ਗੁਰੂ ਨਾਨਕ ਦੇ ਬੋਲਾਂ ਨੇ ਕਤਲ ਕਰ ਦਿੱਤਾ ਹੈ, ਉਹ ਸੱਜਣ ਮਰ ਗਿਆ, ਹੁਣ ਤੁਸੀਂ ਰਹਿ ਸਕਦੇ ਹੋ। ਇਸਲਾਮ ਦੇ ਵਿੱਚ ਇੱਕ ਬੜੀ ਮਸ਼ਹੂਰ ਕਹਾਣੀ ਹੈ। ਇੱਕ ਇਸਲਾਮ ਦੇ ਵਿੱਚ ਅਰਬ ਦੇ ਵਿੱਚ ਬੜਾ ਮਸ਼ਹੂਰ ਡਾਕੂ ਹੋਇਆ, ਫਜ਼ੀਲ ਬਿਨ ਅਯਾਜ, ਬੜਾ ਮਸ਼ਹੂਰ ਡਾਕੂ ਸੀ। ਮਾਰੂਥਲ ਦੇ ਵਿੱਚ ਰਹਿੰਦਾ ਸੀ। ਜਦੋਂ ਵੀ ਕਾਫਲੇ ਲੰਘਦੇ ਸੀ ਊਠਾਂ ਵਾਲੇ, ਤੇ ਇਹ ਉਹਨਾਂ ਨੂੰ ਲੁੱਟ ਲੈਂਦਾ ਸੀ, ਰੋਜ਼ ਕਾਫਲਿਆਂ ਨੂੰ ਲੁੱਟਣਾ। ਇੱਕ ਦਿਨ ਇੱਕ ਕਾਫਲੇ ਨੂੰ ਲੁੱਟਣ ਲੱਗਦਾ, ਲੋਕਾਂ ਨੂੰ ਕਤਲ ਕਰ ਰਿਹਾ, ਤੇ ਇੱਕ ਵਿਅਕਤੀ ਦੀ ਜਦੋਂ ਗਰਦਨ ਤੇ ਤਲਵਾਰ ਮਾਰਨ ਲੱਗਾ ਨਾ, ਉਹ ਕਹਿੰਦਾ, ਫਜ਼ੀਲ ਤੂੰ ਮੈਨੂੰ ਕਤਲ ਤੇ ਕਰ ਦੇਣਾ, ਮੇਰੀ ਇੱਕ ਗੱਲ ਆਖਰੀ, ਮੇਰੀ ਇੱਕ ਇੱਛਾ ਪੂਰੀ ਕਰ ਦੇ। ਕਹਿੰਦਾ, ਕਿਹੜੀ ਇੱਛਾ? ਕਹਿੰਦਾ, ਇੱਛਾ ਇਹ ਹੈ ਕਿ ਮੈਂ ਮਰਨ ਤੋਂ ਪਹਿਲਾਂ ਮੇਰੇ ਝੋਲੇ ਦੇ ਵਿੱਚ ਮੁਕੱਦਸ ਕੁਰਾਨ ਸ਼ਰੀਫ ਹੈ, ਮੈਂ ਉਹਨੂੰ ਪੜ੍ਹਨਾ ਚਾਹੁੰਦਾ, ਮੈਂ ਮਰਨ ਤੋਂ ਪਹਿਲਾਂ ਨਮਾਜ਼ ਪੜ੍ਹਨਾ ਚਾਹੁੰਦਾ। ਕਹਿੰਦਾ, ਠੀਕ ਹੈ, ਤੂੰ ਪੜ੍ਹ ਲੈ। ਉਹ ਤਲਵਾਰ ਲੈ ਕੇ ਖੜਾ ਫਜ਼ੀਲ ਬਿਨ ਅਯਾਜ਼, ਅਤੇ ਉਹ ਜਿਹੜਾ ਮਰ ਰਿਹਾ ਵਿਅਕਤੀ ਹੈ, ਉਹਨੇ ਆਪਣੇ ਝੋਲੇ ਦੇ ਵਿੱਚੋਂ ਮੁਕੱਦਸ ਕੁਰਾਨ ਸ਼ਰੀਫ ਕੱਢੀ, ਉਹਨੂੰ ਖੋਲ੍ਹ ਕੇ ਪੜ੍ਹਨਾ ਸ਼ੁਰੂ ਕੀਤਾ। ਕੁਦਰਤਨ ਜਿਹੜੀ ਸੂਰਤ ਆਈ, ਉਸਦੇ ਅਰਥ ਸੀ, ਇਹ ਮਨੁੱਖ ਮਰਨਾ ਤਾਂ ਹੈ ਹੀ ਹੈ, ਤੌਬਾ ਤਾਂ ਕਰ ਲਾ। ਜਦੋਂ ਇਹ ਸ਼ਬਦ ਫਜ਼ੀਲ ਬਿਨ ਅਯਾਜ਼ ਨੇ ਸੁਣੇ, ਅਤੇ ਕਿਰਪਾਨ ਨੂੰ ਮਿਆਨ ਦੇ ਵਿੱਚ ਪਾ ਲਿਆ, ਇੱਕ ਮਰ ਰਿਹਾ ਵਿਅਕਤੀ ਜਿਸਨੇ ਕੋਈ ਗੁਨਾਹ ਨਹੀਂ ਕੀਤਾ, ਉਹ ਕਹਿ ਰਿਹਾ ਕਿ ਅੱਲਾਹ ਦੇ ਦਰਬਾਰ ਵਿੱਚ ਤੌਬਾ ਕਰ ਲਾ, ਮੈਂ ਤਾਂ ਗੁਨਾਹ ਹੀ ਬੜੇ ਕੀਤੇ ਨੇ, ਮੈਨੂੰ ਖੁਦਾਵੰਦ ਕਿਵੇਂ ਮਾਫ਼ ਕਰੇਗਾ। ਉਸ ਦਿਨ ਤੋਂ ਡਾਕੂ ਚੋਰੀਆਂ ਛੱਡ ਦਿੱਤੀਆਂ, ਸਭ ਕੁਝ ਦਰਵੇਸ਼ ਬਣ ਗਿਆ। ਇੱਕ ਦਿਨ ਕਾਫਲਾ ਲੰਘ ਰਿਹਾ ਸੀ, ਅਤੇ ਕਾਫਲੇ ਦਾ ਮੁਖੀ ਉੱਚੀ ਆਵਾਜ਼ ਦੇ ਵਿੱਚ ਆਪਣੇ ਲੋਕਾਂ ਨੂੰ ਕਹਿੰਦਾ, ਕਹਿੰਦਾ, ਲੋਕੋ ਰਸਤਾ ਬਦਲ ਲਓ ਕਾਫਲੇ ਦਾ, ਕਿਉਂਕਿ ਫਜ਼ੀਲ ਬਿਨ ਅਯਾਜ਼ ਦਾ ਇਲਾਕਾ ਆ ਗਿਆ, ਰਸਤਾ ਬਦਲ ਲਓ। ਅਤੇ ਫਜ਼ੀਲ ਬਿਨ ਅਯਾਜ਼ ਅੱਗੋਂ ਉੱਚੀ ਆਵਾਜ਼ ਦੇ ਵਿੱਚ ਕਹਿੰਦਾ, ਕਹਿੰਦਾ, ਤੁਸੀਂ ਆਪਣਾ ਰਸਤਾ ਨਾ ਬਦਲੋ, ਤੁਸੀਂ ਇੱਧਰੋਂ ਹੀ ਲੰਘੋ, ਤੁਹਾਨੂੰ ਕੋਈ ਖਤਰਾ ਨਹੀਂ। ਹੁਣ ਫਜ਼ੀਲ ਬਿਨ ਅਯਾਜ਼ ਨੇ ਆਪਣਾ ਰਸਤਾ ਬਦਲ ਲਿਆ। ਇਹ ਹੈ ਜਿਸ 'ਤੇ ਅਸਰ ਹੋ ਜਾਵੇ ਗੁਰੂ ਦੀ ਗੱਲ, ਜਿਸ 'ਤੇ ਅਸਰ ਹੋ ਜਾਵੇ ਗੁਰੂ ਸਾਹਿਬ ਦੀ। ਗੁਰੂ ਬਾਲਾ ਪ੍ਰੀਤਮ, ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸੰਗਤ ਦੇ ਵਿੱਚ ਇਤਿਹਾਸ ਦੇ ਵਿੱਚ ਇੱਕ ਵਿਅਕਤੀ ਨੂੰ ਸੰਗਤ ਦੇ ਵਿੱਚ ਬੈਠਣ ਤੋਂ ਟੋਕਿਆ ਗਿਆ। ਸੰਗਤ ਦੇ ਵਿੱਚ ਆ ਰਿਹਾ ਸੀ, ਅਤੇ ਗੁਰੂ ਸਾਹਿਬ ਦੇ ਚੋਰ ਪਰਦਾਰ, ਜਿਹੜਾ ਚੋਹ ਪਰਦਾਰ ਸੀ ਨਾ, ਜਿਹੜੇ ਡੰਡੇ ਲੈ ਕੇ ਖੜ੍ਹੇ ਹੁੰਦੇ ਨੇ ਸੰਗਤ ਦੇ ਵਿੱਚ, ਚੋਹਬਦਾਰ, ਉਸਨੇ ਕਹਿ ਦਿੱਤਾ, ਤਾਂ ਤੁਸੀਂ ਸੰਗਤ ਦੇ ਵਿੱਚ ਜਾ ਨਹੀਂ ਸਕਦੇ। ਉਹ ਕੌਣ ਸੀ? ਉਹ ਸੀ ਰੋਪੜ ਦਾ ਰਹਿਣ ਵਾਲਾ ਰਾਮਾ ਸ਼ਾਹ। ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ, ਮੈਂ ਸੰਗਤ ਦੇ ਵਿੱਚ ਕਿਉਂ ਨਹੀਂ ਆ ਸਕਦਾ? ਅਤੇ ਬਾਲਾ ਪ੍ਰੀਤਮ, ਗੁਰੂ ਹਰਕ੍ਰਿਸ਼ਨ ਸਾਹਿਬ ਨੇ ਕਿਹਾ, ਇਸ ਕਰਕੇ ਕਿਉਂਕਿ ਤੂੰ ਕੁੜੀ ਮਾਰ ਹੈ, ਅਤੇ ਮੇਰੇ ਗੁਰੂ ਨਾਨਕ ਦਾ ਬਚਨ ਹੈ, ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ। ਉਸੇ ਵੇਲੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ, ਕਿਉਂਕਿ 2 ਹਫ਼ਤੇ ਪਹਿਲਾਂ ਹੀ ਉਸਨੇ ਆਪਣੇ ਘਰ ਜੰਮੀ ਬੱਚੀ ਦਾ ਕਤਲ ਕੀਤਾ ਸੀ, ਲੋਕੀ ਕਰਿਆ ਕਰਦੇ ਸੀ। ਗੁਰੂ ਸਾਹਿਬ ਨੇ ਕਿਹਾ ਕਿ ਤੂੰ ਸੰਗਤ ਦੇ ਵਿੱਚ ਤਾਂ ਬੈਠ ਸਕਦਾ ਹੈ, ਇਸ ਸੰਗਤ ਵਿੱਚ ਕੁੜੀ ਮਾਰ ਕੋਈ ਨਹੀਂ ਬੈਠ ਸਕਦਾ, ਇਸ ਸੰਗਤ ਦੇ ਵਿੱਚ ਤੂੰ ਤਾਂ ਬੈਠ ਸਕਦਾ ਹੈ, ਰਾਮਿਆ ਪ੍ਰਣ ਕਰ ਕਿ ਅੱਜ ਤੋਂ ਬਾਅਦ ਕਿਸੇ ਬੱਚੀ ਦਾ ਕਤਲ ਨਹੀਂ ਕਰੇਗਾ। ਉਸਨੇ ਪ੍ਰਣ ਕੀਤਾ, ਅਤੇ ਫਿਰ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸੰਗਤ ਦੇ ਵਿੱਚ ਬੈਠਾ। ਇਸੇ ਤਰ੍ਹਾਂ ਇੱਕ ਗੈਂਦੇ ਮਲ ਦਾ ਜ਼ਿਕਰ ਆਉਂਦਾ ਹੈ। ਗੈਂਦਾ ਮਲ ਜੁਆਰੀ ਸੀ, ਜੂਆ ਖੇਡਦਾ ਸੀ, ਬੁਰੀ ਨੀਅਤ ਦੇ ਨਾਲ ਆਇਆ ਸੰਗਤ ਦੇ ਵਿੱਚ ਕਿ ਸੰਗਤ ਗੁਰੂ ਦੇ ਦਰਸ਼ਨਾਂ ਦੇ ਵਾਸਤੇ, ਗੁਰੂ ਦੇ ਦੀਦਾਰ ਵਾਸਤੇ ਆਉਂਦੀ ਹੈ। ਪੈਸੇ ਤਾਂ ਹੋਣਗੇ, 1-2 ਲੋਕਾਂ ਨੂੰ ਮੈਂ ਜੂਏ ਦੀ ਲੱਤ ਲਾ ਦੇਵਾਂ, ਜੂਆ ਤਾਂ ਖੇਡਣਾ ਨਹੀਂ ਆਉਂਦਾ ਹੋਵੇਗਾ, ਹਾਰ ਜਾਣਗੇ ਤਾਂ ਮੈਂ ਪੈਸੇ ਲੈ ਕੇ ਚਲਾ ਜਾਵਾਂਗਾ। ਜਦੋਂ ਗੁਰੂ ਸਾਹਿਬ ਦੇ ਚਰਨਾਂ ਦੇ ਉੱਪਰ ਆ ਕੇ ਮੱਥਾ ਟੇਕਿਆ ਨਾ, ਤਾਂ ਪਾਤਸ਼ਾਹ ਨੇ ਸਿਰ 'ਤੇ ਹੱਥ ਰੱਖ ਕੇ ਪਤਾ ਕੀ ਕਿਹਾ? ਕਹਿੰਦੇ, ਗੈਂਦਿਆ ਸੀਸ ਨਿਵਾਏ ਕਿਆ ਥੀਏ ਜਾਂ ਰਿਦੇ ਕਸੁੱਦੇ ਜਾਏ। ਗੈਂਦਿਆ, ਤੇਰਾ ਮੇਰੇ ਚਰਨਾਂ 'ਤੇ ਸੀਸ ਨਵਾਉਣ ਦਾ ਕੀ ਫਾਇਦਾ? ਮਨ ਦੇ ਵਿੱਚ ਤਾਂ ਜੂਏ ਵਰਗਾ ਬੁਰਾ ਕਰਮ ਲੈ ਕੇ ਆਇਆ। ਉਸੇ ਵੇਲੇ ਉਸਨੇ ਗੁਰੂ ਸਾਹਿਬ ਦੇ ਚਰਨਾਂ ਦੇ ਉੱਪਰ ਸੀਸ ਝੁਕਾ ਦਿੱਤਾ,
ਅਤੇ ਇਹ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ਮੈਂ ਜੂਆ ਨਹੀਂ ਖੇਡੇਗਾ। ਇਸੇ ਤਰ੍ਹਾਂ ਜਗਨੇ ਕਸਾਈ ਦੀ ਗੱਲ ਆਉਂਦੀ ਹੈ, ਇਸੇ ਤਰ੍ਹਾਂ ਬਸੰਤਰ ਬ੍ਰਾਹਮਣ ਦੀ ਗੱਲ ਆਉਂਦੀ ਹੈ, ਇਸੇ ਤਰ੍ਹਾਂ ਗੁਰਦੁਆਰਾ ਅੰਬ ਸਾਹਿਬ ਦੇ ਨੇੜੇ ਰਹਿਣ ਵਾਲੇ ਸਦਾਨੰਦ ਪੰਚ ਦੀ ਗੱਲ ਆਉਂਦੀ ਹੈ। ਅਨੇਕਾਂ ਇਤਿਹਾਸ ਦੇ ਪ੍ਰਮਾਣ ਐਸੇ ਮਿਲਦੇ ਨੇ ਕਿ ਛੇਵੇਂ ਪਾਤਸ਼ਾਹ ਬਾਲਾ ਪ੍ਰੀਤਮ ਨੇ ਕਿੰਨੀ ਛੋਟੀ ਆਜੂ ਦੇ ਵਿੱਚ ਲੋਕਾਂ ਨੂੰ ਕਿੱਡੇ ਵੱਡੇ ਰਾਹ ਦੇ ਉੱਪਰ ਤੋਰ ਦਿੱਤਾ, ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਸਮਝਾ ਦਿੱਤਾ। ਸੋ ਜਿਹੜਾ ਵਕਤ ਸੀ ਉਹ ਮੇਰਾ ਸਮਾਪਤ ਹੋ ਗਿਆ ਜੀ, 10:30 ਵਜੇ ਤੱਕ ਇਸੇ ਲੜੀ ਨੂੰ ਮੈਂ ਪ੍ਰਣ ਕਰਦਾ ਹੈ। ਮੈਂ ਵੀਰ ਜੀ ਨੂੰ ਕਿਹਾ ਸੀ ਕਿ ਕਿਸੇ ਦਿਨ ਮੱਸਿਆ ਦੇ ਦਿਹਾੜੇ ਦੇ ਉੱਪਰ ਆ ਕੇ ਮੈਂ ਗੁਰੂ ਸਾਹਿਬ ਦਾ ਜਿਹੜਾ ਦਿੱਲੀ ਦਾ ਸਾਰਾ ਬਿਰਤਾਂਤ ਹੈ, ਜੈ ਸਿੰਘ ਮਿਰਜ਼ਾ ਅਤੇ ਜੈ ਸਿੰਘ ਸਵਾਈ ਦੇ ਵਿੱਚ ਕੀ ਅੰਤਰ ਸੀ ਉਹ ਜ਼ਰੂਰ ਸਾਂਝਾ ਕਰਨ ਦੀ ਯਤਨ ਕਰਾਂਗਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਗੱਜ ਕੇ ਆਖਿਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।